ਤੇਰੇ ਪੰਜਾਬ 600 AM 'ਤੇ ਨਿੱਘਾ ਹਾਰਦਿਕ ਸਵਾਗਤ ਹੈ। ਮੈਂ ਤੁਹਾਡਾ ਮੇਜ਼ਬਾਨ ਹਰਜੀਤ ਸਿੰਘ ਗਿੱਲ ਦਾ ਹਰਜੀਤ ਸਿੰਘ ਗਿੱਲ ਸ਼ੋਅ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹਾਂ। 10:12 ਹੋਏ ਨੇ ਅਤੇ 25 ਜੁਲਾਈ ਦਾ ਦਿਨ ਅਵਰਾ 2024 ਦਾ ਅਤੇ ਵੀਰਵਾਰ ਹੈ। 10 ਹੋ ਗਿਆ ਸਾਉਣ ਅਤੇ ਨਾਨਕਸ਼ ਸੰਮਤ 556। ਨਿੱਘਾ ਹਾਰਦਿਕ ਸਵਾਗਤ ਹੈ ਜੀ। ਚੱਲਾਂਗੇ ਪੰਜਾਬ ਨੂੰ, ਦੇਸ਼ ਪੰਜਾਬ ਦੇ ਝਰੋਖੇ 'ਚੋਂ ਸਰਾਜ ਨਵਕਿਰਨ ਸਿੰਘ ਪੱਤੀ ਨਾਲ ਪੱਤੀ ਸੇਖਵਾਂ ਬਰਨਾਲਿਓਂ ਤੁਰੂ ਗੱਲਬਾਤ 11 ਤੋਂ 12 ਵਜੇ ਤੱਕ। ਪਹਿਲੇ ਹਿੱਸੇ ਦੇ ਵਿੱਚ ਗਗਨ ਸਿੰਘ ਹੋਣੀ ਗੱਲਬਾਤ ਕਰਨਗੇ। UTA ਨੇ ਆਪਣੀ ਸਪੋਰਟ ਜਿਹੜੀ ਕੰਪਨੀਆਂ ਨੂੰ ਦਿੱਤੀ ਹੈ, ਜਿਨ੍ਹਾਂ ਕੰਪਨੀਆਂ ਦੇ ਲਾਈਸੈਂਸਿਸ ਦੀ ਰੌਲਾ ਪੈ ਰਿਹਾ, ਉਹਨਾਂ ਨੇ ਇੱਕ ਪ੍ਰੈਸ ਰਿਲੀਜ਼ ਕੀਤੀ ਹੈ, ਉਹਦੇ ਲਈ ਕੁਛ ਸਮਾਂ ਗੱਲ ਕਰਨਗੇ। ਉਸ ਤੋਂ ਬਾਅਦ ਮੈਂ ਜੈਸਪਰ ਦੀ ਗੱਲ ਕਰਨੀ ਚਾਹੁੰਦਾ। ਜੈਸਪਰ ਸ਼ਹਿਰ ਜ਼ਿਆਦਾਤਰ ਸੜਕੇ ਸਵਾਹ ਹੋ ਗਿਆ, ਰਾਖ ਦੀ ਢੇਰੀ ਬਣ ਗਈ। ਉਹ ਸ਼ਹਿਰ ਜਿਹਦੇ 'ਚ ਸਾਰੇ ਲੋਕ ਜਾਣਾ ਚਾਹੁੰਦੇ ਨੇ, 25,000 ਦੇ ਕਰੀਬ ਬਾਹਰੋਂ ਦੁਨੀਆ ਤੋਂ ਟੂਰਿਸਟ ਆਏ ਸੀ, ਸਾਰਿਆਂ ਨੂੰ ਜਾਣਾ ਪੈ ਗਿਆ, ਬਹੁਤ ਮਾੜਾ ਹਾਲ ਹੋਇਆ। ਅਤੇ ਇਸ 'ਤੇ ਗੱਲਬਾਤ ਹੋਏਗੀ, ਕੁਛ ਇੱਕ ਅੱਧੀ ਕਮਿਊਨਿਟੀ ਦੀ ਖਬਰ ਤੁਹਾਡੇ ਨਾਲ ਸਾਂਝੀ ਕਰਾਂਗਾ। ਪਿਛਲੇ ਘੰਟੇ 'ਚ 12:15 ਤੋਂ ਲੈ ਕੇ 1 ਵਜੇ ਤੱਕ ਸਿਟੀ ਆਫ ਸਰੀ ਦੇ ਕੌਂਸਲਰ ਹੈਰੀ ਬੇਨਸ ਅਤੇ ਕੌਂਸਲਰ ਪ੍ਰਦੀਪ ਕੂਨਰ ਦੋਨੇ ਆ ਰਹੇ ਨੇ ਰਿਪੋਰਟ ਕਾਰਡ ਲੈ ਕੇ। ਨਵੇਂ ਕੌਂਸਲਰ ਬਣੇ ਨੇ, ਉਹਨਾਂ ਨੂੰ ਪੁੱਛਣਾ ਹੈ ਕਿ ਕੀ ਕੀਤਾ। ਲਗਭਗ 2 ਸਾਲ ਹੋਣ ਚੱਲੇ ਨੇ, ਅਕਤੂਬਰ 'ਚ 2 ਸਾਲ ਹੋ ਜਾਣਾ, ਜੁਲਾਈ ਅਗਸਤ ਸਤੰਬਰ 22 ਮਹੀਨੇ ਹੋ ਗਏ। ਉਹਨਾਂ ਦਾ ਰਿਪੋਰਟ ਕਾਰਡ ਕੀ ਹੈ, ਕੰਮ ਕੀ ਕਰਨਾ ਚਾਹੁੰਦੇ ਨੇ, ਹੋਰ ਕੀ ਤਜ਼ਰਬੇ ਉਹਨਾਂ ਦੇ ਹੋਏ ਨੇ ਸਿਟੀ ਆਫ ਸਰੀ ਦੇ ਵਿੱਚ, ਸਿਟੀ ਹਾਲ 'ਚ ਗੱਲਬਾਤ ਹੋਏਗੀ ਦੋਨੇ ਕੌਂਸਲਰਾਂ ਨਾਲ। 604-204-0600 ਔਨ ਏਅਰ ਨੰਬਰ ਹੈ, 6042-04-0600 ਇਸ ਨੰਬਰ 'ਤੇ ਤੁਸੀਂ ਗੱਲਬਾਤ ਕਰਨੀ ਹੈ, ਇਹੀ ਵਟਸਐਪ ਦਾ ਨੰਬਰ ਹੈ। ਅਤੇ 604-729-1224 6047291224 ਸੋਨਾ ਗਰਮ ਹੋਵੇ ਤਾਂ ਸ਼ਿੰਗਾਰ ਬਣਦਾ, ਸੋਨਾ ਗਰਮ ਹੋਵੇ ਤਾਂ ਸ਼ਿੰਗਾਰ ਬਣਦਾ, ਲੋਹਾ ਗਰਮ ਹੋਵੇ ਤਾਂ ਔਜ਼ਾਰ ਬਣਦਾ, ਹਵਾ ਗਰਮ ਹੋਵੇ ਚੱਕਰਵਾਤ ਬਣਦੀ, ਪਾਣੀ ਗਰਮ ਹੋਵੇ ਤੱਤੀ ਭਾਫ਼ ਬਣਦੀ, ਦਾਲ ਗਰਮ ਹੋਵੇ ਤਾਂ ਸਵਾਦ ਲੱਗੇ, ਦੁੱਧ ਗਰਮ ਹੋਵੇ ਤਾਂ ਜਾਗ ਲੱਗੇ, ਬਾਪੂ ਗਰਮ ਹੋਵੇ ਤਾਂ ਕੁੱਟ ਪੈਂਦੀ, ਸੇਲ ਗਰਮ ਹੋਵੇ ਤਾਂ ਲੁੱਟ ਪੈਂਦੀ, ਚਮੜਾ ਗਰਮ ਹੋਵੇ ਤਾਂ ਬਣੇ ਛਿੱਤਰ ਮੀਆਂ, ਜੇਬ ਗਰਮ ਹੋਵੇ ਤਾਂ ਬਣ ਮਿੱਤਰ ਮੀਆਂ, ਸਿਆਸਤ ਗਰਮ ਹੋਵੇ ਲੀਡਰ ਲੜਨ ਸਾਰੇ, ਖਬਰ ਗਰਮ ਹੋਵੇ ਸ਼ੇਅਰ ਕਰਨ ਸਾਰੇ, ਲੋਹਾ ਗੋਰਾ ਗਰਮ ਹੋਵੇ ਲੰਮਾ ਸਾਹ ਲੈਂਦਾ, ਪੰਜਾਬੀ ਗਰਮ ਹੋਵੇ ਪੰਗਾ ਪਾ ਲੈਂਦਾ, ਬੌਸ ਗਰਮ ਹੋਵੇ ਬੜਾ ਤੰਗ ਕਰਦਾ, ਸ਼ਰਾਬੀ ਗਰਮ ਹੋਵੇ ਸਦਾ ਤੰਗ ਕਰਦਾ, ਸੱਸ ਗਰਮ ਹੋਵੇ ਨੂੰਹ ਨੂੰ ਭੰਡਦੀ ਹੈ, ਨੂੰਹ ਗਰਮ ਹੋਵੇ ਘਰ ਨੂੰ ਵੰਡਦੀ ਹੈ, ਫੁੱਫੜ ਗਰਮ ਹੋਵੇ ਵਾਲਾ ਤੰਗ ਕਰਦਾ, ਰੋਟੀ ਛੱਡ ਕੇ ਕੁੱਕੜ ਦੀ ਮੰਗ ਕਰਦਾ, ਬਹੁਤੀ ਗਰਮ ਹੋਵੇ ਚਾਹ ਬਣਾ ਦੇਈਏ, ਡਾਰਲਿੰਗ ਕਹਿ ਕੇ ਹੱਥੀਂ ਪਿਆ ਦੇਈਏ, ਮੰਮੀ ਗਰਮ ਹੋਵੇ ਤਾਂ ਜੱਫੀ ਪਾ ਲਈਏ, ਬਾਪੂ ਗਰਮ ਹੋਵੇ ਤਾਂ ਪੈਰੀ ਹੱਥ ਲਾ ਲਈਏ, ਵੈਰੀ ਗਰਮ ਹੋਵੇ ਉਹਨੂੰ ਛਾਂਗ ਦੇਈਏ, ਵੈਰੀ ਗਰਮ ਹੋਵੇ ਉਹਨੂੰ ਛਾਂਗ ਦੇਈਏ, ਉਹਨੂੰ ਕੂਕੇ ਦੇ ਡੋ ਲੰਗੂ ਮਾਂਜ ਦੇਈਏ, ਡਾਂਸੀ ਵਾਲੀਆ ਬਹੁਤੀ ਜੇ ਗਰਮ ਹੋਵੇ ਠੰਡੇ ਹੋ ਕੇ ਫਿਰ ਮੌਕਾ ਸਾਂਭ ਲਈਏ, ਡਾਂਸੀ ਵਾਲੀਆ ਬਹੁਤੀ ਜੇ ਗਰਮ ਹੋਵੇ ਠੰਡੇ ਹੋ ਕੇ ਫਿਰ ਮੌਕਾ ਸਾਂਭ ਲਈਏ, ਕਲਵੀਰ ਸਿੰਘ ਸਹੋਤਾ ਡਾਂਸੀ ਵਾਲ ਲੋਕ ਤੱਥ ਨੇ। ਨਵਕਿਰਨ ਸਿੰਘ ਪੱਤੀ ਜੀ ਸਵਾਗਤ ਹੈ, ਸਤਿ ਸ੍ਰੀ ਅਕਾਲ। ਸ਼ੁਕਰੀਆ ਜੀ ਗਿੱਲ ਸਾਹਿਬ, ਸਭ ਤੋਂ ਪਹਿਲਾਂ ਤੁਹਾਨੂੰ ਤੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਜੀ ਗਿੱਲ ਸਾਹਿਬ, ਚਰਨਜੀਤ ਸਿੰਘ ਚੰਨੀ ਤੇ ਮੰਤਰੀ ਰਵਨੀਤ ਬਿੱਟੂ
ਲੋਕ ਸਭਾ 'ਚ ਫਿਰ ਆਹਮਣੋ ਸਾਹਮਣੇ ਹੋ ਗਏ, ਹੋਈ ਕੀ ਗੱਲ? ਵਾਕਈ ਜੀ ਅੱਜ ਪੂਰੇ ਖੈਬੜੇ, ਔਰ ਗੱਲ ਇਹ ਹੋਈ ਕਿ ਅੱਜ ਚਰਨਜੀਤ ਸਿੰਘ ਚੰਨੀ ਪੂਰੇ ਫਾਰਮ 'ਚ ਸੀਗਾ। ਚਰਨਜੀਤ ਸਿੰਘ ਚੰਨੀ ਨੇ ਅੱਜ ਲੋਕ ਸਭਾ ਦੇ ਵਿੱਚ ਬਜਟ ਦੇ ਬਾਰੇ ਦੇ ਵਿੱਚ ਬੋਲਦਿਆਂ ਧੂੰਆਂਧਾਰ ਗੱਲਾਂ ਜਿਹੜੀਆਂ ਉਹ ਕੀਤੀਆਂ। ਚੰਨੀ ਨੇ ਗੱਲ ਇਹ ਕਹੀ ਵੀ ਮੇਰੇ ਮੁੰਡੇ ਦਾ ਵਿਆਹ ਤਾਂ ਹੋਇਆ ਸੀ ਗੁਰਦੁਆਰਾ ਸਾਹਿਬ ਦੇ ਵਿੱਚ, ਥੋੜਾ ਜਿਹਾ ਕੱਟ ਸੀ। ਉਹ ਕਹਿੰਦੇ ਮੈਨੂੰ ਤਾਂ 2 ਸਾਲ ਹੋ ਗਏ ਪੁਲਿਸ ਵਾਲੇ ਪੁੱਛੀ ਜਾਂਦੇ ਨੇ ਵੀ ਖਰਚਾ ਕਿੱਥੋਂ ਕੀਤਾ, ਉਹ ਪੈਸਾ ਕਿੱਥੋਂ ਆਇਆ, ਉਹ ਪੈਸਾ ਕਿੱਥੋਂ ਆਇਆ, ਉਹਨੇ ਕਿੰਨੇ ਕੁ ਲੱਗੇ ਹੋਣਗੇ। ਕਹਿੰਦੇ ਕਹਿੰਦੇ 1,000 ਕਰੋੜ ਰੁਪਇਆ ਲਾਈ ਜਾਂਦਾ, 6 ਮਹੀਨੇ ਹੋ ਗਏ ਵਿਆਹ ਚੱਲਦੇ ਨੂੰ, ਬਾਂਡੀਆਂ ਦੇ ਮੁੰਡੇ ਦਾ ਪ੍ਰਧਾਨ ਮੰਤਰੀ ਉੱਥੇ ਗੁਲਦਸਤੇ ਲਈ ਫਿਰਦਾ, ਉਹਨੂੰ ਕੋਈ ਪੁੱਛਣ ਦੱਸਣ ਵਾਲਾ ਹੈ ਹੀ ਨੀ। ਫਿਰ ਚੰਨੀ ਹੋਰਾਂ ਨੇ ਜ਼ਿਕਰ ਕੀਤਾ ਵੀ ਇਹਨਾਂ ਨੇ ਏਅਰਪੋਰਟ ਅਡਾਨੀਆਂ ਨੂੰ ਵੇਚਤੇ, ਇਹਨਾਂ ਨੇ ਜਹਾਜ਼ ਵੇਚਤੇ, ਔਰ ਉਹਨਾਂ ਨੇ ਤਾਂ ਈਸਟ ਇੰਡੀਆ ਕੰਪਨੀ ਦਾ ਜ਼ਿਕਰ ਕਰਦਿਆਂ ਭਾਜਪਾ ਤੇ ਬਹੁਤ ਸਾਰੇ ਗੰਭੀਰ ਕਿਸਮ ਦੇ ਦੋਸ਼ ਲਾਏ ਵੀ ਇਹ ਕਰ ਕੀ ਰਹੇ ਨੇ, ਲਿਜਾ ਕਿਸ ਪਾਸੇ ਰਹੇ ਨੇ ਗੱਲ ਨੂੰ। ਔਰ ਇਹ ਸਾਰੀ ਕਹਾਣੀ ਕਰਦਿਆਂ ਕਰਦਿਆਂ ਚਰਨਜੀਤ ਸਿੰਘ ਚੰਨੀ ਨੇ ਉਦੋਂ ਬਾਅਦ ਕਿਹਾ ਕਿ ਹੁਣ ਅਣਐਲਾਨੀ ਐਮਰਜੈਂਸੀ ਲੱਗੀ ਹੋਈ ਆ ਦੇਸ਼ ਦੇ ਵਿੱਚ। ਉਹ ਕਹਿੰਦੇ ਵੀ ਸਾਡੇ ਪੰਜਾਬ ਦੇ 20 ਲੱਖ ਲੋਕਾਂ ਨੇ ਆਪਦਾ ਕੈਮਰ ਨੁਮਾਇੰਦਾ ਚੁਣਿਆ। ਉਹ ਅੰਮ੍ਰਿਤਪਾਲ ਸਿੰਘ ਦੀ ਗੱਲ ਕਰ ਰਹੇ ਸੀ। ਉਹ ਕਹਿੰਦੇ 20 ਲੱਖ ਲੋਕਾਂ ਨੇ ਆਪਦਾ ਨੁਮਾਇੰਦਾ ਚੁਣ ਕੇ ਸੰਸਦ ਦੇ ਵਿੱਚ ਭੇਜਿਆ, ਉਹ ਨੈਸ਼ਨਲ ਸਿਕਿਉਰਿਟੀ ਐਕਟ ਤਹਿਤ ਹਿਰਾਸਤ ਦੇ ਵਿੱਚ ਹੈ, ਔਰ ਉਹ ਕਹਿੰਦੇ ਉਸ ਨੂੰ ਬਾਹਰ ਨਹੀਂ ਕੱਢਿਆ ਜਾ ਰਿਹਾ, ਔਰ ਇਸ ਕਰਕੇ ਉਹਨਾਂ 20 ਲੱਖ ਲੋਕਾਂ ਦੀ ਗੱਲ ਰੱਖਣ ਵਾਲਾ ਹੈ ਨਹੀਂ ਇੱਥੇ ਕੋਈ, ਇਹ ਕਿਹੜੀ ਡੈਮੋਕ੍ਰੇਸੀ ਹੈ। ਮਤਲਬ ਇਸ ਤਰ੍ਹਾਂ ਦੀਆਂ ਗੱਲਾਂ ਜਿਹੜੀਆਂ ਚੰਨੀ ਹੋਰਾਂ ਨੇ ਕੀਤੀਆਂ, ਔਰ ਚੰਨੀ ਹੋਰ ਇਹ ਗੱਲਾਂ ਕਰ ਹੀ ਰਹੇ ਸੀ ਕਿ ਰਵਨੀਤ ਬਿੱਟੂ ਨੇ ਬੋਲਣਾ ਸ਼ੁਰੂ ਕਰਤਾ। ਰਵਨੀਤ ਬਿੱਟੂ ਨੇ ਜਦੋਂ ਚੰਨੀ ਹੋਰਾਂ ਦੇ ਉੱਤੇ ਅਟੈਕ ਕੀਤਾ ਵੀ ਇਹ ਕਰੋੜਾਂ ਪਤੀ ਬੰਦਾ ਹੈ, ਕਰਪਟ ਹੈ, ਚੰਨੀ ਹੋਰਾਂ ਨੇ ਔਰ ਰਵਨੀਤ ਬਿੱਟੂ ਨੇ ਕਿਹਾ ਮੇਰੇ ਦਾਦੇ ਨੇ ਕੁਰਬਾਨੀ ਕੀਤੀ ਆ। ਰਵਨੀਤ ਬਿੱਟੂ ਨੇ ਚੰਨੀ ਨੂੰ ਕਹਿਤਾ ਕਹਿੰਦਾ ਤੇਰਾ ਦਾਦਾ ਤਾਂ ਅਸਲ ਚ ਉਦੇ ਮਰਿਆ ਜਿੱਦੇ ਤੂੰ ਭਾਜਪਾ ਜੁਆਇਨ ਕੀਤੀ ਆ। ਇਹਦੇ ਤੋਂ ਬਿੱਟੂ ਹੋਰ ਭੱਜ ਗਿਆ। ਬਿੱਟੂ ਨੇ ਕਿਹਾ ਵੀ ਤੇਰੇ ਤੇ ਮੀ ਟੂ ਦਾ ਦੋਸ਼ ਹੈ, ਔਰ ਉਹ ਕਿਹੜੀ ਗੱਲ ਆ ਜਿਹੜੀ ਚੰਨੀ ਬਾਰੇ ਬਿੱਟੂ ਨੇ ਕਹੀ ਨੀ। ਉਦੋਂ ਬਾਅਦ ਚੰਨੀ ਮੂਹਰੋਂ ਭੱਜ ਗਿਆ, ਔਰ ਉੱਥੇ ਲੋਕ ਸਭਾ ਦੇ ਵਿੱਚ ਦੋਨਾਂ ਨੇ ਮਤਲਬ ਇੱਕ ਦੂਜੇ ਦੇ ਜਿਵੇਂ ਪੰਜਾਬੀ ਚ ਕਹਾਂ ਵੀ ਪੋਤੜੇ ਫਰੋਲਣ ਦੀ ਕੋਸ਼ਿਸ਼ ਜਿਹੜੀ ਆ ਉਹ ਕੀਤੀ ਹੈ। ਹਾਲਾਂਕਿ ਚਰਨਜੀਤ ਚੰਨੀ ਨੇ ਜਿਹੜੀਆਂ ਗੱਲਾਂ ਕਹੀਆਂ, ਦੇਖੋ ਰਵਨੀਤ ਬਿੱਟੂ ਜੋ ਕਹਿ ਰਿਹਾ ਮੈਨੂੰ ਉਹਦੀ ਕਿਸੇ ਗੱਲ ਚ ਦਮ ਨੀ ਲੱਗਿਆ, ਐਵੇਂ ਬੜਕਾ ਮਰੀ ਜਾਂਦਾ ਸੀ ਉੱਥੇ ਬੈਠਾ, ਲੋਕਾਂ ਨੇ ਇੱਥੋਂ ਪੰਜਾਬ ਦਿਆਂ ਨੇ ਹਰਾ ਕੇ ਤੋਰਿਆ, ਉਹ ਤਾਂ ਅਮਿਤ ਸ਼ਾਹ ਨੇ ਮਤਲਬ ਉਹਨੂੰ ਕੇਂਦਰ ਦੇ ਵਿੱਚ ਰਾਜ ਮੰਤਰੀ ਬਣਾਤਾ, ਉਹਦੀ ਕੀ ਗਿਣਤੀ ਮਿਣਤੀ ਆ ਭਾਜਪਾ ਦੀ, ਉਹ ਤਾਂ ਮਤਲਬ ਆਉਣ ਵਾਲੇ ਦਿਨਾਂ ਦੇ ਵਿੱਚ ਸਾਹਮਣੇ ਆਊ, ਉਹਨਾਂ ਦੀ ਗਿਣਤੀ ਮਿਣਤੀ ਹੋਰ ਹੈ। ਉਹ ਐਂ ਨੀ ਹੈਗਾ ਵੀ ਕੋਈ ਬਾਹਲੀ ਵਧੀਆ ਲਿਹਾਜ਼ ਪਕਾ ਰਹੇ ਨੇ ਉਹ ਬਿੱਟੂ ਦੇ ਨਾਲ, ਬਿੱਟੂ ਐਵੇਂ ਮਤਲਬ ਉਦਿਆਂ ਦਾ ਖੁਸ਼ ਹੋਇਆ ਫਿਰਦਾ ਵੀ ਅਮਿਤ ਸ਼ਾਹ ਨਾਲ ਲਿਹਾਜ਼ ਆ, ਲਿਹਾਜ਼ ਲੂਹ ਕਾਹਦੀ ਆ। ਚਲੋ ਖੈਰ, ਮਸਲਾ ਜਿਹੜਾ ਗਿੱਲ ਸਾਹਿਬ ਇਹ ਹੈ ਵੀ ਜਿਹੜੀਆਂ ਚੰਨੀ ਨੇ ਗੱਲਾਂ ਕੀਤੀਆਂ ਬਿਲਕੁਲ ਦਰੁਸਤ ਨੇ। 6 ਮਹੀਨੇ ਹੋ ਗਏ ਇੱਕ ਧਨਾੜ ਪਰਿਵਾਰ ਦੇ ਵਿਆਹ ਚੱਲਦੇ ਨੂੰ, ਪੂਰੇ ਦੇਸ਼ ਦਾ ਮੀਡੀਆ, ਪੂਰੇ ਦੇਸ਼ ਦੇ ਲੀਡਰ, ਪੂਰੇ ਦੇਸ਼ ਦੀ ਸਟੇਟ ਮਸ਼ੀਨਰੀ ਉਸ ਪਾਸੇ ਲੱਗੀ ਹੋਈ ਹੈ। ਚੰਨੀ ਦੀ ਗੱਲ ਬਿਲਕੁਲ ਦਰੁਸਤ ਹੈ ਕਿ ਅੰਮ੍ਰਿਤਪਾਲ ਸਿੰਘ ਨੂੰ ਰਿਹਾ ਕਰਨਾ ਬਣਦਾ, ਸੰਸਦ ਦੇ ਵਿੱਚ ਉਹਨਾਂ ਦੀ ਆਵਾਜ਼ ਆ ਜਿਹੜੀ ਉਹ ਗੂੰਜਣੀ ਚਾਹੀਦੀ ਹੈ। ਜਦੋਂ ਲੋਕਾਂ ਨੇ ਚੁਣ ਕੇ ਭੇਜਿਆ, ਮਤਲਬ ਇਹ ਉਹਨਾਂ ਦੀ ਵਿਚਾਰਧਾਰਾ ਕੀ ਆ, ਉਹ ਕੀ ਸੋਚਦੇ ਨੇ, ਉਹ ਵੱਖਰਾ ਪਹਿਲੂ ਆ। ਜਦੋਂ ਉਹਨਾਂ ਨੇ ਸਹੁੰ ਚੁੱਕ ਲਈ ਹੈ ਸੰਵਿਧਾਨ ਅਨੁਸਾਰ, ਤਾਂ ਉਹਨਾਂ ਨੂੰ ਮਤਲਬ ਪੈਰੋਲ ਮਿਲਣੀ ਚਾਹੀਦੀ ਹੈ। ਔਰ ਚੰਨੀ ਨੇ ਜਿਹੜੀਆਂ ਗੱਲਾਂ ਕੀਤੀਆਂ ਉਹ ਦਰੁਸਤ ਨੇ, ਉਹ ਵੱਖਰੀ ਗੱਲ ਹੈ। ਕਾਂਗਰਸ ਦਾ ਉਦੋਂ ਬਾਅਦ ਟਵੀਟ ਆ ਗਿਆ ਜੈਰਾਮ ਰਮੇਸ਼ ਦਾ, ਕਾਂਗਰਸ ਦੇ ਲੀਡਰ ਦਾ, ਵੀ ਇਹ ਚੰਨੀ ਦੀ ਪਰਸਨਲ ਸਮਝ ਆ ਜਿਹੜੀ ਉਹਨਾਂ ਨੇ ਬੋਲੀ ਹੈ। ਕਾਂਗਰਸ ਦੀ
ਇਹਦੇ ਇਹ ਪੁਆਇੰਟ ਨਹੀਂ ਹੈ, ਵਿਊ ਪੁਆਇੰਟ ਨਹੀਂ ਹੈ ਅੰਮ੍ਰਿਤਪਾਲ ਸਿੰਘ ਬਾਰੇ। ਰਾਜਾ ਬੜਿੰਗ ਵੀ ਮਲਮੀ ਜੀ ਗੱਲ ਕਰ ਗਿਆ ਇਸ ਵਿਸ਼ੇ ਦੇ ਉੱਤੇ, ਲੇਕਿਨ ਚੰਨੀ ਦੀ ਇਸ ਗੱਲੋਂ ਮਤਲਬ ਪ੍ਰੋੜਤਾ ਕਰਨੀ ਬਣਦੀ ਹੈ ਵੀ ਉਹਨਾਂ ਨੇ ਸਹੀ ਮੁੱਦੇ ਜਿਹੜੇ ਪੰਜਾਬ ਦੇ ਚੱਕੇ ਜੀ। ਨੀਤੀ ਆਯੋਗ ਦੀ ਬੈਠਕ ਚ ਹਿੱਸਾ ਲੈਣਗੇ ਭਗਵੰਤ ਮਾਨ ਹੋਣੀ? ਭਗਵੰਤ ਮਾਨ ਹੋਰਾਂ ਨੇ ਨੀਤੀ ਆਯੋਗ ਦੀ ਬੈਠਕ ਦਾ ਬਾਈਕਾਟ ਕਰਤਾ ਔਰ ਭਗਵੰਤ ਮਾਨ ਹੋਰੀ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਹਿੱਸਾ ਨਹੀਂ ਲੈਣਗੇ। ਦਰਅਸਲ ਆਉਣ ਵਾਲੇ ਦਿਨਾਂ ਦੇ ਵਿੱਚ ਦੋ ਦਿਨਾਂ ਦੇ ਵਕਫੇ ਦੇ ਨਾਲ ਨੀਤੀ ਆਯੋਗ ਦੀ ਮੀਟਿੰਗ ਹੋ ਰਹੀ ਹੈ। ਨੀਤੀ ਆਯੋਗ ਦੀ ਮੀਟਿੰਗ ਪ੍ਰਧਾਨ ਮੰਤਰੀ ਬੈਠਣਗੇ ਔਰ ਸਾਰੇ ਸੂਬਿਆਂ ਦੇ ਚੀਫ਼ ਮਿਨਿਸਟਰ ਹੋਣਗੇ ਨੀਤੀ ਆਯੋਗ ਦੀ ਬੈਠਕ ਦੇ ਵਿੱਚ। ਸੂਬਿਆਂ ਦੇ ਨੁਮਾਇੰਦੇ ਅਫਸਰਸ਼ਾਹੀ ਵੀ ਹੋਏਗੀ, ਸੈਂਟਰ ਦੇ ਨੁਮਾਇੰਦੇ ਵੀ ਹੋਣਗੇ ਔਰ ਭਗਵੰਤ ਮਾਨ ਹੋਰਾਂ ਨੇ ਉਸ ਮੀਟਿੰਗ ਦੇ ਬਾਈਕਾਟ ਦਾ ਐਲਾਨ ਕਰਤਾ। ਭਗਵੰਤ ਮਾਨ ਹੋਰਾਂ ਤੋਂ ਪਹਿਲਾਂ ਕਾਂਗਰਸ ਦੇ ਮੁੱਖ ਮੰਤਰੀ ਉਸ ਮੀਟਿੰਗ ਦਾ ਬਾਈਕਾਟ ਆ ਜਿਹੜਾ ਕਰ ਚੁੱਕੇ ਨੇ। ਕਾਂਗਰਸ ਪਾਰਟੀ ਦੀ ਤਿੰਨ ਸੂਬਿਆਂ ਦੇ ਵਿੱਚ ਸਰਕਾਰ ਆ ਔਰ ਕਾਂਗਰਸ ਦੇ ਤਿੰਨੇ ਸੂਬਿਆਂ ਨੇ ਕਾਂਗਰਸ ਨੇ ਕਹਿਤਾ ਵੀ ਅਸੀਂ ਬਾਈਕਾਟ ਕਰਦੇ ਹਾਂ। ਉਹਦਾ ਕਾਰਨ ਜਿਹੜਾ ਮਤਲਬ ਹੈ ਕਿ ਇੰਡੀਆ ਗੱਠਜੋੜ ਨੀਤੀ ਆਯੋਗ ਦੀ ਮੀਟਿੰਗ ਦੇ ਵਿੱਚ ਹਿੱਸਾ ਨਹੀਂ ਲਊਗਾ। ਦਲੀਲ ਇਹ ਹੈ ਕਾਂਗਰਸ ਦੀ ਵੀ, ਭਗਵੰਤ ਮਾਨ ਹੋਰਾਂ ਦੀ ਵੀ ਔਰ ਬਾਕੀਆਂ ਦੀ ਵੀ ਕਿ ਜਿਹੜਾ ਬਜਟ ਪੇਸ਼ ਕੀਤਾ ਗਿਆ ਉਹ ਬਜਟ ਦੇ ਵਿੱਚ ਸਿਰਫ ਦੋ ਸੂਬਿਆਂ ਨੂੰ ਬਿਹਾਰ ਤੇ ਆਂਧਰਾ ਪ੍ਰਦੇਸ਼ ਨੂੰ ਜਿਹੜਾ ਉਹ ਪਹਿਲ ਦਿੱਤੀ ਗਈ ਹੈ, ਇੱਕ ਨੂੰ 15,000 ਕਰੋੜ ਰੁਪਇਆ, ਇੱਕ ਨੂੰ 60,000 ਕਰੋੜ ਰੁਪਇਆ ਦਿੱਤਾ ਗਿਆ, ਬਾਕੀ ਸੂਬਿਆਂ ਨੂੰ ਧੇਲਾ ਨਹੀਂ ਦਿੱਤਾ ਉਹ ਬਜਟ ਦੇ ਵਿੱਚ। ਭਗਵੰਤ ਮਾਨ ਹੋਰਾਂ ਨੇ ਕਿਹਾ ਵੀ ਜਦੋਂ ਸਾਨੂੰ ਦੇਣਾ ਹੀ ਕੱਖ ਨਹੀਂ, ਸਾਡੇ ਨਾਲ ਸਲੂਕ ਹੀ ਜਿਹੜਾ ਗਾ ਉਹ ਦੂਜੇ ਦਰਜੇ ਦੇ ਸ਼ਹਿਰੀ ਵਾਲਾ ਕਰਨਾ ਹੈ। ਉਹ ਕਹਿੰਦੇ ਪੰਜਾਬ ਦਾ ਨਾਂ ਤੱਕ ਨਹੀਂ ਲਿਆ ਬਜਟ, ਇੱਕ ਘੰਟਾ 23 ਮਿੰਟ ਦੇ ਭਾਸ਼ਣ ਦੇ ਵਿੱਚ ਔਰ ਬਜਟ ਦੇ ਵਿੱਚ ਕਿਤੇ ਪੰਜਾਬ ਦਾ ਜ਼ਿਕਰ ਤੱਕ ਨਹੀਂ ਹੈ, ਤਾਂ ਫਿਰ ਉਸ ਨੀਤੀ ਆਯੋਗ ਦੀ ਬੈਠਕ ਦੇ ਵਿੱਚ ਬੈਠਣ ਦੇ ਕੋਈ ਮਾਇਨੇ ਨਹੀਂ ਰਹਿ ਜਾਂਦੇ। ਇਹ ਗੈਰ ਭਾਜਪਾ ਹੀ ਸੂਬਿਆਂ ਦੀਆਂ ਸਰਕਾਰਾਂ ਦੇ ਨਾਲ ਜਿਹੜਾ ਵਿਤਕਰਾ ਉਹ ਕੀਤਾ ਜਾ ਰਿਹਾ। ਕਾਂਗਰਸ ਨੇ ਦੇਖੋ ਜੀ ਕਹਿ ਦਿੱਤਾ ਵੀ ਨੀਤੀ ਆਯੋਗ ਦੀ ਬੈਠਕ ਚ ਨਹੀਂ ਜਾਵਾਂਗੇ। ਭਗਵੰਤ ਮਾਨ ਹੋਰਾਂ ਨੇ ਕਹਿ ਦਿੱਤਾ ਨੀਤੀ ਆਯੋਗ ਦੀ ਬੈਠਕ ਚ ਨਹੀਂ ਜਾਵਾਂਗੇ। ਕੇਜਰੀਵਾਲ ਵੈਸੀ ਜੇਲ੍ਹ ਚ ਹੈ। ਹੁਣ ਮਮਤਾ ਬੈਨਰਜੀ ਦਾ ਅਜੇ ਤੱਕ ਮੈਨੂੰ ਜਿਹੜਾ ਗਾ ਉਹ ਪਤਾ ਨਹੀਂ ਲੱਗਿਆ ਕਿ ਉਹ ਲੈ ਰਹੇ ਆ ਹਿੱਸਾ ਜਾਂ ਨਹੀਂ ਲੈ ਰਹੇ। ਮੈਨੂੰ ਲੱਗਦਾ ਕਿ ਇੰਡੀਆ ਗੱਠਜੋੜ ਦੇ ਸ਼ਾਇਦ ਜਿੰਨੇ ਪਾਰਟਨਰ ਨੇ ਸ਼ਾਇਦ ਉਹਨਾਂ ਦੇ ਵਿੱਚੋਂ ਕੋਈ ਵੀ ਨੀਤੀ ਆਯੋਗ ਦੀ ਬੈਠਕ ਚ ਨਾ ਜਾਵੇ, ਦੇਰ ਸਵੇਰ ਉਹਨਾਂ ਦੇ ਫੈਸਲੇ ਵੀ ਬਾਕੀਆਂ ਦੇ ਆਏ ਲਓ ਜੀ। ਇਹ ਜਿਹੜਾ ਗਵਰਨਰ ਸਾਹਿਬ ਨੇ, ਪਹਿਲਾਂ ਵੀ ਗਵਰਨਰ ਰਹੇ ਨੇ ਪੰਜਾਬ ਦੇ ਵਿੱਚ, ਪੁਰੋਹਿਤ ਜੀ ਸਰਹੱਦੀ ਜ਼ਿਲ੍ਹਿਆਂ ਨੂੰ ਬਹੁਤ ਜਾਂਦੇ ਆ, ਉਹ ਕਰਦੇ ਕੀ ਆ ਉੱਥੋਂ? ਉਹਦਾ ਕੋਈ ਸਬਸਟੀਟਿਊਟ ਹੈ ਜੇ ਉੱਥੇ ਜਾਂਦੇ ਨੇ? ਕੋਈ ਨਸ਼ਾ ਹੈ, ਕੋਈ ਉੱਥੇ ਭੁੱਖਮਰੀ ਹੈ? ਉਹ ਸੈਂਟਰ ਦੇ ਰੀਪ੍ਰਜੈਂਟੇਟਿਵ ਨੇ ਸੂਬੇ 'ਚ, ਫਿਰ ਉਹ ਉੱਥੋਂ ਕੁਛ ਲੈ ਕੇ ਵੀ ਆਉਂਦੇ ਆ ਜਾਂ ਫਿਰ ਭਗਵੰਤ ਮਾਨ ਨਾਲੇ ਖੜਕਦੀ ਆ ਬਸ? ਇਹ ਅਸਲ ਦੇ ਵਿੱਚ ਗੱਲ ਸਭ ਗੱਲ ਇਹ ਹੈ ਵੀ ਜਿਹੜੇ ਸੂਬਿਆਂ ਦੇ ਵਿੱਚ ਭਾਜਪਾ ਦੀਆਂ ਸਰਕਾਰਾਂ ਨੇ ਉੱਥੇ ਦਾ ਸਾਰਾ ਕੁਛ ਜਿਹੜਾ ਉਹ ਘਿਓ ਖਿਚੜੀ ਚੱਲਦਾ ਗਵਰਨਰਾਂ ਦਾ ਚੀਫ਼ ਮਿਨਿਸਟਰਾਂ ਦੇ ਨਾਲ। ਜਿਹੜੇ ਸੂਬਿਆਂ ਦੇ ਵਿੱਚ ਭਾਜਪਾ ਦੀ ਸਰਕਾਰ ਹੈ ਨਹੀਂ ਉੱਥੇ ਅਸਲ ਦੇ ਵਿੱਚ ਮਤਲਬ ਸੈਂਟਰ ਸਰਕਾਰ ਹੈ ਜਿਹੜੀ ਉਹ ਗਵਰਨਰਾਂ ਦੇ ਰਾਹੀਂ ਕੜੀ ਘੋਲਣ ਦਾ ਕੰਮ ਕਰ ਰਹੀ ਹੈ, ਸਿੱਧੇ ਸ਼ਬਦਾਂ ਚ ਕਹਿਣਾ ਹੋਵੇ ਤਾਂ। ਉੱਥੇ ਪੈਰਲਲ ਸਰਕਾਰਾਂ ਚਲਾਉਣ ਦੀ ਕੋਸ਼ਿਸ਼ ਦੇ ਦੋਸ਼ ਬਹੁਤ ਸਾਰੇ ਚੀਫ਼ ਮਿਨਿਸਟਰ ਜਿਹੜੇ ਸੈਂਟਰ ਦੇ ਉੱਤੇ ਲਾ ਚੁੱਕੇ ਨੇ ਵੀ ਪੈਰਲਲ ਸਰਕਾਰ ਚਲਾਉਣ ਦੀ ਕੋਸ਼ਿਸ਼ ਕਰਦੇ ਨੇ। ਹੁਣ ਆਪਣੇ ਵੀ ਗਵਰਨਰ ਸਾਹਿਬ ਥੋੜੇ ਜਿਹੇ ਚਿਰ ਬਾਅਦ ਜਿਹੜਾ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਜਾਂਦੇ ਨੇ, ਉੱਥੇ ਆਪਾਂ ਨੂੰ ਪਤਾ ਹੈ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਦੇਖੋ ਨਸ਼ਿਆਂ ਦਾ ਮਸਲਾ ਆਲ ਪੰਜਾਬ ਹੈ, ਪੰਜਾਬ ਹੀ ਨਹੀਂ ਇਕੱਲੇ, ਤੁਹਾਡੇ ਕੈਨੇਡਾ ਦੇ ਵਿੱਚੋਂ ਵੀ ਕਾਫੀ ਖ਼ਬਰਾਂ ਆਉਂਦੀਆਂ, ਤਾਂ ਸੰਸਾਰ ਪੱਧਰ ਦਾ ਮਸਲਾ ਉਂਝ ਬਣਿਆ ਪਿਆ। ਖੈਰ,
ਪੰਜਾਬ ਦੇ ਵਿੱਚ ਪੰਜਾਬ ਦੀ ਇਹ ਧਰਤੀ ਹੈ ਜਿਹੜੀ, ਇਹ ਧਰਤੀ ਨਸ਼ਿਆਂ ਵਾਲੀ ਧਰਤੀ ਨਹੀਂ ਸੀ, ਗੁਰੂਆਂ ਪੀਰਾਂ ਦੀ ਧਰਤੀ ਹੈ, ਬਹਾਦਰਾਂ ਜਰਨੈਲਾਂ ਦੀ ਧਰਤੀ ਹੈ, ਨਸ਼ੇ ਹਨ ਮਸਲਾ, ਲੇਕਿਨ ਉਹ ਸਿਰਫ ਸਰਹੱਦੀ ਜ਼ਿਲ੍ਹਿਆਂ 'ਚ ਨਹੀਂ ਹੈਗੇ। ਔਰ ਗਵਰਨਰ ਸਾਹਿਬ ਸਰਹੱਦੀ ਜ਼ਿਲ੍ਹਿਆਂ ਦੇ ਦੌਰੇ ਦੌਰਾਨ ਨਸ਼ਿਆਂ ਦਾ ਮਸਲਾ ਉਭਾਰਦੇ ਨੇ, ਸਿਕਿਉਰਿਟੀ ਦਾ ਮਸਲਾ ਉਭਾਰਦੇ ਨੇ। ਆਹ ਜਿਹੜਾ ਬਾਰਡਰ BSF ਨੂੰ ਪਹਿਲਾਂ 50 ਕਿਲੋਮੀਟਰ ਦਾ ਦਾਇਰਾ ਸੀ, ਫਿਰ ਹੋਰ ਵਧਾਤਾ, ਉਹ ਅਸਲ ਦੇ ਵਿੱਚ ਮੇਨ ਜਿਹੜਾ ਡੀਪ ਸਟੇਟ ਵਾਲਾ ਪ੍ਰੋਜੈਕਟ ਹੈ, ਉਹ ਅਸਲ ਦੇ ਵਿੱਚ ਇਹ ਮਸਲੇ ਦੀ ਜੜ ਹੈ। ਔਰ ਗਵਰਨਰ ਸਾਹਿਬ ਦੇ ਵੱਲੋਂ 2 ਰੋਜ਼ਾ ਜਿਹੜਾ ਦੌਰਾ ਉਹ ਕੀਤਾ ਗਿਆ। ਇੱਥੇ ਹੁਣ ਭਗਵੰਤ ਮਾਨ ਹੋਰਾਂ ਨੇ ਕਮੈਂਟ ਕੀਤਾ, ਭਗਵੰਤ ਮਾਨ ਹੋਰਾਂ ਨੇ ਕਿਹਾ ਗਾ ਵੀ ਦੇਖੋ ਜੀ, ਉਹ ਕਹਿੰਦੇ ਮੇਰੀ ਅੱਧੀ ਸਰਕਾਰ ਤਾਂ ਗਵਰਨਰ ਸਾਹਿਬ ਲਈ ਫਿਰਦੇ ਨੇ। ਗੱਲ ਸਹੀ ਵੀ ਹੈ, ਪ੍ਰੋਟੋਕਾਲ ਦੇ ਅਨੁਸਾਰ ਜਿੱਥੇ ਹੁਣ ਗਵਰਨਰ ਸਾਹਿਬ ਜਾਂਦੇ ਨੇ ਉਹਨਾਂ ਦੇ ਨਾਲ ਉਹ ਜਿਹੜੇ ਇਲਾਕਿਆਂ ਦੇ ਵਿੱਚ ਜਾਂਦੇ ਨੇ ਉੱਥੋਂ ਦੇ SSP DSP SP ਉਹ ਸਾਰਿਆਂ ਦੀ ਜ਼ਿੰਮੇਵਾਰੀ ਬਣ ਜਾਂਦੀ ਹੈ ਪ੍ਰੋਟੋਕਾਲ ਦੇ ਅਨੁਸਾਰ। ਗਵਰਨਰ ਸਾਹਿਬ ਦੇ ਕਾਫਲੇ ਨੂੰ ਜਿਹੜਾ ਉਹ ਸੁਰੱਖਿਆ ਵੀ ਦੇਣੀ ਹੈ, ਵੈਲਕਮ ਵੀ ਕਰਨਾ, DC-ਆਂ ਦੀ ਡਿਪਟੀ ਕਮਿਸ਼ਨਰਾਂ ਦੀ ਬਣ ਜਾਂਦੀ ਹੈ। ਔਰ ਮਤਲਬ ਇਹ ਜਿਹੜੀ ਸਾਰੀ ਜਾਣੀ ਦੀ ਜਿੱਥੇ ਜਿੱਥੇ ਉਹ ਜਾਂਦੇ ਨੇ ਉਹ ਕਹਿੰਦੇ ਅੱਧੀ ਸਰਕਾਰ ਮੇਰੀ, ਅੱਧੀ ਸਰਕਾਰ ਭਗਵੰਤ ਮਾਨ ਦੀ ਗੱਲ ਦਰੁਸਤ ਹੈ। ਜੇ ਹੁਣ ਦੇਖਣਾ ਵੀ ਅੱਧੀ ਸਰਕਾਰ ਭਗਵੰਤ ਮਾਨ ਜਲੰਧਰ ਲਈ ਬੈਠਾ, 2 ਦਿਨ ਹੋ ਗਏ ਉੱਥੇ ਭਗਵੰਤ ਮਾਨ ਜਿਹੜਾ ਜਨਤਾ ਦੀਆਂ ਮੁਸ਼ਕਲਾਂ ਸੁਣ ਰਹੇ ਨੇ, ਅੱਧੀ ਸਰਕਾਰ ਗਵਰਨਰ ਸਾਹਿਬ ਲਈ ਫਿਰਦੇ ਨੇ, ਤੇ ਬਾਕੀ ਪੰਜਾਬ ਦਾ ਹਾਲ ਕੀ ਹੋਊਗਾ ਉਹ ਆਪਾਂ ਸਾਰੇ ਸਮਝ ਸਕਦੇ ਹਾਂ। ਸੋ ਕੁੱਲ ਮਿਲਾ ਕੇ ਇਹ ਹੈ ਜੀ ਕਿ ਗਵਰਨਰ ਸਾਹਿਬ ਨੇ ਵੀ ਕਿਹਾ ਕਿ ਸਰਹੱਦ ਤੇ ਐਂਟੀ ਡਰੋਨ ਟੈਕਨੋਲੋਜੀ ਸਥਾਪਿਤ ਕੀਤੀ ਜਾਊਗੀ। ਔਰ ਗਵਰਨਰ ਸਾਹਿਬ ਨੇ ਕਿਹਾ ਨਸ਼ਿਆਂ ਸੰਬੰਧੀ ਜਿਹੜਾ ਅਦਾਲਤੀ ਕੇਸਾਂ ਨਾਲ ਨਜਿੱਠਣ ਲਈ ਵਕੀਲਾਂ ਦਾ ਵਿਸ਼ੇਸ਼ ਪੈਨਲ ਬਣਾਇਆ ਜਾਊਗਾ। ਔਰ ਗਵਰਨਰ ਸਾਹਿਬ ਵੱਲੋਂ ਵਿਲੇਜ ਡਿਫੈਂਸ ਕਮੇਟੀਆਂ ਦੇ ਮੈਂਬਰਾਂ ਦੇ ਨਾਲ ਮੀਟਿੰਗ ਹੈ ਜਿਹੜੀ ਉਹ ਕੀਤੀ ਗਈ ਹੈ। ਔਰ ਉਹਨਾਂ ਨੇ ਗਵਰਨਰ ਸਾਹਿਬ ਨੇ ਸਰਹੱਦੀ ਪਿੰਡ ਧਨੋਏ ਕਲਾਂ ਦੇ ਵਿੱਚ ਸ਼ਹੀਦਾਂ ਦੀ ਯਾਦਗਾਰ ਤੇ ਫੁੱਲ ਮਾਲਾਵਾਂ ਭੇਂਟ ਕਰਕੇ ਸ਼ਰਧਾਂਜਲੀ ਦਿੱਤੀ। BSF ਪੋਸਟ ਤੇ ਏਕ ਪੇੜ ਮਾਂ ਕੇ ਨਾਮ ਮੁਹਿੰਮ ਦੀ ਸ਼ੁਰੂਆਤ ਵੀ ਜਿਹੜੀ ਉਹਨਾਂ ਨੇ ਉਹ ਕੀਤੀ। ਔਰ ਇਹ ਦੋਨਾਂ ਦੇ ਵਿੱਚ ਫਿਰ ਤਣਾਤਣੀ ਦਾ ਮਾਹੌਲ ਵੀ ਨਜ਼ਰ ਆ ਰਿਹਾ। ਭਗਵੰਤ ਮਾਨ ਹੋਰਾਂ ਨੇ ਵੀ ਤੰਜ ਕਸਮ ਤੋਂ ਕੋਈ ਕਸਰ ਨਹੀਂ ਛੱਡੀ ਜੀ। ਹਰਿਆਣਾ ਦੇ ਪੁਲਿਸ ਅਫਸਰਾਂ ਨੂੰ ਕਿਹੜਾ ਬਹਾਦਰੀ ਦਾ ਇਨਾਮ ਮਿਲ ਰਿਹਾ ਜੀ? ਇਹ ਗੱਲ ਸਭ ਖਾਸੀ ਵੱਡੀ ਗੱਲ ਹੈ। ਇਹ ਅਸਲ ਦੇ ਵਿੱਚ ਨਾ ਜਿਹੜੇ ਜਿਹੜੇ ਪੁਲਿਸ ਅਫਸਰਾਂ ਨੇ ਪੰਜਾਬ ਦੇ ਕਿਸਾਨਾਂ ਨੂੰ ਘੇਰ ਕੇ ਉੱਥੇ ਜਿਹੜਾ ਗਾ ਅੱਥਰੂ ਗੈਸ ਦੇ ਗੋਲੇ ਸਟਿਆਏ, ਲਾਠੀਚਾਰਜ ਕਰਵਾਏ, ਪਾਣੀ ਦੀਆਂ ਵਿਛਾੜਾਂ ਮਰਵਾਈਆਂ, ਉਹਨਾਂ ਪੁਲਿਸ ਅਫਸਰਾਂ ਨੂੰ ਸਨਮਾਨਿਤ ਕਰਨ ਦੀ ਤਜਵੀਜ਼ ਆ ਗਈ ਜਿਹੜੀ ਉਹ ਲਿਆਂਦੀ ਗਈ ਹੈ। ਹੁਣ ਇਹ ਖਾਸੀ ਵੱਡੀ ਗੱਲ ਜਿਹੜੀ ਉਹ ਕਹੀ ਜਾ ਸਕਦੀ ਹੈ ਕਿ ਕਿਸਾਨਾਂ ਦੇ ਖਿਲਾਫ ਸਟੇਟ ਮਸ਼ੀਨਰੀ ਦੀ ਵਰਤੋਂ ਕਰਨ ਵਾਲੇ ਪੁਲਿਸ ਅਫਸਰਾਂ ਨੂੰ ਜੇਕਰ ਸਨਮਾਨਿਤ ਕੀਤਾ ਜਾਊਗਾ ਤਾਂ ਇਹ ਆਪਣੇ ਇੱਕ ਆਪਣੇ ਹੀ ਦੇਸ਼ ਦੇ ਲੋਕਾਂ ਦੇ ਖਿਲਾਫ ਪਾਵਰ ਦੀ ਵਰਤੋਂ ਹੈ। ਔਰ ਇਹ ਉਹਨਾਂ ਮਤਲਬ ਕਿਸਾਨਾਂ ਦੇ ਦਿੱਲੀ ਕੂਚ ਨੂੰ ਰੋਕਣ ਵਾਲੇ ਅਫਸਰਾਂ ਨੂੰ ਜਿਹੜਾ ਉਹ ਬਹਾਦਰੀ ਪੁਰਸਕਾਰ ਦੇਣ ਦੀ ਗੱਲ ਹੈ। ਗ੍ਰਹਿ ਮੰਤਰਾਲੇ ਨੇ ਸਪਸ਼ਟੀਕਰਨ ਵੀ ਇਸ ਵਿਸ਼ੇ ਦੇ ਉੱਤੇ ਮੰਗਿਆ ਸੀਗਾ। ਔਰ ਇਹਦੇ ਤੇ ਪੰਜਾਬ ਦੇ ਜਿਹੜੇ ਆਪਣੇ ਸਪੀਕਰ ਨੇ ਵਿਧਾਨ ਸਭਾ ਦੇ ਕਲਤਾਰ ਸਿੰਘ ਸੰਧਵਾਂ, ਉਹਨਾਂ ਨੇ ਵੀ ਚਿੱਠੀ ਲਿਖੀ ਸੀ ਵੀ ਇਹ ਨਹੀਂ ਹੋਣਾ ਚਾਹੀਦਾ। ਇਹਦਾ ਕਿਸਾਨ ਜਥੇਬੰਦੀਆਂ ਵੀ ਲਗਾਤਾਰ ਵਿਰੋਧ ਹੈਗਾ ਜਿਹੜਾ ਉਹ ਕਰ ਰਹੀਆਂ ਨੇ। ਸੰਧਵਾਂ ਨੇ ਵੀ ਇਹੀ ਚਿੱਠੀ ਲਿਖੀ ਹੈ ਕਿ ਸ਼ੰਭੂ ਬਾਰਡਰ ਤੇ ਕਿਸਾਨਾਂ ਨੂੰ ਰੋਕਣ ਵਾਸਤੇ ਹਰਿਆਣਾ ਦੇ ਪੁਲਿਸ ਅਧਿਕਾਰੀਆਂ ਵੱਲੋਂ ਨਿਭਾਈ ਗਈ ਭੂਮਿਕਾ ਲਈ ਉਹਨਾਂ ਨੂੰ ਬਹਾਦਰੀ ਪੁਰਸਕਾਰਾਂ ਦੀ ਸਿਫਾਰਿਸ਼ ਆ ਜਿਹੜੀ ਉਹ ਇਤਰਾਜ਼ ਯੋਗ ਹੈ। ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰਾਂ ਨੂੰ ਚਿੱਠੀ ਹੈਗੀ ਜਿਹੜੀ ਇਸ ਵਿਸ਼ੇ ਦੇ ਉੱਤੇ ਲਿਖੀ ਹੈ। ਲੱਗਦਾ ਜੀ ਕਿ 15 ਅਗਸਤ ਨੂੰ ਉਹਨਾਂ ਪੁਲਿਸ ਅਫਸਰਾਂ ਨੂੰ ਸਨਮਾਨਿਤ ਕੀਤਾ ਜਾਊਗਾ ਜਿਹਨਾਂ ਨੇ ਮਤਲਬ ਆਪਣੇ ਕਿਸਾਨਾਂ ਨੂੰ ਜਿਹੜਾ ਉਹ ਰੋਕਿਆ ਗਾ।
ਹੁਣ ਇਹ ਉਹਨਾਂ ਨੂੰ ਬਹਾਦਰੀ ਤਗਮੇ ਦੇ ਲਈ ਜਿਹੜਾ ਗਾ ਉਹਨਾਂ ਦੇ ਨਾਂ ਰਿਕਮੈਂਡ ਕੀਤੇ ਗਏ ਨੇ। ਔਰ ਜਦੋਂ ਇਸ ਸੰਬੰਧੀ ਹਰਿਆਣਾ ਦੇ ਉੱਤੇ ਸਵਾਲ ਉੱਠੇ ਤਾਂ ਹਰਿਆਣੇ ਵਾਲੇ ਕਹਿੰਦੇ ਵੀ ਇਹ ਸਾਡੀ ਮਰਜ਼ੀ ਹੈ, 66 ਵਾਲਾ ਥੋੜੀ ਆ, ਇਹ ਸਾਡਾ ਆਪਦਾ ਸੂਬਾ ਗਾ। ਸੋ ਇਹ ਉਂਝ ਹੈ ਇਹ ਕਿ ਬਹਾਦਰੀ ਪੁਰਸਕਾਰ ਦੇਖੋ ਜਿਹੜੇ ਬਾਰਡਰਾਂ ਤੇ ਲੜਦੇ ਨੇ ਉਹਨਾਂ ਪੈਰਾਮਿਲਟਰੀ ਦੇ ਫੋਰਸ ਦੇ ਮੁਲਾਜ਼ਮਾਂ ਨੂੰ ਜਾਂ ਸ਼ਹੀਦ ਹੋਏ ਜਵਾਨਾਂ ਨੂੰ ਤਾਂ ਮਿਲਦੇ ਦੇਖੇ ਗਏ ਨੇ, ਪਰ ਆਪਣੇ ਹੀ ਰਾਜ ਦੇ ਲੋਕਾਂ ਦੇ ਖਿਲਾਫ ਜਿਹੜੇ ਸਟੇਟ ਮਸ਼ੀਨਰੀ ਦੀ ਦੁਰਵਰਤੋਂ ਕਰਨ ਵਾਲੇ ਅਫਸਰਾਂ ਨੂੰ ਜੇ ਬਹਾਦਰੀ ਵਾਰਡ ਦੇਣ ਲੱਗ ਗਏ ਤਾਂ ਇਹ ਆਪਣੇ ਹੀ ਲੋਕਾਂ ਦੇ ਖਿਲਾਫ ਇੱਕ ਬੇਇਨਸਾਫੀ ਹੋਵੇਗੀ। ਜੀ ਨਵਕਿਰਨ, ਹਰ ਰੋਜ਼ ਤੁਸੀਂ ਖਬਰਾਂ ਕਰਦੇ ਹੋ, ਪਕੜ ਹੈ, ਗੱਲ ਸਮਝਦੇ ਹੋ, ਧਰਤੀ ਨਾਲ ਜੁੜੇ ਪਿੰਡਾਂ ਦੇ ਵਿੱਚ, ਸ਼ਹਿਰਾਂ ਦੇ ਵਿੱਚ ਸਭ ਪਤਾ ਹੈ। ਅੰਮ੍ਰਿਤਪਾਲ ਸਿੰਘ ਉਹਨਾਂ ਦੇ ਬਿਆਨ, ਉਹਨਾਂ ਦੀ ਗੱਲਬਾਤ ਨਾਲ ਸਹਿਮਤ ਹੋਈਏ ਨਾ ਹੋਈਏ ਗੱਲ ਅਲੱਗ ਆ, ਪਰ ਅੰਮ੍ਰਿਤਪਾਲ ਸਿੰਘ ਦੇ ਭਰਾ ਨੂੰ ਜਿਹੜੀ ਲੁਧਿਆਣੇ ਤੋਂ ਵੀ ਉਹ ਡਰੱਗ ਲੈ ਕੇ ਚੱਲਿਆ, 4 ਗ੍ਰਾਮ ICU ਵਿੱਚ ਨਾਲ ਕੰਡਾ ਲਈ ਫਿਰਦਾ ਤੱਕੜੀ ਜਿਹੜੀ, ਅਤੇ ਉਸ ਤੋਂ ਬਾਅਦ ਬਾਰਡਰ ਜ਼ਿਲ੍ਹਿਆਂ 'ਚ ਤਾਂ ਪਿੰਡ ਪਿੰਡ ਦੇ ਵਿੱਚ ਨਸ਼ੇ ਇਉਂ ਵਿਕ ਰਹੇ ਨੇ, ਬਰਬਾਦ ਹੋਇਆ ਪਿਆ ਬਾਰਡਰ ਜਿੰਨੇ ਡਿਸਟ੍ਰਿਕਟ ਨੇ, ਇਹ ਗੱਲ 'ਚ ਕਿੰਨਾ ਕੁ ਤਰਕ ਸੀ ਅਤੇ ਹੁਣ ਜ਼ਮਾਨਤ ਮਿਲ ਗਈ ਜੀ? ਜ਼ਮਾਨਤ ਮਿਲ ਗਈ ਜੀ ਸੰਸਦ ਮੈਂਬਰ ਅੰਮ੍ਰਿਤਪਾਲ ਸਿੰਘ ਦੇ ਭਰਾ ਹਰਪ੍ਰੀਤ ਸਿੰਘ ਨੂੰ ਅਤੇ ਉਹਦੇ ਸਾਥੀ ਨੂੰ ਜਿਹੜਾ ਉਹਦੇ ਨਾਲ ਗ੍ਰਿਫਤਾਰ ਕੀਤਾ ਸੀ ਲਵਪ੍ਰੀਤ ਸਿੰਘ, ਦੋਨਾਂ ਨੂੰ ਜ਼ਮਾਨਤ ਮਿਲ ਗਈ। ਦੋਨਾਂ ਨੂੰ ਸਥਾਨਕ ਪੁਲਿਸ ਨੇ ਜਿਹੜਾ ਕਥਿਤ ਤੌਰ ਦੇ ਉੱਤੇ 4 ਗ੍ਰਾਮ ਆਈਸ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਸੀਗਾ, ਔਰ ਉਦੋਂ ਬਾਅਦ ਮਤਲਬ ਉਹਨਾਂ ਨੂੰ ਜਿਹੜਾ ਜ਼ਮਾਨਤ ਮਿਲ ਗਈ ਹੈ, ਇਹਨਾਂ ਨੂੰ ਰਿਮਾਂਡ ਦੇ ਉੱਤੇ ਮਿਲਿਆ। ਬਾਕੀ ਗਿੱਲ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ, ਦੇਖੋ 4 ਗ੍ਰਾਮ ਆਈਸ ਦਾ ਮਸਲਾ, 4 ਗ੍ਰਾਮ ਡਰੱਗਸ ਦਾ ਮਸਲਾ ਹੈਗਾ ਜਿਹੜਾ, ਇਹ ਮਤਲਬ ਜਿਵੇਂ ਪੇਸ਼ ਕੀਤਾ ਗਿਆ ਤੇ ਜਿਵੇਂ ਪ੍ਰੈਸ ਕਾਨਫਰੰਸ ਕੀਤੀ, ਉਹਨਾਂ ਨੂੰ ਛੇਤੀ ਪਤਾ ਵੀ ਲੱਗ ਗਿਆ ਵੀ ਅੰਮ੍ਰਿਤਪਾਲ ਸਿੰਘ ਦਾ ਭਰਾ ਹੈ, ਔਰ ਪ੍ਰੈਸ ਕਾਨਫਰੰਸ ਵੀ ਨਾਲ ਦੀ ਨਾਲ ਕਰਤੀ, ਉਹ 'ਚ ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਵੀ ਕਰਤਾ। ਮਤਲਬ ਜੇ ਇਹ ਕੇਸ ਨੈਚੁਰਲ ਹੁੰਦਾ ਤਾਂ ਅੰਮ੍ਰਿਤਪਾਲ ਸਿੰਘ ਦਾ ਜ਼ਿਕਰ ਹੀ ਨਹੀਂ ਸੀ ਹੋਣਾ ਚਾਹੀਦਾ ਉਸ ਮਸਲੇ ਦੇ ਵਿੱਚ। ਉਹਦੇ ਤੋਂ ਐਂ ਲੱਗਦਾ ਗਾ ਕਿ ਇਹ ਅਸਲ ਦੇ ਵਿੱਚ ਪੁਲਿਸ ਦੀ ਕਾਰਵਾਈ ਸਵਾਲਾਂ ਦੇ ਘੇਰੇ ਦੇ ਵਿੱਚ ਹੈ, ਪੁਲਿਸ ਦੀ ਕਾਰਵਾਈ ਤੇ ਸਵਾਲ ਉੱਠਦੇ ਨੇ। ਹੁਣ ਬੰਦਾ ਲੁਧਿਆਣੇ ਥੋੜ੍ਹੀ ਆਊ ਨਸ਼ਾ ਲੈਣ, ਦੂਜੀ ਗੱਲ ਇਹ ਵੀ ਨਸ਼ਾ ਤਾਂ ਪਿੰਡਾਂ ਦੇ ਵਿੱਚ ਜਿਵੇਂ ਤੁਸੀਂ ਜ਼ਿਕਰ ਕੀਤਾ ਫਿਰਦੇ ਨੇ, ਡਿਲੀਵਰੀਆਂ ਦਿੰਦੇ, ਉਹ ਤਾਂ ਹਰ ਗਲੀ ਮੋੜ ਦੇ ਉੱਤੇ ਮਿਲਦਾ, ਔਰ ਉਹ ਮਤਲਬ ਏਦਾਂ ਦੀ ਗੱਲ ਨਹੀਂ ਹੈ। ਫਿਰ ਪੁਲਿਸ ਨੇ ਕਹਾਣੀ ਬਣਾਈ ਉਹ ਜੀ ਨਸ਼ਾ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਉੱਥੇ ਖੜੇ, ਉੱਥੇ ਥੋੜ੍ਹੀ ਕਰਨਗੇ ਜਿੱਥੇ ਪੁਲਿਸ ਫਿਰਦੀ ਹੋਊਗੀ। ਦੂਜਾ ਇਹ ਮਤਲਬ ਮੇਨ ਸੜਕ ਤੋਂ ਦੀ ਥੋੜ੍ਹੀ ਲੰਘੂਗਾ ਜਿਹਨੇ ਨਸ਼ਾ ਲੈ ਕੇ ਲੰਘਣਾ ਗਾ, ਬਥੇਰੇ ਮਤਲਬ ਲਿੰਕ ਰੋਡ ਨੇ, ਬਥੇਰੇ ਕੱਚੇ ਰਾਹ ਨੇ, ਬਥੇਰੇ ਪਹੇ ਨੇ ਜਿੱਥੋਂ ਦੀ ਲੰਘੀ ਦਾ। ਸੋ ਇਹ ਅਗਲੇ ਨੂੰ ਵੀ ਪਤਾ ਹੈ ਵੀ ਪਰਿਵਾਰ ਦੀ ਮਤਲਬ ਕਿਸ ਤਰ੍ਹਾਂ ਦੀ ਬਦਨਾਮੀ ਹੈ ਜਿਹੜੀ ਪੁਲਿਸ ਕਰੂਗੀ। ਇਹ ਗੱਲ ਲੱਗਦੀ ਨਹੀਂ, ਜੱਚਦੀ ਨਹੀਂ, ਇਹ ਪੁਲਿਸ ਦੀ ਬਣਾਈ ਹੋਈ ਕਹਾਣੀ ਨਜ਼ਰ ਆ ਰਹੀ ਹੈ, ਔਰ ਸਵਾਲਾਂ ਦੇ ਘੇਰੇ 'ਚ ਹੈ ਜਾਂਚ। ਜੀ ਅੱਛਾ, ਇੱਕ ਇਹ ਦੱਸਿਓ ਬਈ ਕਾਂਗਰਸੀ ਆਗੂ ਪ੍ਰਗਟ ਸਿੰਘ ਨੇ ਬੇਅਦਬੀ ਜਿਹੜੀ ਹੋਈ ਹੈ ਗੁਰੂ ਸਾਹਿਬ ਦੇ ਬਾਰੇ, ਉਹਦਾ ਇਨਸਾਫ ਨਾ ਮਿਲਣ 'ਤੇ ਗੱਲ ਕੀਤੀ ਹੈ? ਬਿਲਕੁਲ ਜੀ, ਅਸਲ 'ਚ ਨਾ ਕਾਂਗਰਸ ਪਾਰਟੀ ਦੇ ਵਿੱਚ ਇੱਕ ਧੜਾ ਬਣ ਗਿਆ ਪ੍ਰਗਟ ਸਿੰਘ ਦੀ ਅਗਵਾਈ ਦੇ ਵਿੱਚ। ਉਹ ਧੜਾ ਜਿਹੜਾ ਹੈਗਾ ਉਹਨੂੰ ਇਹ ਲੱਗਦਾ ਕਿ ਕਾਂਗਰਸ ਦਾ ਜਿਹੜਾ ਪ੍ਰਧਾਨ ਹੈ ਰਾਜਾ ਵੜਿੰਗ, ਉਹ ਬੋਲ ਨਹੀਂ ਰਿਹਾ ਸਰਕਾਰ ਖਿਲਾਫ। ਇਹ ਧੜੇ ਨੂੰ ਲੱਗਦਾ ਕਾਂਗਰਸ ਦਾ ਪ੍ਰਧਾਨ ਹੋਰ ਕੋਈ ਬਣਨਾ ਚਾਹੀਦਾ। ਇਹ ਉਹੀ ਧੜਾ ਗਾ ਜਿਹੜਾ ਇਹ ਸਵਾਲ ਉਠਾ ਰਿਹਾ ਵੀ ਮਾਲਵੇ ਦੇ ਵਿੱਚ ਕਾਂਗਰਸ ਦੀ ਸਥਿਤੀ ਕੀ ਰਹੀ। ਖੈਰ, ਮਸਲਾ ਹੁਣ ਇਹ ਹੈ ਕਿ ਪ੍ਰਗਟ ਸਿੰਘ ਹੋਰਾਂ ਨੇ, ਕੁਸ਼ਲਦੀਪ ਸਿੰਘ ਢਿੱਲੋਂ ਨੇ, ਕਾਂਗਰਸ ਦੇ ਯੂਥ ਦੇ ਵੱਡੇ ਲੀਡਰ ਨੇ, ਹੁਣ ਸਾਬਕਾ ਪ੍ਰਧਾਨ ਨੇ ਬਰਿੰਦਰ ਸਿੰਘ ਢਿੱਲੋਂ,
ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ, ਪ੍ਰੈਸ ਕਾਨਫਰੰਸ ਕਰਕੇ ਇਹਨਾਂ ਨੇ ਭਗਵੰਤ ਮਾਨ ਹੋਰਾਂ ਦੀ ਸਰਕਾਰ ਦੇ ਉੱਤੇ ਸਵਾਲ ਖੜੇ ਕੀਤੇ ਨੇ ਔਰ ਉਹਨਾਂ ਨੇ ਕਿਹਾ ਗਾ ਕਿ 2 ਸਾਲਾਂ ਤੋਂ ਵੱਧ ਸਮਾਂ ਹੋ ਗਿਆ ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਅਦਬੀ ਦੇ ਮਸਲੇ ਦੇ ਵਿੱਚ ਇਨਸਾਫ ਨਹੀਂ ਦਵਾ ਸਕੇ। ਉਹਨਾਂ ਨੇ ਸੂਬਾ ਸਰਕਾਰ ਤੇ ਜਿਹੜੇ ਮੁਲਜ਼ਮ ਨੇ ਉਹਨਾਂ ਖਿਲਾਫ਼ ਕੇਸ ਚਲਾਉਣ ਦੀ ਪ੍ਰਵਾਨਗੀ ਨਾ ਦੇਣ ਦੇ ਦੋਸ਼ ਲਾਏ ਨੇ ਔਰ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਸਾਬਕਾ ਜਸਟਿਸ ਜੋਰਾ ਸਿੰਘ ਦਾ ਜ਼ਿਕਰ ਕੀਤਾ ਵੀ ਉਹਨਾਂ ਦੀ ਗੱਲ ਸੁਣ ਲੈਣੀ ਚਾਹੀਦੀ ਹੈ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਤੇ ਭਾਜਪਾ ਦੀ ਸਰਕਾਰ ਨੇ ਮੁਲਜ਼ਮਾਂ ਖਿਲਾਫ਼ ਦਰਜ ਕੇਸ ਰੱਦ ਕਰਨ ਲਈ ਅਦਾਲਤ 'ਚ ਪੈਰਵਾਈ ਕੀਤੀ ਸੀ। ਕਈ ਸਵਾਲ ਇਹਨਾਂ ਨੇ ਜਿਹੜੇ ਖੜੇ ਉਹ ਕੀਤੇ ਨੇ, ਉਂਝ ਪ੍ਰਗਟ ਸਿੰਘ ਉਹ ਬੰਦੇ ਨੇ ਜੀ ਜਿਹੜੇ ਉਸ ਵਕਤ ਅਕਾਲੀ ਦਲ ਦੇ ਵਿੱਚ ਸੀਗੇ ਜਦੋਂ ਡੇਰਾ ਸਿਰਸਾ ਮੁਖੀ ਨੂੰ ਮਾਫ਼ੀ ਆ ਜਿਹੜੀ ਉਹ ਦਿੱਤੀ ਜਾ ਰਹੀ ਸੀ। ਪ੍ਰਗਟ ਸਿੰਘ ਨੂੰ ਕਾਫ਼ੀ ਚੀਜ਼ਾਂ ਪਤਾ ਨੇ, ਕਾਫ਼ੀ ਡੂੰਘਾਈ ਦੇ ਨਾਲ ਇਹਨਾਂ ਨੂੰ ਮਤਲਬ ਜਾਣਕਾਰੀ ਹੈ। ਇਹਨਾਂ ਨੇ ਜ਼ਿਕਰ ਵੀ ਕੀਤਾ ਇੱਕ ਦੋ ਥਾਂ ਉਹ ਕਿਉਂਕਿ ਅਕਾਲੀ ਦਲ ਦੇ ਵਿੱਚ ਹੁੰਦੇ ਸੀ, ਉਸ ਤੋਂ ਬਾਅਦ ਕਾਂਗਰਸ ਦੇ ਵਿੱਚ ਇਹ ਗਏ ਨੇ। ਤਾਂ ਪ੍ਰਗਟ ਸਿੰਘ ਹੋਰਾਂ ਦੇ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਕਈ ਤਰ੍ਹਾਂ ਦੇ ਸਵਾਲ ਖੜੇ ਕੀਤੇ ਗਏ ਨੇ ਜੀ। ਸਰ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਆ ਸ਼੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਪੇਸ਼ ਹੋਣਾ, ਗੱਲ ਬਣੂ ਪੰਜਾਬ ਦੇ ਵਿੱਚ ਕੀ ਚੱਲਦੀ ਆ ਸੱਥ 'ਚ ਗੱਲ, ਕਿ ਇਹ ਮੂਹਰਲੀ ਕਤਾਰ ਵਾਲਿਆਂ ਨੂੰ ਹਟਣਾ ਹੀ ਪਊ, ਨਵੇਂ ਲੋਕ ਆਉਣ ਤਾਂ ਚੱਲੂਗਾ ਅਕਾਲੀ ਦਲ ਦਾ ਕੰਮ। ਦੇਖੋ ਜੀ, ਚੰਗੀ ਗੱਲ ਤਾਂ ਇਹੀ ਹੈ ਕਿ ਇਹਨਾਂ ਨੂੰ ਲੋਕਾਂ ਦੀ ਆਵਾਜ਼ ਸੁਣਨੀ ਚਾਹੀਦੀ ਆ ਔਰ ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨਗੀ ਹੋਰ ਕਿਸੇ ਮਤਲਬ ਆਪਦੇ ਵਿਸ਼ਵਾਸਯੋਗ ਬੰਦੇ ਨੂੰ ਦੇ ਦੇਣ, ਕਾਰਜਕਾਰੀ ਪ੍ਰਧਾਨ ਬਣਾ ਦੇਣ। ਬਲਵਿੰਦਰ ਸਿੰਘ ਭੂੰਦੜ ਇਹਨਾਂ ਦੇ ਬਹੁਤ ਨੇੜੇ ਨੇ, ਦਲਜੀਤ ਚੀਮਾ ਬਹੁਤ ਨੇੜੇ ਨੇ, ਉਹਨਾਂ 'ਚੋਂ ਕਿਸੇ ਨੂੰ ਪ੍ਰਧਾਨ ਬਣਾ ਦੇਣ। ਚੰਗੀ ਗੱਲ ਤਾਂ ਇਹੀ ਆ, ਰਾਹੁਲ ਗਾਂਧੀ ਹੋਰਾਂ ਨੇ ਮਤਲਬ ਕਾਂਗਰਸ ਪਾਰਟੀ ਦੇ ਵਿੱਚ ਮਲਗਰਾਜਨ ਖੜਗੇ ਨੂੰ ਪ੍ਰਧਾਨ ਬਣਾ ਕੇ ਕਾਂਗਰਸ ਦੇ ਵਿੱਚ ਦੁਬਾਰੇ ਰੂਹ ਫੂਕਣ ਦੀ ਕੋਸ਼ਿਸ਼ ਕੀਤੀ, ਜਿਹੜੇ ਪਰਿਵਾਰਵਾਦ ਦੇ ਇਲਜ਼ਾਮ ਲੱਗਦੇ ਸੀ। ਔਰ ਸੁਖਬੀਰ ਸਿੰਘ ਬਾਦਲ ਹੋਰਾਂ ਨੂੰ ਵੀ ਮਤਲਬ ਲੋਕ ਜੋ ਸੋਚਦੇ ਨੇ ਉਹ ਪੜ੍ਹ ਲੈਣਾ ਚਾਹੀਦਾ ਹੈਗਾ। ਹੁਣ ਜਿਹੜਾ ਕੱਲ ਸੁਖਬੀਰ ਸਿੰਘ ਬਾਦਲ ਅਕਾਲ ਤਖ਼ਤ ਸਾਹਿਬ ਅੱਗੇ ਪੇਸ਼ ਹੋਏ, ਜਥੇਦਾਰ ਸਾਹਿਬ ਨੂੰ ਬੰਦ ਲਿਫਾਫੇ ਦੇ ਵਿੱਚ ਆਪਣਾ ਉਹਨਾਂ ਨੇ ਸਪਸ਼ਟੀਕਰਨ ਸੌਂਪਿਆ ਗਾ, ਉਹ ਸਪਸ਼ਟੀਕਰਨ ਹੈ ਜਾਂ ਮਾਫ਼ੀਨਾਮਾ ਹੈ ਉਹ ਤਾਂ ਮਤਲਬ ਬਾਅਦ ਦੇ ਵਿੱਚ ਹੀ ਪਤਾ ਲੱਗੂ। ਤਾਂ ਉਹ ਜਨਤਕ ਕਰਨ ਦੀ ਮੰਗ ਹੋ ਰਹੀ ਆ। ਸੁੱਚਾ ਸਿੰਘ ਛੋਟੇਪੁਰ, ਭਾਈ ਮਨਜੀਤ ਸਿੰਘ ਜਿਹੜਾ ਬਾਗੀ ਧੜਾ ਗਾ, ਜਾਣੀ ਕਿ ਬਾਗੀ ਧੜਾ ਮੰਗ ਕਰ ਰਿਹਾ ਗਾ ਕਿ ਜੋ ਬੰਦ ਲਿਫਾਫਾ ਜਥੇਦਾਰ ਅਕਾਲ ਤਖ਼ਤ ਸਾਹਿਬ ਨੂੰ ਸੁਖਬੀਰ ਸਿੰਘ ਬਾਦਲ ਨੇ ਸੌਂਪਿਆ, ਜਥੇਦਾਰ ਸਾਹਿਬ ਉਸ ਨੂੰ ਜਿਹੜਾ ਜਨਤਕ ਕਰਨ। ਉਹਨਾਂ ਨੇ ਇਹ ਜ਼ਿਕਰ ਕੀਤਾ ਗਾ ਕਿ ਜਦੋਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਨੂੰ ਮਾਫ਼ੀ ਦਿੱਤੀ ਗਈ ਸੀ ਉਦੋਂ ਵੀ ਇੱਕ ਜਿਹੜਾ ਬੰਦ ਲਿਫਾਫੇ ਦੇ ਵਿੱਚ ਮਾਫ਼ੀਨਾਮਾ ਆਇਆ ਸੀ, ਉਹ ਆਇਆ ਸੀ ਨਹੀਂ ਆਇਆ ਸੀ, ਕੀ ਸੀ, ਕਿਹੋ ਜਿਹਾ ਸੀ, ਕੀ ਲਿਖਿਆ ਸੀ, ਉਹ ਅੱਜ ਤੱਕ ਜਨਤਕ ਨਹੀਂ ਹੋਇਆ। ਉਹ ਕਹਿੰਦੇ ਹੁਣ ਇਹ ਗੱਲ ਵੀ ਜਿਹੜੀ ਦੱਬੀ ਨਾ ਰਹੇ ਜੀ। ਸੋ ਇਸ ਕਰਕੇ ਇਹ ਮੰਗ ਕੀਤੀ ਜਾ ਰਹੀ ਹੈ ਜੀ ਬਾਗੀ ਧੜੇ ਦੇ ਵੱਲੋਂ ਜੀ। ਤੇ ਹੋਰ ਕੋਈ ਖਾਸ ਜਿਹੜੀ ਖਬਰ, 3-4 ਖਬਰਾਂ ਰਹਿੰਦੀਆਂ ਨੇ ਉਹਦੇ 'ਚੋਂ ਜਿਹੜੀ ਵਧੀਆ ਤੁਸੀਂ ਚਾਹੋ ਉਹ ਉਸ ਦੇ ਬਾਰੇ ਗੱਲ ਕਰ ਸਕਦੇ ਹੋ, ਆਪਣੇ ਕੋਲ ਲਾਸਟ ਖਬਰ ਲਈ ਸਮਾਂ ਹੈ ਜੀ। ਗੱਲ ਸਾਹਿਬ, ਇਸ ਤੋਂ ਇਲਾਵਾ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਜੇਲ੍ਹ ਦੇ ਵਿੱਚ ਹਫ਼ਤੇ ਦੇ ਵਿੱਚ ਵਕੀਲਾਂ ਨਾਲ 2 ਦਿਨ ਵਾਧੂ ਮੀਟਿੰਗਾਂ ਕਰਨ ਦੀ ਮਨਜ਼ੂਰੀ ਮਿਲ ਗਈ ਹੈ। ਅਰਵਿੰਦ ਕੇਜਰੀਵਾਲ ਦੇ ਵਕੀਲਾਂ ਨੇ ਕਿਹਾ ਵੀ 35 ਕੇਸ ਨੇ ਅਰਵਿੰਦ ਕੇਜਰੀਵਾਲ ਖਿਲਾਫ਼ ਦੇਸ਼ ਭਰ ਦੇ ਵਿੱਚ, ਇਸ ਕਰਕੇ ਉਹਨਾਂ ਨੂੰ ਜਿਹੜਾ ਆਪਣੇ ਵਕੀਲਾਂ ਦੇ ਨਾਲ ਵਾਧੂ ਮੀਟਿੰਗਾਂ ਕਰਨ ਦੀ ਮਨਜ਼ੂਰੀ ਹੈ ਜਿਹੜੀ ਮਿਲਣੀ ਚਾਹੀਦੀ ਹੈ। ਉੱਧਰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਔਰਤ ਦਾ ਜਿਹੜਾ ਜਨੇਪਾ ਮੋਬਾਈਲ ਫੋਨ ਦੀਆਂ ਟਾਰਚਾਂ ਦੇ ਨਾਲ ਕੀਤਾ ਗਿਆ ਸੀ,
ਸੁਖਪਾਲ ਸਿੰਘ ਖਹਿਰਾ ਆਪਣੇ ਫੇਸਬੁੱਕ ਪੇਜ ਦੇ ਉੱਤੇ ਟਵਿੱਟਰ ਅਕਾਊਂਟ ਤੇ ਲਗਾਤਾਰ ਵੀਡੀਓ ਵੀ ਪਾ ਰਹੇ ਨੇ ਕਿਵੇਂ ਲੋਕ ਤਰਾਹ ਤਰਾਹ ਕਰ ਰਹੇ ਨੇ ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਲਾਈਟ ਤੋਂ ਬਿਨਾਂ। ਉੱਥੇ ਲਾਈਟ ਭੱਜਦੀ ਹੈ, ਵੱਡੇ ਵੱਡੇ ਕੱਟ ਲੱਗਦੇ ਨੇ, ਸਿਹਤ ਮੰਤਰੀ ਪਟਿਆਲੇ ਦਾ ਔਰ ਪਾਵਰਕੌਮ ਦਾ ਜਿਹੜਾ ਬਿਜਲੀ ਵਿਭਾਗ ਦਾ ਮੇਨ ਦਫ਼ਤਰ ਪਟਿਆਲੇ ਹੈ, ਫਿਰ ਵੀ ਇਹ ਹਾਲਤ ਹੈ। ਉਹਦੇ 'ਚ ਹੁਣ ਜਾਂਚ ਕੀ ਜਿਹੜੀ ਰਿਪੋਰਟ ਹੈ ਸਰਕਾਰ ਦੀ ਉਹ ਸਾਹਮਣੇ ਆਈ ਹੈ। ਜਾਂਚ ਰਿਪੋਰਟ ਜਿਵੇਂ ਬਾਕੀ ਹੁੰਦੀਆਂ ਨੇ ਉਹ ਉਵੇਂ ਦੀ ਜਾਂਚ ਰਿਪੋਰਟ ਇਹ ਹੈ। ਕਹਿੰਦੇ ਜੀ ਮੋਬਾਈਲ ਦੀਆਂ ਟਾਰਚਾਂ ਜਗਾ ਕੇ ਜਣੇਪਾ ਹੋਣ ਦੇ ਮਸਲੇ ਦੇ ਵਿੱਚ ਚੋਰਾਂ ਦੇ ਕਰਕੇ ਹੋਇਆ ਹੈ ਸਾਰਾ ਕੁਝ। ਉਹ ਕਹਿੰਦੇ ਚੋਰ ਜਨਰੇਟਰ ਸੈੱਟ ਦੀਆਂ ਬੈਟਰੀਆਂ ਚੋਰੀ ਕਰਕੇ ਲੈ ਗਏ ਸੀ, ਜਿਹਦੇ ਕਰਕੇ ਜਦੋਂ ਲਾਈਟ ਭੱਜੀ ਉਦੋਂ ਗਾਇਨੀ ਵਾਰਡ ਦੇ ਵਿੱਚ ਹਨੇਰਾ ਛਾ ਗਿਆ ਔਰ ਪੜਤਾਲ ਦੇ ਵਿੱਚ ਇਹ ਤੱਥ ਸਾਹਮਣੇ ਆਇਆ ਵੀ ਚੋਰ ਨੇ ਇਹਦਾ ਕਾਰਨ। ਹੁਣ ਮਸਲਾ ਇਹ ਹੈ ਕਿ ਉੱਥੇ ਸਿਕਿਉਰਿਟੀ ਵੀ ਹੈਗੀ ਹੈ ਜੀ, ਰਜਿੰਦਰਾ ਹਸਪਤਾਲ ਦੇ ਵਿੱਚ ਮੈਡੀਕਲ ਕਾਲਜ ਵੀ ਹੈ, ਉੱਥੇ ਸਿਕਿਉਰਿਟੀ ਗਾਰਡ ਵੀ ਨੇ ਕਿ ਉਹਨਾਂ ਨੂੰ ਪਤਾ ਨੀ ਲੱਗਿਆ ਵੀ ਜਨਰੇਟਰ ਦੀਆਂ ਮਤਲਬ ਜਿਹੜੀਆਂ ਬੈਟਰੀਆਂ ਹੈ ਨੀ। ਦੂਸਰਾ ਇਹ ਕਿ ਇਹਨਾਂ ਨੂੰ ਇਹ ਵੀ ਪਤਾ ਲੱਗਣਾ ਚਾਹੀਦਾ ਵੀ ਜੇ ਲਾਈਟ ਭੱਜੀ ਉਹਦੇ ਕੀ ਪ੍ਰਬੰਧ ਨੇ। ਔਰ ਇਸ ਹਸਪਤਾਲ ਦੇ ਵਿੱਚ ਗਿੱਲ ਸਾਹਿਬ ਇੱਕ ਨੀ, ਦੋ ਨੀ, ਚਾਰ ਨੀ, 20 ਜਨਰੇਟਰ ਸੈੱਟ ਨੇ ਔਰ 20 ਜਨਰੇਟਰ ਸੈੱਟ ਪਰ ਇਹਨਾਂ ਦੀ ਸੁਰੱਖਿਆ ਜਿਹੜੀ ਆ ਉਹਦੇ ਤੇ ਸਵਾਲ ਖੜੇ ਹੁੰਦੇ ਨੇ ਜਦੋਂ ਕਹਿੰਦੇ ਨੇ ਚੋਰ ਲੈ ਗਏ ਮਸਲਾ ਲੈ ਕੇ ਉੱਥੋਂ ਕੱਢ ਕੇ। ਸੋ ਇਹ ਸਵਾਲ ਖੜੇ ਹੁੰਦੇ ਨੇ। ਜੂਨ ਮਹੀਨੇ ਦੇ ਵਿੱਚ ਰਜਿੰਦਰਾ ਹਸਪਤਾਲ ਦੇ ਵਿੱਚ ਇੱਕ ਵਾਰ 8 ਮਿੰਟ ਦੇ ਲਈ, ਜੁਲਾਈ ਮਹੀਨੇ 'ਚ 3 ਵਾਰ ਜਿਹੜੀ 22 ਮਿੰਟਾਂ ਦੇ ਲਈ ਬਿਜਲੀ ਆ ਉਹ ਬੰਦ ਰਹੀ ਹੈ, ਸਰਕਾਰ ਖੁਦ ਮੰਨਦੀ ਹੈ ਜੀ। ਧੰਨਵਾਦ ਜੀ, ਕੱਲ ਨੂੰ ਇਸ ਹਫ਼ਤੇ ਦਾ ਆਖਰੀ ਪ੍ਰੋਗਰਾਮ ਤੁਹਾਡੇ ਨਾਲ ਹੋਵੇਗਾ, ਖਿਆਲ ਰੱਖਿਓ ਆਪਣਾ। ਖਬਰਾਂ ਆ ਰਹੀਆਂ ਨੇ ਜੀ, ਅਫੀਸ਼ੀਅਲ ਦੱਸ ਰਹੇ ਨੇ 35-50% ਸਟਰਕਚਰ ਨੇ ਜਿਹੜੇ ਜੈਸਪੁਰ ਦੇ ਵਿੱਚ ਇਮਾਰਤਾਂ ਨੇ ਜਿਹੜੀਆਂ ਫਨਾਹ ਹੋ ਗਈਆਂ, 30-50 ਨੇ। ਬਹੁਤ ਸੋਹਣਾ ਜਿਹਾ ਟਾਊਨ ਹੈ, ਲੋਕ ਜਿਹੜੇ ਜਾਂਦੇ ਨੇ ਵਾਕਈ ਦੇਖ ਕੇ ਕਾਲਜਾਂ ਮੂੰਹ ਨੂੰ ਆਉਂਦਾ। CBC ਵਾਲੇ ਖਬਰਾਂ ਦੇ ਰਹੇ ਨੇ, ਡੈਨੀਅਲ ਸਮਿਥ ਪ੍ਰੀਮੀਅਰ ਬੋਲ ਰਹੀ ਹੈ, ਅੱਗ ਅਤੇ ਪਾਣੀ ਮੂਹਰੇ ਜ਼ੋਰ ਨਹੀਂ, ਇੱਕੋ ਹੀ ਚੀਜ਼ ਆ ਬਈ, ਅਰਦਾਸ ਹੀ ਕਰ ਸਕਦੇ ਹਾਂ ਪਰਵਿਦਗਾਰ ਨੂੰ ਬਈ ਮੇਹਰਾਂ ਦੇ ਘਰ 'ਚ ਰਹੀ। ਇੱਦੋਂ ਉੱਪਰ ਕੱਖ ਨਹੀਂ ਹੈ ਬੰਦੇ ਦੇ ਪੱਲੇ ਕੱਖ ਨਹੀਂ, ਬੰਦਾ ਗੱਲਾਂ ਵਾਲੀਆਂ ਕਰਦਾ ਬਸ, ਟਟੀਰੀ ਵਾਂਗੂ ਟੰਗਾਂ ਜਿਹੜੀਆਂ ਨੇ ਉੱਪਰ ਨੂੰ ਚੱਕੀਆਂ ਹੋਈਆਂ ਨੇ ਵੀ ਮੈਂ ਅਸਮਾਨ ਥੰਮ ਲੂੰ, ਕੁਛ ਨਹੀਂ ਥੰਮ ਹੋਣਾ। ਤਪੋ ਰਾਜ ਰਾਜੋ ਨਰਕ, ਕੁਛ ਘੰਟਿਆਂ ਦੇ ਵਿੱਚ, ਕੁਛ ਮਿੰਟਾਂ ਦੇ ਵਿੱਚ ਜ਼ਿੰਦਗੀ ਉੱਪਰੋਂ ਥੱਲੇ ਥੱਲਿਓਂ ਉੱਪਰ ਕਰ ਦਿੰਦਾ, ਬੰਦੇ ਦੇ ਵੱਸ ਦੀ ਗੱਲ ਹੈ ਨਹੀਂ। ਕੱਲ੍ਹ ਬਹੁਤ ਪਰਮ ਦੋਸਤ ਸਾਡਾ ਜਿਹੜਾ ਸਾਡਾ ਰਾਈਡ ਸਾਡੇ ਨਾਲ ਕਰ ਰਿਹਾ ਬਹੁਤ ਚਿਰਾਂ ਦਾ, ਸਰਬਜੀਤ ਸਿੰਘ ਪੱਟੀ ਨਕੋਦਰ ਕੋਲ ਪਿੰਡ ਆ ਮੁੰਡੇ ਦਾ, ਦਸਤਾਰ ਬਹੁਤ ਵਧੀਆ ਸਜਾਉਂਦਾ, ਦਸਤਾਰ ਦੀ ਸੇਵਾ ਬਹੁਤ ਚਿਰ ਦੀ ਕਰਦਾ, ਅਤੇ ਬੂਟੇ ਉਹਨਾਂ ਦਾ, ਲਾਲੀ ਉਹਨਾਂ ਦਾ, ਇਹ ਸਾਰਾ ਇਕੱਠੇ ਮੁੰਡੇ ਰਾਈਡ ਕਰਦੇ ਆ ਸਾਡੇ ਨਾਲ ਵੀ ਸਰਬਜੀਤ ਦਾ ਜਿਹਾ ਸਮਾਂ ਹੁੰਦਾ। ਭਾਣਜੇ ਦਾ ਵਿਆਹ ਰੱਖਿਆ ਹੋਇਆ, ਕੱਲ੍ਹ ਨੂੰ ਜੰਨ ਚੜ੍ਹਨੀ ਸੀ, ਰਿਸ਼ਤੇਦਾਰ ਦੁਨੀਆ ਤੋਂ ਆ ਰਹੇ ਨੇ ਅਤੇ ਭਾਣਜਾ ਸੁੱਤਾ ਪਿਆ, ਰਾਤ ਦਾ ਸਵੇਰੇ ਉੱਠਿਆ ਨਹੀਂ, ਮਤਲਬ ਰਹਿੰਦਾ ਹੀ ਕੱਖ ਨਹੀਂ, ਜ਼ਿੰਦਗੀ ਖਤਮ। ਮਾਪੇ ਪਿਛਲੇ 30 ਸਾਲਾਂ ਦਾ ਕੰਮ ਕਰ ਰਹੇ ਨੇ, ਮਿਹਨਤਾਂ ਕਰ ਰਹੇ ਨੇ ਆਹ ਦਿਨ ਲਈ, 6.5 ਫੁੱਟ ਦਾ ਜਵਾਨ ਮੁੰਡਾ, ਰੱਬ ਨੂੰ ਕੀ ਮਨਜ਼ੂਰ ਸੀ 2 ਦਿਨ, ਕੱਲ੍ਹ ਨੂੰ ਜੰਨ ਚੜ੍ਹਨੀ ਸੀ। ਮਤਲਬ ਇਹਨੂੰ ਤੁਸੀਂ ਕੁਛ ਨਹੀਂ ਕਰ ਸਕਦੇ, ਕੱਖ ਨਹੀਂ ਕਰ ਸਕਦੇ, ਮਰਨ ਲਿਖਾ ਕੇ ਹੀ ਮੰਡਲ 'ਚ ਆਉਣਾ, ਤੁਸੀਂ ਸਿਰਫ ਅਤੇ ਸਿਰਫ ਹੱਥੇ ਜੋੜ ਸਕਦੇ ਹੋ।
ਉਹ ਸਰਵ ਸ਼ਕਤੀਮਾਨ ਦੇ ਅੱਗੇ ਅਤੇ ਭਾਣੇ ਨੂੰ ਐਕਸੈਪਟ ਕਰ ਸਕਦੇ ਹੋ, ਬਸ ਹੋਰ ਕੁਛ ਨਹੀਂ। ਜਿੰਨੇ ਮਰਜ਼ੀ ਕੰਢੇ ਭੋਰ ਲਓ, ਕੰਧਾਂ ਢਾ ਲਓ, ਕੱਖ ਨਹੀਂ ਹੋਣਾ। ਮੈਨੂੰ ਇਹ ਕਹਿਣਾ ਬਹੁਤ ਸੌਖਾ ਹੈ, ਪਰ ਇਹ ਬਹੁਤ ਔਖਾ ਹੈ ਮਾਪਿਆਂ ਲਈ। ਸਾਰੀ ਜ਼ਿੰਦਗੀ ਪਰਦੇਸ ਦੇ ਵਿੱਚ ਲਾ ਕੇ ਜਿਨ੍ਹਾਂ ਨੂੰ ਅਸੀਂ ਵੇਖਦੇ ਹਾਂ ਤਕੜੇ ਹੋਣਾ, ਲੋਚਦੇ ਹਾਂ, ਖਰਾਬ ਹੋ ਜਾਂਦੀ ਹੈ ਗੱਲ। ਆ ਸ਼ਹਿਰ ਦੇ ਆਲੇ ਦੁਆਲੇ ਅੱਗ ਮਰਦੀ ਸੀ, ਦੋ ਦੋ ਹਜ਼ਾਰ, ਡੇਢ ਹਜ਼ਾਰ ਦੇ ਰਾਤ ਨੂੰ ਰੂਮ ਮਿਲਦਾ ਜੈਸਪਰ ਹਾਈ ਸੀਜ਼ਨ ਦੇ ਵਿੱਚ। ਸਾਫ਼ ਕੀਤਾ ਪਿਆ, ਫਾਊਂਡੇਸ਼ਨਾਂ ਦਿਖਦੀਆਂ ਨੇ, ਜਿਵੇਂ ਦਿਓ ਆਉਂਦਾ ਹੁੰਦਾ ਹੈ। ਕਾਰਾਂ ਨੂੰ ਅੱਗ ਲੱਗੀਆਂ ਹੋਈਆਂ, ਕਾਰਾਂ ਖੜੀਆਂ ਨੇ, ਸਿਰਫ ਅਤੇ ਸਿਰਫ ਧਰਤੀ 'ਤੇ ਲੱਗੀਆਂ ਖੜੀਆਂ ਨੇ, ਜਿਵੇਂ ਪਿੰਚਰ ਹੁੰਦੇ ਨੇ। ਸੋ ਇਹ ਬਸ ਵੱਡੀ ਗੱਲ ਇਹ ਹੈ ਬਈ, ਬਹੁਤ ਈਗੋ ਕਈ ਵਾਰ ਸਿਰ 'ਤੇ ਚੜ੍ਹ ਕੇ ਬੰਦੇ ਦੇ ਬੋਲਦੀ ਆ ਵੀ ਮੈਂ ਬੱਕਰੇ ਵਾਂਗੂ, ਬੱਕਰੀ ਵਾਂਗੂ ਮੂੰਹ ਮਾਰਦਾ, ਕੱਖ ਨਹੀਂ ਹੈ। ਕਈ ਵਾਰ ਸਾਨੂੰ ਲੱਗਦਾ ਹੁੰਦਾ ਅਸੀਂ ਬਹੁਤ ਉੱਤਮ ਹੈ, ਬਾਕੀ ਦੁਨੀਆ ਜਿਹੜੀ ਹੈ ਕੱਖ ਨਹੀਂ ਹੈ। ਪਰ ਸ਼ੀਸ਼ੇ ਮੂਹਰੇ ਜਦ ਕਦੇ ਖੜ ਕੇ ਝਾਕੂੰਗੇ ਨਾ ਵੀ ਮੈਂ ਕੌਣ ਹੈ, ਫਿਰ ਪਤਾ ਲੱਗਦਾ। ਜੇ ਦਿਲੋਂ ਸੋਚੋ ਵੀ ਮੇਰੇ ਝੋਲੇ 'ਚ ਕੀ ਹੈ, ਫਿਰ ਲੋਕਾਂ 'ਤੇ ਉਂਗਲੀਆਂ ਤੁਸੀਂ ਚੱਕਣੋਂ ਹਟੋਗੇ। ਨਹੀਂ ਤਾਂ ਜਿਹੜਾ ਕੁਛ ਮਰਜ਼ੀ ਜਿਹਨੂੰ ਮਰਜ਼ੀ ਕਹੀ ਚੱਲ, ਇਸ ਫਰੀ ਦੁਨੀਆ ਦੇ ਵਿੱਚ ਸੋਸ਼ਲ ਮੀਡੀਆ ਦੇ ਵਿੱਚ ਜਿਹੜਾ ਕੁਛ ਮਰਜ਼ੀ ਕਹੀ ਚੱਲ, ਇੱਥੇ ਹੁਣ ਕੁੰਡਾ ਹੀ ਕੋਈ ਨਹੀਂ ਹੈ। ਸੋ ਉਸ ਤੋਂ ਡਰਨਾ ਚਾਹੀਦਾ। ਭਾਈਚਾਰੇ ਨਾਲ ਮੁਸ਼ਕਲ ਕਿਸੇ ਖੇਤਰ ਦੀ ਵੀ ਹੈ ਤਾਂ ਉਹਦੀ ਜਦ ਪਹੁੰਚ ਹੁੰਦੀ ਹੈ ਤਾਂ ਸ਼ੇਰੇ ਪੰਜਾਬ ਤੋਂ ਸਭ ਤੋਂ ਪਹਿਲ ਦੇ ਉੱਪਰ ਉਸਦੀ ਗੱਲਬਾਤ ਹੁੰਦੀ ਆ। ਕੰਟੇਨਰ ਟਰੱਕਿੰਗ ਇੰਡਸਟਰੀ ਜਦ ਆ 2014 ਦਾ ਪਹਿਲੀ ਸਟ੍ਰਾਈਕ ਹੋਈ ਆ, ਜੁਆਇੰਟ ਐਕਸ਼ਨ ਪਲਾਨ ਬਣਿਆ ਅਤੇ UTA ਬਣੀ, ਉਹਨਾਂ ਲਈ ਜਦ ਵੀ ਸਮਾਂ, ਜਦ ਵੀ ਜ਼ਰੂਰਤ ਹੈ, ਗਗਨ ਸਿੰਘ ਹੋਣੀ ਜਦ ਵੀ ਕੋਈ ਗੱਲਬਾਤ ਕਰਦੇ ਆ ਤਾਂ ਉਸੇ ਸਮੇਂ ਆਪਾਂ ਤੁਹਾਡੇ ਤੱਕ ਪਹੁੰਚ ਦੀ ਕਰਦੇ ਹਾਂ। ਪਿਛਲੇ ਦਿਨ ਵੱਡੀਆਂ ਕੰਪਨੀਆਂ ਦੇ ਓਨਰ ਵੀ ਆਏ ਸਨ, ਜਿਹੜਾ ਟੈਗ ਰੀਨਿਊ ਹੋਣਾ, ਲਾਈਸੈਂਸ ਰੀਨਿਊ ਹੋਣੇ ਨੇ, ਉਹਦੇ ਲਈ ਉਹਨਾਂ ਨੂੰ ਕਮਿਸ਼ਨਰ ਦੇ ਦਫ਼ਤਰ ਦੇ ਵਿੱਚੋਂ ਕਰਮ ਜੌਹਲ ਦੇ ਦਸਤਖਤਾਂ ਥੱਲੇ ਵੀ ਅਪਲਾਈ ਕਰ ਦਿਉ, ਇਹਦੀ ਕੋਈ ਗਰੰਟੀ ਨਹੀਂ ਹੈ ਵੀ ਤੁਹਾਨੂੰ ਇਹ ਮਿਲੇਗਾ ਨਹੀਂ ਮਿਲੇਗਾ। ਉਸਦੇ ਬਾਰੇ ਗੱਲਬਾਤ ਕਰਨ ਲਈ ਗਗਨ ਸਿੰਘ ਉਹਨਾਂ ਨੂੰ ਮੈਂ ਕਿਹਾ ਵੀ ਚਲੋ ਰੀਪ੍ਰਜੈਂਟ ਜੇ UTA ਕਿਸੇ ਨੂੰ ਵੀ ਕਰਦੀ ਆ, ਪਰ ਕੰਟੇਨਰ ਟਰੱਕਿੰਗ ਇੰਡਸਟਰੀ ਦਾ ਮੁਸ਼ਕਲ ਹੈ ਵੀ ਇਹਦੇ ਬਾਰੇ ਉਹਨਾਂ ਦੀ ਰਾਏ ਕੀ ਹੈ। ਮੇਰੇ ਨਾਲ ਨੇ ਗਗਨ ਸਿੰਘ ਹੁਣਾਂ ਨਾਲ ਗੱਲਬਾਤ ਕਰਦੇ ਹਾਂ। ਗਗਨ ਸਿੰਘ ਸਵਾਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀ ਜੀ ਸ਼ੁਕਰੀਆ ਸਮਾਂ ਦੇਣ ਲਈ। ਇਹਦੀ ਪਿੱਠ ਭੂਮੀ ਕੀ ਆ ਜਿਹੜੀ ਉਹ ਲੈਟਰ ਆਈ ਹੈ, ਉਹ ਇਹ ਗੱਲ ਇਹਦੇ ਇਹਦਾ ਬੇਸ ਕੀ ਆ? ਦੇਖੋ ਪੰਜਾਬੀ ਦੀ ਇੱਕ ਕਹਾਵਤ ਆ ਵੀ ਦੁੱਧ ਦਾ ਡਰਿਆ ਲੱਸੀ ਨੂੰ ਫੂਕਾਂ ਮਾਰਦਾ। ਹਾਂ, ਕੰਪਨੀਆਂ ਦਾ ਜਿਹੜਾ ਡਰ ਆ ਉਹ ਵਾਜਬ ਆ, ਕਿਸੇ ਹੱਦ ਤੱਕ ਇਨਵੈਸਟਮੈਂਟ ਬਹੁਤ ਹੈ, ਕਿਉਂਕਿ 2014 ਦੇ ਵਿੱਚ ਜਦੋਂ ਆਪਣੀਆਂ ਕੰਪਨੀਆਂ ਕੱਢ ਦਿੱਤੀਆਂ ਸੀਗੀਆਂ ਟਾਰਗੇਟ ਕਰਕੇ, ਕੰਪਨੀਆਂ ਕੋਰਟ 'ਚ ਗਈਆਂ, ਤਕਰੀਬਨ 6 ਮਹੀਨੇ ਦਾ ਪ੍ਰੋਸੈਸ ਲੱਗ ਗਿਆ, ਸੁਣਵਾਈ ਹੁੰਦੀ ਨੂੰ ਦੁਬਾਰਾ ਬੈਕ ਆ ਗਈਆਂ। ਦੋ ਐਗਜ਼ਾਮਪਲਾਂ ਵੀਰੀ ਇੱਦਾਂ ਦੀਆਂ ਵੀ ਜਿਹੜਾ ਮੈਂ ਨਾਂ ਨਹੀਂ ਲਊਂਗਾ ਪ੍ਰਾਈਵੇਸੀ ਕਰਕੇ, ਉਹ ਮੁੜ ਕੇ ਪੈਰੀ ਨਹੀਂ ਆਏ। ਇੱਕ ਵੀਰ ਤਾਂ ਇਸ ਜਹਾਨੋਂ ਚਲਿਆ ਗਿਆ, ਅੱਜ ਪਰਿਵਾਰ ਲਈ ਬਹੁਤ ਔਖਾ ਹੋਇਆ ਗੁਜ਼ਾਰਾ ਕਰਨਾ। ਇੱਕ ਵੀਰ ਇੱਦਾਂ ਦਾ ਹੋਇਆ ਵੀ ਕੰਪਨੀ ਤਾਂ ਉਹਦੀ ਬੈਕ ਆ ਗਈ, ਸਾਂਭ ਨਹੀਂ ਸਕਿਆ ਮੁੜ ਕੇ, ਜਿਹੜਾ ਉਹਦਾ ਆਪਣਾ ਪਰਿਵਾਰ ਸੀ ਉਹ ਵੀ ਚਲਿਆ ਗਿਆ, ਸਬਸਟੈਂਸ ਯੂਜ਼ ਦੇ ਉੱਪਰ ਲੱਗ ਗਿਆ, ਕੰਪਨੀ ਵੀ ਵਿਕ ਗਈ।
ਪਰ ਸੇਮ ਟੋਕਨ ਤੇ ਜਿਨ੍ਹਾਂ ਨੇ ਪੋਰਟ ਤੇ ਡਿਸੀਜਨ ਲਿਆ ਸੀ ਉਹਨਾਂ ਦਾ ਵਾਲ ਵਿੰਗਾ ਨਹੀਂ ਹੋਇਆ। ਐਂਡ ਜਿਹੜੇ ਚੁਣੇ ਨੁਮਾਇੰਦੇ ਆ, ਅਸੀਂ ਨਿੱਜੀ ਤੌਰ 'ਤੇ ਦੇਖੋ ਸਾਡਾ ਕੋਈ ਉਹਨਾਂ ਨਾਲ ਕੋਈ ਵੈਰ ਵਿਰੋਧ ਨਹੀਂ। ਯੂ ਟੀ ਏ ਨੇ ਜਾਂ ਮੈਂ ਐਜ਼ ਏ ਗਗਨ ਸਿੰਘ, ਇੰਨੇ ਸਾਲ ਆਪਾਂ ਨੂੰ ਹੋ ਗਿਆ ਗੱਲ ਕਰਦਿਆਂ ਨੂੰ, ਕੋਈ ਅੱਜ ਤੱਕ ਇੱਕ ਨਿੱਕਾ ਜਿਹਾ ਵੀ ਕੋਈ ਲਾਹਾ ਲੈਣ ਦੀ ਕੋਸ਼ਿਸ਼ ਨਹੀਂ ਕੀਤੀ ਕਿਸ ਕੋਈ ਵੀ ਰਾਜਨੀਤਿਕ ਜੀ, ਕੋਈ ਵੀ ਫਾਈਨੈਂਸ਼ੀਅਲ। ਤੁਸੀਂ ਇਹ ਦੇਖੋ ਵੀ ਸਾਰੇ ਸੋਚਦੇ ਹੋਣਗੇ ਵੀ ਇਹ ਪਤਾ ਨਹੀਂ ਕਿੰਨਾ ਕੁ ਫਾਇਦਾ ਲੈਂਦੇ ਹੋਣਗੇ। ਮੈਂ ਨਿੱਜੀ ਗੱਲ ਦੱਸਣ ਲੱਗਿਆ, ਮਾਰਚ ਮਹੀਨੇ ਆਪਣੇ ਪਰਿਵਾਰ 'ਚ ਵਿਆਹ ਸੀ ਮੇਰੀ ਸਰਦਾਰਨੀ ਦੀ ਛੋਟੀ ਭੈਣ ਦਾ, ਆਪਾਂ ਸਾਰੇ ਸਿੱਖ ਜੀ ਜੀ, ਪ੍ਰਾਹੁਣੇ ਦੇ ਪਰਿਵਾਰ ਦਾ ਵੀਜ਼ਾ ਨਹੀਂ ਲੱਗਿਆ। ਜੇ ਮੈਂ ਚਾਹੁੰਦਾ ਤੇ ਕਿਸੇ ਵੀ ਰਾਜਨੀਤਿਕ ਨੂੰ ਕਹਿ ਕੇ ਆਪਾਂ ਮਿਨਿਸਟਰ ਪਰਮਿਟ ਵੀ ਲੈ ਸਕਦੇ। ਬਿਲਕੁਲ ਠੀਕ, ਐਕਸੈਸਿਬਿਲਿਟੀ ਆ, ਸਭ ਜਾਣਦੇ ਨੇ। ਕਿਸੇ ਨੂੰ ਵੀ ਪੁੱਛ ਸਕਦੇ ਆ ਵੀ ਆਪਾਂ ਅੱਜ ਤੱਕ ਕਿਸੇ ਨੂੰ ਇੱਕ ਨਿੱਕੀ ਨਿੱਕਾ ਵੀ ਕੰਮ ਪਰਸਨਲੀ ਨਹੀਂ ਕਿਹਾ। ਇਹੀ ਸਟੇਟਸਮੈਨ ਕਹਿੰਦੇ ਨੇ, ਇਹਨੂੰ ਲੀਡਰਸ਼ਿਪ ਕਹਿੰਦੇ ਨੇ। ਬੈਂਕਮਿਆਂ ਜਿਹੜਾ ਸਵਾਲ ਤੁਸੀਂ ਪੁੱਛਿਆ ਸੀ ਉਹ ਕੰਪਨੀਆਂ ਦਾ ਬਿਲਕੁਲ ਵਾਜਬ ਆ ਜੀ, ਪਰ ਜਿਹੜਾ ਉਹ ਜਿਹੜਾ ਇੱਕ ਡਰ ਦਾ ਮਾਹੌਲ ਹੈ ਨਾ ਜੀ ਬਣਿਆ, ਸਾਰੇ ਜਣੇ ਡਰੇ ਹੋ ਵੀ ਪਤਾ ਨਹੀਂ ਕੀ ਹੋਊਗਾ। ਪਰ ਮੈਂ ਇੱਕ ਤੁਹਾਡੇ ਮਾਧਿਅਮ ਰਾਹੀਂ ਇੱਕ ਯਕੀਨ ਦਵਾਉਣਾ ਚਾਹੁੰਦਾ ਉਹਨਾਂ ਨੂੰ ਬਈ ਦੇਖੋ ਫੇਅਰਨੈਸ ਹੋਊਗੀ, ਪਰ ਮੈਂ ਕੋਈ ਲਾਇਸੈਂਸ ਦਾ ਡਿਸੀਜਨ ਤਾਂ ਨਹੀਂ ਲੈਣਾ, ਪਰ ਜੋ ਵੀ ਫੇਅਰਨੈਸ ਹੋਊਗੀ ਉਹ ਅਕਰੋਸ ਦਾ ਬੋਰਡ, ਅਸੀਂ ਉਹਦੇ ਲਈ ਪਹਿਲੋਂ ਉੱਠ ਕੇ ਖੜਾਂਗੇ ਵੀ ਫੇਅਰਨੈਸ ਅਕਰੋਸ ਦਾ ਬੋਰਡ ਹੋਣੀ ਚਾਹੀਦੀ ਆ। ਪਰ ਜੇ ਕੋਈ ਇਹ ਕਹੇ ਵੀ ਕੋਈ ਇੱਕ ਪਰਟੀਕੁਲਰ ਕੋਈ ਕੰਪਨੀ ਨੂੰ ਟਾਰਗੇਟ ਕਰੂਗਾ ਬਈ ਬਿਨਾਂ ਕਿਸੇ ਗੱਲੋਂ, ਜਿਹੜਾ ਹੁਣ ਰੀਜ਼ਨ ਹੈਗਾ ਆ ਉਹ ਵੱਖਰੀ ਗੱਲ, ਪਰ ਬਿਨਾਂ ਕਿਸੇ ਰੀਜ਼ਨ ਤੋਂ ਨਾ ਅਸੀਂ ਪਿਛਲੀ ਵਾਰ ਹੋਣ ਦਿੱਤਾ ਸੀ 2014 'ਚ, ਨਾ ਅੱਜ ਹੋਣ ਦੇਣਾ, ਅਸੀਂ ਖੜੇ ਹਾਂ ਨਾਲ। ਬਿਲਕੁਲ ਠੀਕ ਆ ਜੀ। ਅੱਛਾ, ਇਹ ਜਿਹੜੀ ਰਿਨਿਊਲ ਹੁੰਦੀ ਹੈ ਇਹ ਹਰ 4 ਸਾਲ ਬਾਅਦ ਹੁੰਦੀ ਹੈ, ਇਸ ਤਰ੍ਹਾਂ ਹੀ ਹੁੰਦੀ ਹੈ ਪਹਿਲਾਂ ਹੁੰਦੀ ਹੈ? ਅੱਛਾ, ਇਸ ਤਰ੍ਹਾਂ ਹੀ ਹੁੰਦੀ ਹੈ। ਦੇਖੋ ਜਦੋਂ ਕੋਈ ਵੀ ਜੀ ਕੋਈ ਪੋਲਿਸੀ ਬਣਦੀ ਹੈ ਨਾ, ਉਹਦੇ 'ਚ ਹਰ ਪੋਲਿਸੀ ਦੇ ਅਖੀਰ 'ਚ ਲਿਖਿਆ ਹੁੰਦਾ ਵੀ ਜੇ ਤੁਸੀਂ ਇਹ ਪੋਲਿਸੀ ਨੂੰ ਨਹੀਂ ਮੰਨਦੇ ਇਨ ਬਿਨ ਤੇ ਤੁਹਾਡੇ 'ਤੇ ਫਾਈਨੈਂਸ਼ੀਅਲ ਪੈਨਲਟੀਜ਼ ਵੀ ਲੱਗਣਗੀਆਂ ਅਤੇ ਹੋ ਸਕਦਾ ਤੁਹਾਡਾ ਲਾਇਸੈਂਸ ਵੀ ਜਾ ਸਕੇ। ਸੋ ਜੇ ਓਵਰਆਲ ਕਹੀਏ ਵੀ ਕੰਪਨੀ ਦੀ ਕਾਰਗੁਜ਼ਾਰੀ ਪਿਛਲਿਆਂ ਸਾਲਾਂ ਦੀ ਕੀ ਹੈਗੀ ਆ, ਉਹ ਲਾਇਸੈਂਸ ਰਿਨਿਊਅਲ ਵੇਲੇ ਹੀ ਹੋਣੀ ਆ। ਉਹਦੇ ਵਿੱਚ ਜੇ ਕਹੀਏ ਵੀ ਕੋਈ ਅਲੋਕਾਰੀ ਵਾਲੀ ਗੱਲ ਆ ਜਾਂ ਕੋਈ ਟਾਰਗੇਟਿੰਗ ਆ ਇੱਦਾਂ ਦੀ ਨਹੀਂ, ਪਰ ਹਾਂ ਉਹ ਪ੍ਰੋਸੀਜਰ ਕਿਵੇਂ ਚੱਲਦਾ, ਕੀ ਉਹ ਫੇਅਰ ਚੱਲਦਾ ਜਾਂ ਨਹੀਂ ਚੱਲਦਾ, ਕੀ ਉਹ ਪ੍ਰੋਸੀਜਰ ਦੇ ਵਿੱਚ ਯੂਨੀਅਨ ਕੰਪਨੀਆਂ ਨੂੰ ਕੋਈ ਸੌਖ ਆ, ਨੋਨ ਯੂਨੀਅਨ ਨੂੰ ਬੇਸੌਖ ਆ, ਉਹ ਜਿਹੜਾ ਇੱਕ ਸਵਾਲ ਜ਼ਰੂਰ ਅਸੀਂ ਮੰਨ ਲਓ ਅੱਜ ਤੱਕ ਕਰਦੇ ਆਏ ਹਾਂ। ਆਪਾਂ ਆਪਣੇ ਸਟੇਸ਼ਨ ਤੋਂ ਬਹੁਤ ਵਾਰੀ ਕਿਹਾ, ਪਿਛਲੀ ਵਾਰ ਵੀ ਜਿੱਦਣ ਆਏ ਸੀਗੇ ਇੱਕ ਯੂਨੀਅਨ ਦੀ ਕੰਪਲੇਂਟ ਦਾ ਆਪਾਂ ਜ਼ਿਕਰ ਕੀਤਾ ਸੀ, 2022 ਦੀ ਕੰਪਲੇਂਟ ਹੋਈ ਆ, ਅੱਜ ਤੱਕ ਉਸ ਕੰਪਨੀ ਦਾ ਡਿਸੀਜ਼ਨ ਨਹੀਂ ਆਇਆ। ਕਮਿਸ਼ਨਰ ਆਫਿਸ ਵੱਲੋਂ ਉਸ ਟਾਈਮ ਦੇ ਕਮਿਸ਼ਨਰ ਨੇ ਇੱਕ ਲੈਟਰ ਕੱਢੀ ਸੀਗੀ, ਮੇਰੇ ਸਾਹਮਣੇ ਨਹੀਂ ਪਈ ਉਹ, ਪਰ ਮੈਨੂੰ ਉਹਦੀ ਇੰਨ ਬਿੰਨ ਯਾਦ ਆ। ਕਮਿਸ਼ਨਰ ਨੇ ਕਿਹਾ ਸੀ ਆਲ ਲਾਇਸੈਂਸਡ ਕੰਪਨੀਜ਼ ਹੈਵ ਟੂ ਯੂਜ਼ ਟੈਗਡ ਟਰੱਕਸ ਫੋਰ ਔਨ ਡਾਕ ਐਂਡ ਆਫ ਡਾਕ ਐਂਡ ਪੇ ਦਾ ਲੈਜਿਸਲੇਟਡ ਰੇਟਸ। ਹੁਣ ਉਸੇ ਹੁਕਮ ਦੀ ਜਿਹੜੇ ਉਹਦੇ ਖਿਲਾਫ ਜਿਹੜੀ ਆ ਉਹ ਇੱਕ ਪਰਟੀਕੁਲਰ ਕੰਪਨੀ ਜਿਹੜੀ ਯੂਨੀਅਨਾਈਜ਼ਡ ਆ ਉਹ ਸ਼ਰੇਆਮ ਚੱਲ ਰਹੀ ਆ ਅਤੇ ਉਹਦਾ ਡਿਸੀਜ਼ਨ ਨਹੀਂ ਲਿਆ ਜਾ ਰਿਹਾ। ਐਂਡ ਕਿਤੇ ਨਾ ਕਿਤੇ ਲੱਗ ਰਿਹਾ ਬਈ ਇਹ ਸਿਸਟਮ ਦਾ ਜਿਹੜਾ ਕੰਮ ਆ ਇਹ ਪੂਰਾ ਫੇਅਰ ਨਹੀਂ ਚੱਲ ਰਿਹਾ।
ਪਰ ਫਿਰ ਚੱਲਣ ਦੇ ਲਈ ਅਸੀਂ ਦੋ ਧਿਰਾਂ ਰਲ ਕੇ ਕੰਮ ਕਰਨ ਨੂੰ ਰਾਜ਼ੀ ਹਾਂ। ਪਰ ਸੇਮ ਟੋਕਨ 'ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹ ਵੀ ਗੱਲ ਆ ਵੀ ਜਿਹੜੀਆਂ ਚਾਹੇ ਉਹ ਓਨਰ ਓਪਰੇਟਰ ਵੀਰ ਆ ਚਾਹੇ ਕੰਪਨੀ ਡਰਾਈਵਰ ਵੀਰ ਆ, ਜਿਹੜੀਆਂ ਉਹਨਾਂ ਦੀਆਂ ਵਾਜਿਬ ਕੰਪਲੇਂਟਸ ਵੀ ਹੈਗੀਆਂ, ਉਹਨਾਂ ਨੂੰ ਵੀ ਜਿਹੜੇ ਨਿੱਤ ਦਿਹਾੜੇ ਥਰੈਟ ਹੁੰਦੇ ਆ ਉਹਨਾਂ ਬਾਰੇ ਵੀ ਜ਼ਰੂਰ ਵਿਚਾਰਿਆ ਜਾਵੇ। ਅੱਛਾ ਗਗਨ ਸਿੰਘ, ਜਿਹੜੇ ਟੈਗਸ ਜਿਹੜੇ ਨੇ, ਓਨਰ ਓਪਰੇਟਰ ਇੱਕ ਸ਼ਬਦ ਵਰਤਦੇ ਨੇ, ਕੰਪਨੀ ਉਹ ਮੁੰਡੇ ਜਿਨ੍ਹਾਂ ਕੋਲ ਟੈਗ ਨੇ ਉਹ ਉਹਨਾਂ ਦੇ ਇੰਡੀਵਿਜੁਅਲ ਟੈਗ ਨੇ ਜਾਂ ਕੰਪਨੀ ਦੇ ਟੈਗ ਨੇ ਜਿਹਦੇ 'ਚ ਉਹ ਕੰਮ ਕਰਦੇ ਆ? ਦੇਖੋ, ਟੈਗ 2014 ਤੋਂ ਪਹਿਲਾਂ ਕੰਪਨੀ ਦਾ ਟੈਗ ਕੰਪਨੀ ਦਾ ਹੁੰਦਾ ਸੀ, ਓਨਰ ਓਪਰੇਟਰ ਦਾ ਟੈਗ ਓਨਰ ਓਪਰੇਟਰ ਦਾ ਹੁੰਦਾ ਸੀ। ਓਨਰ ਓਪਰੇਟਰ ਕਿਸੇ ਵੀ ਕੰਪਨੀ 'ਚ ਕੰਮ ਹੋ ਸਕਦਾ ਸੀ, ਹੋ ਸਕਦਾ ਮਰਜ਼ੀ ਨਾਲ। ਅੱਛਾ ਅੱਛਾ, 14 ਤੋਂ ਬਾਅਦ ਬੰਦ ਹੋ ਗਿਆ, ਮੂਵ ਨਹੀਂ ਹੋ ਸਕਦਾ? ਨਹੀਂ। ਅੱਛਾ, ਆਪਣੀ ਮਰਜ਼ੀ ਨਾਲ ਨਹੀਂ ਹੋ ਸਕਦਾ, ਜੇ ਕਿਤੇ ਕੋਈ ਖਾਲੀ ਜਗ੍ਹਾ ਪਈ ਉੱਥੇ ਹੋ ਸਕਦਾ। ਅੱਛਾ, ਪਰ ਉਹ ਇੱਕ ਜਾਣੀ ਕਹਿ ਲਓ ਇੱਕ ਸਲੇਵਰੀ ਆ ਉਹ। ਸੋ ਕੰਪਨੀ ਕੋਲ ਵੀ ਟੈਗ ਨੇ, ਕੰਪਨੀ ਇਟਸੈਲਫ ਦੇ ਨਾਂ ਤੇ ਵੀ, ਕੰਪਨੀ ਦੇ ਆਪਣੇ ਟੈਗ ਹੈਗੇ ਆ, ਪਰ ਉਹ ਹੈਗੇ ਕਮਿਸ਼ਨਰ ਆਫਿਸ ਤੇ ਆ। ਕਮਿਸ਼ਨਰ ਆਫਿਸ ਨੇ ਉਹ ਟੈਗ ਕੰਪਨੀ ਨੂੰ ਵਰਤਣ ਨੂੰ ਦਿੱਤੇ ਆ, ਜਿਹੜੀ ਉਹ ਕਹੀਏ ਵੀ ਜੇ ਪ੍ਰੋਪਰਟੀ ਨਹੀਂ ਗੀ ਕੰਪਨੀ ਦੀ, ਪਰ ਉਹ ਇੱਕ ਪ੍ਰਿਵਿਲੇਜ ਆ, ਬਿਕੋਜ਼ ਕੰਪਨੀ ਕੋਲ ਲਾਇਸੈਂਸ ਹੈਗਾ ਪੋਰਟ 'ਤੇ ਕੰਮ ਕਰਨ ਦਾ। ਕੰਪਨੀ ਜਿੰਨਾ ਕੰਮ ਦਿਖਾਲਦੀ ਆ ਉਹਦੇ ਹਿਸਾਬ ਨਾਲ ਉਹਨੂੰ ਨੰਬਰ ਆਫ ਟੈਗਸ ਮਿਲ ਜਾਂਦੇ ਆ। ਓਨਰ ਓਪਰੇਟਰ ਵੀ ਦਾ ਟੈਗ ਵੀ ਪ੍ਰਿਵਿਲੇਜ ਆ ਜਾਂ ਕੋਈ ਉਹਦੀ ਅਲੱਗ ਕੰਡੀਸ਼ਨ? ਓਨਰ ਓਪਰੇਟਰ ਦੀ ਪ੍ਰਿਵਿਲੇਜ ਹੈਗੀ ਵੀ ਓਨਰ ਓਪਰੇਟਰ ਦਾ ਇੱਕ ਆਇਓ ਲਿਸਟ ਕਹਿੰਦੇ ਆ, ਜਿਹਦੇ ਵਿੱਚ ਓਨਰ ਓਪਰੇਟਰ ਦਾ ਨਾਂ ਆ। ਓਕੇ, ਜਿਹੜੀ ਵੀ ਕੰਪਨੀ ਨੇ ਓਨਰ ਓਪਰੇਟਰ ਹਾਇਰ ਕਰਨਾ ਉਹ ਲਿਸਟ ਦੇ ਵਿੱਚੋਂ ਲੈਣਾ ਪੈਂਦਾ। ਓਕੇ, ਅਨਲੈਸ ਕੋਈ ਯੂਨੀਅਨ ਦਾ ਕੋਈ ਹੈਲਪ ਕਰਨੀ ਹੋਵੇ ਜੇ ਕਿਸੇ ਨੇ, ਜਾਂ ਯੂਨੀਅਨ ਕਹਿੰਦੀ ਆ ਵੀ ਸਾਨੂੰ ਬੰਦੇ ਚਾਹੀਦੇ ਆ, ਉਹ ਲੂਪ ਹੋਲ ਇੱਕ ਰੱਖਿਆ ਇਸੇ ਸਰਕਾਰ ਨੇ, ਉਹਨਾਂ ਦੀ ਹੈਲਪ ਹੁੰਦੀ ਆ, ਪਿੱਠ ਥਪਤ ਪਾਈ ਜਾਂਦੀ ਉਹਨਾਂ ਦੀ। ਯਾਨੀ ਜੇ ਮੈਨੂੰ ਕੋਈ ਅੱਜ ਕਹਿਣ ਤੋਂ ਡਰ ਨਹੀਂ ਵੀ ਉਹ ਸ਼ਰਿਆਂ ਉਹਨਾਂ ਦੀ ਮਦਦ ਹੁੰਦੀ ਆ। ਜਿਹੜੇ ਬੰਦੇ ਆਏ ਉਹ ਲਿਸਟ 'ਤੇ ਆ, ਉਹਨਾਂ ਨੂੰ ਕੰਮ ਨਹੀਂ ਮਿਲਦਾ ਪ੍ਰੋਪਰ, ਬੈਕ ਡੋਰ ਤੋਂ ਬੰਦੇ ਲਿਆ ਕੇ ਉਹਨਾਂ ਨੂੰ ਹੁੰਦਾ। ਪਰ ਬੈਕ, ਮੈਂ ਤੁਹਾਡੇ ਸਵਾਲ 'ਤੇ ਆਵਾਂ ਵੀ ਓਨਰ ਓਪਰੇਟਰ ਨੂੰ ਇੱਕ ਪ੍ਰਿਵਿਲੇਜ ਮਿਲੀ ਆ ਵੀ ਉਹਨਾਂ ਦਾ ਨਾਂ ਲਿਸਟ 'ਤੇ ਆ, ਜਿਹੜੀ ਵੀ ਕੰਪਨੀ ਨੇ ਓਨਰ ਓਪਰੇਟਰ ਦਾ ਟੈਗ ਲੈਣਾ ਉਹ ਉਸ ਲਿਸਟ ਤੋਂ ਟੈਗ ਉਹਨਾਂ ਦਾ ਉਹਨਾਂ ਨੂੰ ਰੱਖਣਾ ਪਊਗਾ। ਅਤੇ ਇਹ ਟੈਗ ਨੇ ਜਿਹੜੇ, ਮੰਨ ਲਓ ਵੀ ਮੈਂ ਅੱਜ, ਮੇਰੇ ਕੋਲ ਟੈਗ ਆ ਅਤੇ ਮੈਂ ਅੱਜ ਟਰੈਕਿੰਗ ਛੱਡ ਕੇ ਰਿਟਾਇਰ ਹੋ ਰਿਹਾ, ਉਹ ਟੈਗ ਕਿੱਥੇ ਜਾਂਦਾ ਫਿਰ? ਉਹ ਟੈਗ ਫਿਰ ਕਮਿਸ਼ਨਰ ਕੋਲ ਜਾਂਦਾ। ਸੋ ਆਪਣੀ ਪ੍ਰੋਪਰਟੀ ਨਹੀਂ ਹੈ? ਨਹੀਂ ਜੀ, ਟ੍ਰਾਂਸਫਰ ਪਰਿਵਾਰ ਲਈ ਨਹੀਂ ਹੈ। ਜਿੱਦਣ ਵੀ ਜੀ ਇਹ ਬਣੀ ਸੀ ਨਾ ਆਇਓ ਲਿਸਟ, ਇਹ ਆਇਓ ਕੀ ਆ ਫੁੱਲ ਫਾਰਮ? ਇੰਡੀਪੈਂਡੈਂਟ ਓਨਰ ਓਪਰੇਟਰ। ਓਕੇ ਓਕੇ, ਓਨਰ ਓਪਰੇਟਰ ਦੀ ਪਹਿਲਾਂ ਲਿਸਟ ਨਹੀਂ ਸੀ ਹੁੰਦੀ। ਅੱਛਾ, ਅਸੀਂ ਜਿਹੜੇ ਪਹਿਲੇ ਕਮਿਸ਼ਨਰ ਸੀ ਮਾਈਕਲ ਕਰਾਫੋਰਡ, ਜਦੋਂ ਸਾਨੂੰ ਇਹ ਲੱਗਿਆ ਨਾ ਵੀ ਓਨਰ ਓਪਰੇਟਰ ਦਾ ਟੈਗ ਵਿਕਣ ਲੱਗ ਪਿਆ, ਇਹ ਵਿਕਦੇ ਵੀ ਰਹੇ? ਵਿਕਦੇ ਰਹੇ। ਅੱਛਾ, ਅਸੀਂ ਦਿਨਾਂ ਦੇ ਵਿੱਚ, ਮੈਂ ਅਤੇ ਮਾਈਕਲ ਕਰਾਫੋਰਡ ਨੇ ਅਸੀਂ ਇਹ ਲਿਸਟ ਬਣਾਈ। ਇਹਦੇ ਵਿੱਚ ਫਿਰ ਜਿਹੜੇ ਨਾਂ ਐਡ ਹੁੰਦੇ ਸੀ ਲਾਟਰੀ ਸਿਸਟਮ ਨਾਲ ਹੋਏ ਆ 40 ਟੈਗ ਅੱਜ ਤੱਕ, ਇੱਕ ਦੋ ਨਾਂ ਹੋਰ ਐਡ ਹੋਏ ਆ ਜਿਹੜੇ ਰਾਜਨੀਤਿਕ ਦਬਾਅ ਥੱਲੇ ਵੀ ਹੋਏ ਆ, ਕੋਈ ਮੈਨੂੰ ਕਹਿਣ 'ਚ ਡਰ ਨਹੀਂ। ਜਿਹੜਾ ਹੁਣ ਅਗਲਾ ਪ੍ਰੋਸੈਸ ਆ, ਅਸੀਂ ਉਹ ਕਮਿਸ਼ਨਰ ਆਫਿਸ ਨਾਲ ਕੰਮ ਕਰ ਰਹੇ ਹਾਂ, ਜਿਹੜਾ ਚੰਗੀ ਚੀਜ਼ ਕਮਿਸ਼ਨਰ ਆਫਿਸ ਦੀ ਵੀ, ਜਿਹੜੇ ਅਗਲੇ ਟੈਗ ਆ ਜਿਹੜੇ ਨਵੇਂ ਓਨਰ ਓਪਰੇਟਰ ਬਣਨਗੇ ਬਣਨਗੇ ਉਹ ਜਿਹੜੇ ਐਗਜ਼ਿਸਟਿੰਗ ਸਿਸਟਮ ਦੇ ਵਿੱਚ ਕੰਪਨੀ ਡਰਾਈਵਰ ਵਾਲੇ ਵੀਰ ਆ ਉਹਨਾਂ ਦੇ ਹੋਣ। ਓਕੇ, ਕਿਉਂਕਿ ਉਹਨਾਂ ਦੇ ਚਾਂਸ ਨੂੰ ਮੈਂ ਮਹਿਸੂਸ ਕਰਕੇ ਦੇਖਿਆ, ਮੈਂ ਇਸ ਇੰਡਸਟਰੀ 'ਚ ਜ਼ਿਆਦਾ ਕੰਪਨੀ ਡਰਾਈਵਰ ਕੰਮ ਕੀਤਾ। ਹੁਣ ਜਿੰਨਾ ਐਗਜ਼ਿਸਟਿੰਗ ਓਨਰ ਓਪਰੇਟਰਾਂ ਵਾਲੀ ਲਿਸਟ ਜਿਹੜੀ ਆ
ਆਉਣ ਵਾਲੇ 10 ਸਾਲਾਂ ਦੇ ਵਿੱਚ ਘੱਟੋ ਘੱਟ ਵੀ  300-400 ਬੰਦੇ ਜਿਹੜੇ ਆ ਉਹਨਾਂ ਨੇ ਕਿਸੇ ਨੇ ਰਿਟਾਇਰ ਹੋ ਜਾਣਾ, ਕਿਸੇ ਨੇ ਆਪਣੀ ਮਰਜ਼ੀ ਨਾਲ ਕੰਮ ਛੱਡ ਦੇਣਾ, ਜਿਹੜੀ ਉਹ ਨਵੀਆਂ ਓਪਨਿੰਗਸ ਆ। ਚੰਗੀ ਚੀਜ਼ ਇਸ ਕਮਿਸ਼ਨਰ ਆਫਿਸ ਵੱਲੋਂ ਇਹ ਵੀ ਕੀਤੀ ਗਈ, ਉਹ 50-50 ਹੋ ਗਿਆ ਬਈ। ਉਹਨਾਂ ਨੇ ਇਹ ਕਹਿਤਾ ਵੀ ਅੱਧੇ ਓਨਰ ਓਪਰੇਟਰ ਹੋਣਗੇ, ਅੱਧੇ ਕੰਪਨੀ ਟਰੱਕ। ਉਹ ਸਾਡੀ ਇੱਕ ਸੇਫਟੀ ਆ, ਪਰ ਜਿਹੜਾ ਅੱਗੇ ਇੱਕ ਚੈਲੇਂਜ ਆ ਬਈ, ਓਨਰ ਓਪਰੇਟਰ ਦੀ ਜਿਹੜੀ ਉਹਦੀ ਜੋਬ ਅਸ਼ੋਰੈਂਸ ਆ, ਹੁਣ ਇੱਕ ਕੰਪਨੀ ਆ, ਅਗਲੇ ਹਫ਼ਤੇ ਆਪਾਂ ਨਾ ਲਵਾਂਗੇ ਕਿਸੇ ਰੀਜ਼ਨ ਕਰਕੇ, ਨਾ ਨਹੀਂ ਲੈ ਸਕਦੇ, ਉਸ ਕੰਪਨੀ ਨੇ 13 ਬੰਦੇ ਬਿਨਾਂ ਗੱਲੋਂ ਟਰਮੀਨੇਟ ਕਰਤੇ। ਟਰਮੀਨੇਸ਼ਨ ਨੋਟਿਸ ਦੇ ਵਿੱਚ ਕੋਈ ਹੋਰ ਗੱਲ ਲਿਖੀ ਆ, ਕਮਿਸ਼ਨਰ ਆਫਿਸ ਨੂੰ ਕੋਈ ਹੋਰ ਲਿਖੀ ਆ। ਹੁਣ ਉਹ ਬੰਦੇ 4 ਹਫ਼ਤਿਆਂ ਤੋਂ ਵਿਹਲੇ ਬੈਠੇ, ਘਰੇ ਬੈਠੇ ਆ ਹਾਲ 'ਚ ਅੱਜ ਦੇ ਮੌਕੇ 'ਤੇ। ਐਂਡ ਜੇ ਹੁਣ ਕਮਿਸ਼ਨਰ ਆਫਿਸ ਨਹੀਂ ਪ੍ਰੋਟੈਕਟ ਕਰਦਾ ਉਹਨਾਂ ਨੂੰ, ਅਤੇ ਜਿਵੇਂ ਉਹ ਪੰਜਾਬੀ 'ਚ ਕਹਿੰਦੇ ਵੀ ਭੱਠ ਪਿਆ ਸੋਨਾ ਜਿਹੜਾ ਕੰਨਾਂ ਨੂੰ ਖਾਵੇ, ਫਿਰ ਅਸੀਂ ਇਸ ਦਫ਼ਤਰ ਤੋਂ ਅਸੀਂ ਲੈਣਾ ਕੀ ਆ। ਇਸ ਦਫ਼ਤਰ ਦੀ ਜਿਹੜੀ ਹੋਂਦ ਸੀ 14 ਦੀ ਸਟ੍ਰਾਈਕ ਦੇ, ਜਿਹੜੇ ਮੁੱਖ ਦੋ ਕਾਰਨ ਸੀਗੇ, ਇੱਕ ਪੇ ਸਟਰਕਚਰ ਸੀਗਾ, ਦੂਜਾ ਸੀਗਾ ਆਫ ਡਾਕ। ਆਫ ਡਾਕ ਜੇ ਕਹੀਏ, ਜਿਹੜਾ ਅੱਜ ਇੱਕ ਚੰਗੀ ਚੀਜ਼ ਵੀ ਇਹ ਹੋਈ ਆ ਥੋੜ੍ਹੀ, ਪਰ ਪੂਰੀ ਪ੍ਰੋਪਰਲੀ ਨਹੀਂ ਹੋਈ। ਇੱਕ ਇਹ ਹੋ ਗਏ, ਲਾਇਸੈਂਸ ਐਪਲੀਕੇਸ਼ਨ ਦੇ ਵਿੱਚ ਹਰ ਕੰਪਨੀ ਨੂੰ ਡਿਸਕਲੋਜ਼ ਕਰਨਾ ਪੈਣਾ ਵੀ ਉਹਨਾਂ ਦਾ ਹੋਰ ਆਫ ਡਾਕ ਕੰਪਨੀ ਦੇ ਨਾਲ ਕਿਹੜੇ ਕੰਟਰੈਕਟ ਆ। ਜਿਹੜੇ ਇੰਡੀਪੈਂਡੈਂਟ ਓਨਰ ਓਪਰੇਟਰ ਨੇ, ਸਮਹਾਓ ਕਦੇ ਕਹਿਣ ਵੀ ਯਾਰ ਅਸੀਂ ਕਿਸੇ ਕੰਪਨੀ 'ਚ ਕੰਮ ਨਹੀਂ ਕਰਨਾ, ਅਸੀਂ ਆਪਣੇ ਤੌਰ 'ਤੇ ਰਲ ਕੇ ਕੰਪਨੀ 'ਚ ਕੋਈ ਸੈੱਟ ਕਰਨੀ ਹੈ, ਇਹ ਪੋਸੀਬਿਲਟੀ ਹੈ? ਹਾਲ ਦੀ ਘੜੀ ਤਾਂ ਨਹੀਂ ਹੈਗੀ। ਓਕੇ, ਪਰ ਜਾਣੀ ਮੈਂ ਮੇਰੇ ਕਹਿਣ ਦਾ, ਮੈਂ ਤਾਂ ਸਟਰਕਚਰ ਦੀ ਉਹ ਗੱਲ ਕਰ ਰਿਹਾ। ਦੇਖੋ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਕੋਈ ਇੱਦਾਂ ਦਾ ਸਿਸਟਮ ਹੋਵੇ। ਫਰਜ਼ ਕਰੋ ਬਈ ਜਿਵੇਂ ਕੰਪਨੀਆਂ ਦੇ ਖਦਸ਼ਾ ਸੀ ਇੱਕ ਬਈ ਨਵੀਆਂ ਵੱਡੀਆਂ ਕੰਪਨੀਆਂ ਨੂੰ ਨਾ ਇਹ ਆਫਿਸ ਲੈ ਆਵੇ, ਬਈ ਅੱਜ ਦਾ ਜੋ ਸਮਾਂ ਆ ਕੰਮ ਬਹੁਤ ਘੱਟ ਆ। ਅੱਜ ਦੇ ਸਮੇਂ 'ਚ ਜੇ ਇਹ ਕਹੀਏ ਬਈ ਪੁਰਾਣੀ ਕੰਪਨੀ ਨੂੰ ਕੱਢ ਕੇ ਨਵੀਂ ਨੂੰ ਲੈ ਆਉਣਾ, ਜਿਹੜੀ ਕੰਪਨੀ ਚੰਗਾ ਕੰਮ ਕਰਦੀ ਆ ਉਹ ਗਲਤ ਗੱਲ ਆ। ਹਾਂ, ਜੇ ਕੋਈ ਕਿਸੇ ਨੇ ਕੋਈ ਬੱਜਰ ਗਲਤੀ ਕੀਤੀ ਆ, ਚਾਹੇ ਕੋਈ ਵੀ ਹੋਵੇ, ਚਾਹੇ ਮੈਂ ਵੀ ਹੋਵਾਂ, ਉਹਦੇ ਪਿੱਛੇ ਗੱਲ ਵੱਖਰੀ ਆ। ਪਰ ਅੱਜ ਦੀ ਡੇਟ ਦੇ ਵਿੱਚ ਜਿਹੜੀ ਪ੍ਰੋਬਲਮ ਆ ਵੀ ਜੀ, ਉਹ ਇਹ ਆ, ਸੜਕਾਂ 'ਤੇ ਤੁਸੀਂ ਦੇਖੋ ਵੱਡੀਆਂ ਵੱਡੀਆਂ ਕੰਪਨੀਆਂ ਦੇ ਆਪਣੇ ਟਰੱਕ ਆ ਗਏ ਆ। ਅੱਜ ਇੱਕ ਵੱਡੀ ਗਰੋਸਰੀ ਚੇਨ ਦੇ ਖਿਲਾਫ ਮੁਜ਼ਾਹਰੇ ਹੋ ਰਹੇ ਆ ਵੀ ਇਹ ਚੇਨ ਨੇ ਪ੍ਰਾਈਸ ਗਾਉਜਿੰਗ ਕੀਤੀ। ਬਿਲਕੁਲ ਕੀਤੀ, ਹਾਂ। ਹੁਣ ਸਾਰੇ ਜਿਹੜੇ ਐਜ਼ ਏ ਫੈਲੋ ਕੈਨੇਡੀਅਨਸ, ਮੰਨ ਲਓ ਟਰੱਕਿੰਗ ਤੋਂ ਵੱਖਰੇ ਹੋ ਕੇ ਜੇ ਅਸੀਂ ਦੇਖੀਏ, ਜੇ ਉਹ ਕੰਪਨੀਆਂ ਆਪਣੇ ਢੰਗ ਦੇ ਨਾਲ ਜਾਂ ਆਪਣੇ ਤੌਰ 'ਤੇ ਵੱਡੀਆਂ ਕਾਰਪੋਰੇਸ਼ਨਸ ਆ ਗਈਆਂ, ਛੋਟੇ ਨੂੰ ਤਾਂ ਉਹ ਖਾ ਜਾਣਗੀਆਂ। ਹੁਣ ਜਦੋਂ ਐਪਲੀਕੇਸ਼ਨ ਦੀ ਇੱਕ ਟੈਕਨੀਕਲਟੀ ਆ ਵੀ ਤੁਹਾਨੂੰ ਕੰਮ ਸ਼ੋ ਕਰਨਾ ਪੈਂਦਾ, ਲੈਟਸ ਸੇ ਇੱਕ ਕੋਈ ਬਹੁਤ ਵੱਡਾ ਗਰੁੱਪ ਆ, ਉਹ 15 ਕੰਪਨੀਆਂ ਨੂੰ ਕੰਮ ਦਿੰਦਾ, ਅਤੇ ਜਿੱਦਣ ਉਹਦੀ ਆਪਣੀ ਕੰਪਨੀ ਬਣ ਗਈ, ਉਹਨੇ ਤਾਂ ਉਹ ਸਾਰੇ ਦਾ ਸਾਰਾ ਕੰਮ ਉਹਨੇ ਆਪਣੀ ਕੰਪਨੀ ਨੂੰ ਹੀ ਦੇਣਾ, ਦੂਜੇ ਬੰਦੇ ਨੇ ਸੁਭਾਵਿਕ ਆ ਘਰ ਬਹਿ ਜਾਣਾ। ਸੋ ਜਿਹੜੀ ਉਹ ਇਹ ਇੱਕ ਵੱਡਾ ਡਰ ਆ, ਇੱਕ ਵੱਡਾ ਸਹਿਮ ਆ, ਚਾਹੇ ਨਵੀਂ ਕੰਪਨੀ ਨੂੰ 5 ਟਰੱਕ ਹੀ ਮਿਲਣੇ ਆ, ਪਰ ਸਟਿਲ ਇਹ ਇੱਕ ਸਾਰਿਆਂ ਦਾ ਡਰ ਜ਼ਰੂਰ ਆ ਬਈ ਜੇ ਉਹ ਵੱਡੀਆਂ ਕਾਰਪੋਰੇਸ਼ਨਸ ਆ ਗਈਆਂ ਉਹਨਾਂ ਨੇ ਟੇਕ ਓਵਰ ਕਰਨਾ। ਜੇ ਅੱਜ ਦੀ ਡੇਟ ਦੇ ਵਿੱਚ ਕਹੀਏ, ਜਿਹੜੀਆਂ ਕੰਪਨੀਆਂ ਬਿਲਕੁਲ ਵੀ ਜਿਨ੍ਹਾਂ 'ਤੇ ਕੋਈ ਐਕਸ਼ਨ ਨਹੀਂ ਹੁੰਦਾ ਅਤੇ ਉਹ ਰੇਟ ਵੀ ਨਹੀਂ ਪੇ ਕਰਦੀਆਂ, ਉਹ ਵੱਡੀਆਂ ਕਾਰਪੋਰੇਸ਼ਨ ਹੀ ਆ।
ਅੱਛਾ ਗਗਨ ਸਿੰਘ, ਆਪਾਂ ਇਹ 1500-1600 ਲਾਈਸੈਂਸਾਂ ਦੇ ਵਿੱਚੋਂ ਭਾਈਚਾਰਾ ਕਿੰਨੇ ਪਰਸੈਂਟ ਇਨਵੋਲਵ ਆ ਇਹਦੇ 'ਚ, ਡਾਇਰੈਕਟ ਔਰ ਇਨਡਾਇਰੈਕਟ, ਸਿੱਧੀਆਂ ਕੰਪਨੀਆਂ ਜਾਂ IOO ਜਾਂ ਡਰਾਈਵਰ? 70% ਨਹੀਂ ਜੀ, 90% ਤੋਂ ਉੱਪਰ ਆ ਜਿਹੜੇ ਓਨਰ ਓਪਰੇਟਰ ਅਤੇ ਕੰਪਨੀ ਟਰੱਕ ਡਰਾਈਵਰ ਆ ਪੰਜਾਬੀ ਆਪਾਂ ਸਾਰੇ ਜਿਹੜੇ, ਹਾਂਜੀ ਜਿਹੜੇ ਓਨਰਾਂ ਦੇ ਵਿੱਚ ਵੀ ਲਾਈਏ ਤਾਂ 70% ਦੇ ਨੇੜੇ ਤੇੜੇ ਆਪਾਂ ਹੈਗੇ ਹਾਂ। 14 ਦੀ ਇਹ ਗੱਲ ਸ਼ੁਰੂ ਹੋਈ ਹੈ BC ਲਿਬਰਲਸ, ਉਸ ਤੋਂ ਬਾਅਦ 17 'ਚ NDP, ਉੱਧਰੋਂ ਇੱਕ ਸਾਲ ਹਾਰਪਰ ਤੋਂ ਬਾਅਦ ਹੁਣ ਲਗਾਤਾਰ ਟਰੂਡੋ ਹੋਣੀ, ਇਹ ਜਿਹੜੀ ਹਰ ਰੋਜ਼ ਖਿੱਚ ਖਿੱਚ ਇਹਦਾ ਪਰਮਾਨੈਂਟ ਸਲੂਸ਼ਨ, ਕਿਉਂਕਿ ਤੁਸੀਂ ਡੀਪਲੀ ਇਹਦੇ ਵਿੱਚੋਂ, ਆਪਾਂ ਜਦ ਤੁਸੀਂ ਕਹਿ ਰਹੇ ਹੋ ਆਪਾਂ ਗੱਲ ਕਰਦੇ ਹਾਂ, ਪਰ ਰੋਜ਼ਮਰਾ ਦੀ ਜ਼ਿੰਦਗੀ ਤੁਸੀਂ ਇਹਦੇ ਥਰੂ ਜਾ ਰਹੇ ਹੋ, ਕਾਣ ਕਿੱਥੇ ਹੈ ਗਗਨ ਸਿੰਘ? ਇਹ ਚੀਜ਼ਾਂ ਫਿਕਸ ਕਿਉਂ ਨਹੀਂ ਹੋ ਰਹੀਆਂ ਕਿ ਇਹ 11 ਸਾਲ ਹੋ ਗਏ ਇਸ ਚੀਜ਼ ਨੂੰ, ਇਹ ਕਿਉਂ ਨਹੀਂ ਫਿਕਸ ਹੋ ਰਹੀਆਂ? ਦੇਖੋ ਜਿਹੜੀ ਰਾਜਨੀਤਿਕ ਚਾਹਨਾ ਹੈ ਨਾ ਜੀ ਕਿਸੇ ਇਸ਼ੂ ਦੀ, ਜਦੋਂ ਚਾਹਨਾ ਹੁੰਦੀ ਆ, 2-3 ਐਗਜ਼ਾਮਪਲਸ ਆ, ਜਿੱਦਣ ਪ੍ਰੋਵਿੰਸ ਨੇ ਸੋਚਿਆ ਬਈ ਅਸੀਂ ਟੋਲ ਬੰਦ ਕਰਨੇ ਆ, ਉਹਨਾਂ ਨੇ ਰਾਤੋ ਰਾਤ ਕਰ ਦਿੱਤੇ ਸਵੇਰ ਨੂੰ ਬੰਦ, ਚੱਕ ਤੇ ਫੱਟੇ। ਹਾਂ, ਜਿੱਦਣ ਉਹਨਾਂ ਨੇ ਕਿਹਾ ਵੀ ਸਰੀ ਦੀ ਪੁਲਿਸ ਜਿਹੜੀ ਆ ਉਹ ਸਰੀ ਪੁਲਿਸ ਹੋਣੀ ਚਾਹੀਦੀ ਆ, ਨਵੰਬਰ 'ਚ ਆਊਗੀ ਤਾਂ ਆਊਗੀ, ਉਹਨਾਂ ਨੇ ਕਰਤੀ। ਹੁਣ ਇਸ਼ੂ ਇਹ ਆ ਵੀ ਜਿਹੜੀਆਂ ਇਹ 'ਚ ਊਣਤਾ ਹੀ ਆ ਨਾ, ਜਿਹੜਾ ਜੁਆਇੰਟ ਐਕਸ਼ਨ ਪਲਾਨ 1431 ਪ੍ਰੋਗਰਾਮ ਸਾਈਨ ਹੋਇਆ, ਉਹ ਇੱਕ ਬਹੁਤ ਕੱਚਾ ਸਮਝੌਤਾ ਸੀਗਾ ਤੇ ਟੈਂਪਰੇਰੀ ਸੀਗਾ, ਉਹ ਸਿਰਫ ਇੱਕ ਕੰਮ ਚਲਾਊ ਸਮਝੌਤਾ ਇਸ ਮਨਸ਼ਾ ਨਾਲ ਹੋਇਆ ਸੀਗਾ ਵੀ ਅੱਜ ਇਹਨਾਂ ਨੂੰ ਕੰਮ 'ਤੇ ਤੋਰ ਦਿਓ, ਬਾਅਦ ਦੇ ਵਿੱਚ ਜਿਹੜਾ ਇਹਨਾਂ ਦੀ ਲੀਡਰਸ਼ਿਪ ਤਾਂ ਸਾਡੇ ਕੋਲ ਹੀ ਆ, ਇਹਨਾਂ ਨੂੰ ਫਿਰ ਦੇਖਾਂਗੇ। ਹੋਇਆ ਕੀ, ਸਮਝੌਤਾ ਹੋ ਗਿਆ, ਸਮਝੌਤੇ ਤੋਂ ਬਾਅਦ ਜਦੋਂ ਸ਼ਰਤਾਂ ਪੂਰੀਆਂ ਨਹੀਂ ਹੋਈਆਂ, ਟਰੱਕਿੰਗ ਕਮਿਊਨਿਟੀ ਨੇ ਉਹ ਲੀਡਰਸ਼ਿਪ ਨੂੰ ਖਾਰਜ ਕਰ ਦਿੱਤਾ, ਕੱਢ ਦਿੱਤਾ ਬਾਹਰ ਇਹਨਾਂ ਨੂੰ, ਉਹਦੇ ਤੋਂ ਬਾਅਦ ਅੱਗੇ ਤੋਂ ਅੱਗੇ ਕੰਮ ਚੱਲਦਾ ਗਿਆ। ਹੁਣ ਸਿਰਫ ਗੱਲ ਕੀ ਆ, ਜੇ ਅੱਜ ਵੀ ਪੂਰੀ ਰਾਜਨੀਤਿਕ ਵਿਲਿੰਗਨੈਸ ਹੋਵੇ ਇਸ ਇਸ਼ੂ ਨੂੰ ਟੈਕਲ ਕਰਨ ਦੇ ਲਈ, ਤੇ ਕੁਛ ਮਹੀਨਿਆਂ ਦੇ ਵਿੱਚ ਇਹ ਹੋ ਸਕਦਾ, ਦਿਨਾਂ 'ਚ ਤਾਂ ਨਹੀਂ, ਕੁਛ ਮਹੀਨਿਆਂ 'ਚ ਹੋ ਸਕਦਾ। ਮੈਂ ਐਗਜ਼ਾਮਪਲ ਦਿੰਦਾ, ਪਿਛਲੇ ਸਾਲ ਅਸੀਂ ਉਸ ਟਾਈਮ ਦੇ ਜਿਹੜੇ ਮਿਨਿਸਟਰਸ ਆਫ ਟਰਾਂਸਪੋਰਟੇਸ਼ਨ ਫੈਡਰਲ ਦੇ ਸੀ, ਉਮਰ ਅਲਗਾਬਰਾ ਹੋਣੀ ਸੀ, ਉਮਰ ਅਲਗਾਬਰਾ ਹੋਣਾ ਨੂੰ ਅਸੀਂ ਇਨ ਹੈਂਡ ਇੱਕ ਡਿਮਾਂਡ ਦਾ ਲੈਟਰ ਪੜਾਇਆ, ਜਿਹੜੇ ਚੁਣੇ ਨੁਮਾਇੰਦੇ ਆ ਸਾਡੇ ਰਿਪ੍ਰੈਜੈਂਟੇਟਿਵ ਸਰੀ ਤੋਂ, ਉਹਨਾਂ ਨੂੰ ਵੀ ਦਿੱਤਾ। ਸਾਲ ਤੋਂ ਉੱਪਰ ਹੋ ਗਿਆ, ਅੱਜ ਤੱਕ ਉਹਦੇ 'ਤੇ ਫਿਟੇ ਮੂੰਹ ਨਹੀਂ ਆਇਆ ਅੱਜ ਤੱਕ। ਗਾਬਰਾਉਣਾ ਦੀ ਮਿਨਿਸਟਰੀ ਵੀ ਖਤਮ, ਚਲੇ ਵੀ ਗਏ ਪਰ ਕੁਛ ਨਹੀਂ ਹੋਇਆ। ਹਜ਼ਾਰਾਂ ਦੀ ਗਿਣਤੀ 'ਚ ਅਸੀਂ ਆਮ ਕਰਕੇ ਨਾ, ਸਾਡੀ ਸਾਨੂੰ ਇਹ ਕਿਹਾ ਜਾਂਦਾ ਵੀ ਅਸੀਂ ਕਾਗਜ਼ੀ ਕਾਰਵਾਈ ਪ੍ਰੋਪਰ ਨਹੀਂ ਕਰਦੇ, 1000 ਦੇ ਨੇੜੇ ਚਿੱਠੀਆਂ ਅਸੀਂ ਲਿਖ ਚੁੱਕੇ ਹਾਂ ਟੋਟਲ 'ਚ, ਔਨ ਰੈਕਰਡ ਆ ਜਿੰਨੀਆਂ ਅਸੀਂ ਚਿੱਠੀਆਂ ਪੋਲਿਸੀਆਂ ਹੁਣ ਤੱਕ ਬਣਵਾਈਆਂ। ਇੱਕ ਚੰਗੀ ਚੀਜ਼ ਇਹ ਵੀ ਆ, ਜੇ 10 ਸਾਲ ਦਾ ਜ਼ੋਰ ਲੱਗਾ ਤੇ ਪੂਰੇ ਨੌਰਥ ਅਮੈਰੀਕਾ 'ਚ ਜੇ ਕੋ ਰੈਗੂਲੇਟਡ ਟਰੱਕਿੰਗ ਇੰਡਸਟਰੀ ਆ, ਉਹ ਇਹੀ ਆ, ਇਹੀ ਇੰਡਸਟਰੀ ਆ ਜਿੱਥੇ ਕੰਪਨੀ ਟਰੱਕ ਡਰਾਈਵਰ ਵੀਰ ਨੂੰ $33 ਮਿਲਦੇ ਆ, ਕਿਤੇ ਨਹੀਂ ਮਿਲਦੇ। ਜੇ ਓਵਰ ਟਾਈਮ ਮਿਲਦਾ ਇਸੇ ਇੰਡਸਟਰੀ 'ਚ ਮਿਲਦਾ। ਓਨਰ ਓਪਰੇਟਰਾਂ ਦੀ ਜੇ ਰੇਟ ਦੀ ਗੱਲ ਕਰੀਏ, ਫਿਊਲ ਸਰਚਾਰਜ ਜਿੱਦਣ ਤੇਲ ਮਹਿੰਗਾ ਹੋ ਗਿਆ ਸੀ $2 ਤੋਂ ਉੱਪਰ ਚਲਿਆ ਗਿਆ ਸੀ, ਪਰ ਇਸ ਇੰਡਸਟਰੀ 'ਤੇ ਇੰਪੈਕਟ ਨਹੀਂ ਸੀ ਪਿਆ। ਪਰ ਸਿਰਫ ਗੱਲ ਕੀ ਆ ਵੀ ਕਿਤੇ ਨਾ ਕਿਤੇ ਜੋ ਓਨਰ ਓਪਰੇਟਰਾਂ ਨਾਲ ਹੋ ਰਿਹਾ, ਜਿਵੇਂ
ਹਾਥੀ ਦੇ ਦੰਦ ਜਿਹੜੇ ਹੁੰਦੇ ਨਾ, ਉਹ ਦੰਦਾਂ ਕਰਕੇ ਹੀ ਹਾਥੀ ਦੀ ਉਹ ਮੌਤ ਦਾ ਕਾਰਨ ਬਣ ਜਾਂਦੇ ਆ। ਜਿੰਨੀਆਂ ਵੀ ਕੰਪਨੀਆਂ ਅੱਜ, ਚਾਹੇ ਜਿੰਨੀ ਮਰਜ਼ੀ ਕੰਪਨੀ ਵੱਡੀ ਹੋਵੇ, ਪਰ ਸ਼ੁਰੂਆਤ ਵਾਲੀਆਂ ਜਿਹੜੀਆਂ ਵੱਡੀਆਂ ਕੰਪਨੀਆਂ ਸੀਗੀਆਂ, ਹਰ ਕੰਪਨੀ ਦੀ ਸ਼ੁਰੂਆਤ 'ਚ ਓਨਰ ਓਪਰੇਟਰ ਹੀ ਹੋਇਆ। ਓਨਰ ਓਪਰੇਟਰਾਂ ਨੇ ਕੰਮ ਕੀਤਾ, ਬਿਲਡ ਕੀਤਾ ਜੀ, ਓਬਵੀਅਸਲੀ ਬਿਲਡ ਕੀਤਾ, ਔਖਾ ਸਮਾਂ ਗੁਜ਼ਾਰਿਆ। ਹੁਣ ਜਿਹੜੀ ਕੰਪਨੀ ਦੇ ਮੈਂ 13 ਬੰਦਿਆਂ ਦੀ ਗੱਲ ਕਰਦਾ, 24 ਸਾਲ ਬੰਦੇ ਨੂੰ ਕੰਮ ਕਰਦੇ ਨੂੰ ਹੋ ਗਿਆ ਸੀ, ਉਹਨੂੰ ਰਾਤੋ ਰਾਤ ਚਿੱਠੀ ਲਿਖ ਕੇ ਫੜਾਤੀ ਵੀ ਆ ਲੈ ਫੜ, ਕੱਲ੍ਹ ਤੋਂ ਤੇਰੀ ਟਰਮੀਨੇਸ਼ਨ। ਸੋ ਜਦ ਤੱਕ ਇਹ ਇੰਡੀਪੈਂਡੈਂਟ ਓਨਰ ਓਪਰੇਟਰਾਂ ਦਾ ਟੈਗ ਮੂਵਮੈਂਟ ਦਾ ਫਾਈਨਲ ਨਹੀਂ ਹੁੰਦਾ, ਹਾਂਜੀ, ਅਤੇ ਨਵੇਂ ਬੰਦਿਆਂ ਦੀ ਹੁਣ ਲਾਈਨ 'ਚ ਲੱਗਿਆਂ ਨੂੰ ਟੈਗ, ਅੱਛਾ ਜਗ੍ਹਾ ਹੈਗੀ ਹੁਣ, ਜਿਵੇਂ ਜੇ ਜਦ ਫੁੱਲ ਇਕੋਨਮੀ ਫੁੱਲ ਥਰੋਟਲ ਚੱਲਦੀ ਆ, ਕੀ 1600-1700 ਟਰੱਕਾਂ ਤੋਂ ਵੱਧ ਲਾਇਸੈਂਸ ਹੋ ਸਕਦੇ ਆਪਣੇ? ਹੋ ਸਕਦੇ, ਜਿੰਨੀ ਆਪਣੀ ਪਾਪੂਲੇਸ਼ਨ ਵਧੀ ਆ, ਜਿੰਨਾ ਗੇਟਵੇ ਐਕਸਪੈਂਡ ਹੋ ਰਿਹਾ ਹੁਣ, ਵਾਕਈ ਸਾਨੂੰ ਲੋੜ ਹੈ ਜੀ। ਸੋ ਉਹਦੇ ਵਿੱਚ ਫਿਰ ਇਸ ਤਰ੍ਹਾਂ ਲੋਟਰੀ ਸਿਸਟਮ ਜਾਂ ਪਹਿਲਾਂ ਕੰਪਨੀ ਡਰਾਈਵਰ ਦੇ ਤੌਰ 'ਤੇ ਕੰਮ ਕਰ ਰਹੇ ਨੂੰ ਪ੍ਰਾਇਓਰਟੀ ਮਿਲਣੀ ਮਿਲੇ? ਦੇਖੋ, ਉਹਨਾਂ ਦੀ ਕੋਸ਼ਿਸ਼ ਕਰ ਰਹੇ ਹਾਂ ਅਸੀਂ ਕਮਿਸ਼ਨਰ ਆਫਿਸ ਨਾਲ। ਈਵਨ ਇੱਕ ਅੰਗਰੇਜ਼ੀ ਦੀ ਕਹਾਵਤ ਹੈ, ਐਗਰੀ ਟੂ ਡਿਸਐਗਰੀ, ਚਾਹੇ ਸਾਡੀ ਕਮਿਸ਼ਨਰ ਆਫਿਸ ਨਾਲ ਕਿਸੇ ਇੱਕ ਪਰਟੀਕੁਲਰ ਇਸ਼ੂ 'ਤੇ ਬਣਦੀ ਜਾਂ ਨਹੀਂ ਬਣਦੀ, ਪਰ ਅਸੀਂ ਕਦੀ ਉਹਦੇ ਲਈ ਇਹ ਨਹੀਂ ਸੋਚਿਆ ਵੀ ਅਸੀਂ ਬਾਕੀ ਦੇ ਇਸ਼ੂਜ਼ 'ਤੇ ਲੀਕ ਮਾਰ ਦਈਏ। ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਜਿਹੜੀ ਕੰਪਨੀ ਜਿਵੇਂ ਆਇਓ ਲਿਸਟ ਬਣੀ ਆ ਓਨਰ ਓਪਰੇਟਰਾਂ ਦੀ, ਇੱਦਾਂ ਹੀ ਜਿਹੜੇ ਕੰਪਨੀ ਡਰਾਈਵਰ ਵਾਲੇ ਜਿਹੜੇ ਡਰਾਈਵਰ ਵੀਰ ਆ ਉਹਨਾਂ ਦੀ ਲਿਸਟ ਬਣੇ, ਅਤੇ ਐਕਸਪੀਰੀਅੰਸ ਟੋਪ ਤੋਂ 20 ਸਾਲ 19 ਸਾਲ 18 ਸਾਲ ਉਹਨਾਂ ਨੂੰ ਫਿਰ ਟੈਗ ਮਿਲਣ ਨਵੇਂ। ਯੈਸ, ਇਸ ਤਰ੍ਹਾਂ ਹੀ ਹੋਣਾ ਚਾਹੀਦਾ। ਦੇਖੋ, ਹਰੇਕ ਆਸ 'ਚ ਜਿਉਂਦਾ ਬੰਦਾ ਕਰਦਾ ਇੱਕ ਸੁਪਨਾ ਆ ਵੀ ਮੇਰਾ ਆਪਣਾ ਟਰੱਕ ਹੋਵੇ। ਐਂਡ ਇਹ ਵੀ ਇੱਕ ਗੱਲ ਆ ਜੋ ਅੱਜ ਦਾ ਸਮਾਂ, ਅੱਜ ਕਾਫੀ ਔਖਾ ਆ ਓਨਰ ਓਪਰੇਟਰ ਲਈ ਸਰਵਾਈਵ ਕਰਨਾ, ਪਰ ਜਦੋਂ ਥਰੋਟਲ 'ਤੇ ਕੰਮ ਚੱਲ ਪੈਂਦਾ ਆ ਤਾਂ ਬਹੁਤ ਵਧੀਆ ਵੀ ਆ। ਅਵਰਲੀ ਕੰਪਨੀ 'ਚ ਕੰਮ ਕਰਦੇ ਡਰਾਈਵਰ ਦਾ ਅਤੇ ਓਨਰ ਓਪਰੇਟਰ ਦੇ ਘੰਟਿਆਂ ਦੇ ਰੇਟ ਦਾ ਕਿੰਨਾ ਫਰਕ ਆ? ਓਨਰ ਓਪਰੇਟਰ ਦਾ ਜੇ ਫਿਊਲ ਸਰਚਾਰਜ ਪਾ ਕੇ ਅੱਜ ਦੀ ਜੇ ਗੱਲ ਕਰੀਏ ਤਾਂ ਤਕਰੀਬਨ 90-95 ਕੁ ਡਾਲਰ ਦੇ ਵਿੱਚ ਵਿੱਚ ਬਣਦੇ ਆ, ਅਤੇ ਡਰਾਈਵਰ ਨੂੰ $33 ਬਣਦਾ। ਕੋਸਟ ਪਰ ਆਵਰ ਕਿੰਨੀ ਆ ਟਰੱਕ ਦੀ, ਅਤੇ ਜਿਹੜਾ ਸਾਰੀਆਂ ਕਿਸ਼ਤਾਂ ਅਤੇ ਤੇਲ ਪਾਣੀ? ਜੇ $15 $20 ਦਾ ਵੀ ਕਿੰਨੇ ਕੁ ਘੰਟੇ ਲੱਗਦੇ ਆ ਤਕਰੀਬਨ, ਜੇ ਓਵਰਆਲ ਇਹਨੂੰ ਟੋਟੈਲਿਟੀ 'ਚ ਸਮ ਅਪ ਕਰਕੇ ਦੇਖੀਏ ਤਾਂ $40-60 ਦੇ ਵਿੱਚ ਵਿੱਚ ਕੋਸਟ ਆ। ਉਹ ਡਿਪੈਂਡ ਕਰਦਾ ਵੀ ਤੁਹਾਡੇ ਟਰੱਕ ਨੇ ਉਸ ਸਾਲ ਦੇ ਵਿੱਚ ਕੀ ਖਰਚਾ ਕੱਢਿਆ। ਜੇ ਤਾਂ ਪੁਰਾਣਾ ਟਰੱਕ ਆ, ਮੰਨ ਲਓ ਇੱਕ ਵਾਰੀ ਮੋਟਰ ਕਰਾ ਲਿਆ, ਟਰਾਂਸਮਿਸ਼ਨ ਕਰਾ ਲਈ, ਉਹ ਅਗਲੇ 5 ਸਾਲ ਠੀਕ ਆ। ਜੇ ਨਵਾਂ ਟਰੱਕ ਆ ਡੈਫ ਸਿਸਟਮ ਵਾਲਾ, ਤੇ ਉਹਦਾ ਪਤਾ ਹੀ ਕੋਈ ਨਹੀਂ ਉਹਨੇ ਕਿਹੜੇ ਸਾਲ। ਉਹ ਤਾਂ ਸੈਂਸਰ ਮਸ਼ੀਨ ਆ ਹੁਣ ਟਰੱਕ ਥੋੜਾ। ਜਿੱਦਣ ਗਰੰਟੀਆਂ ਮੁੱਕ ਗਈਆਂ ਆ ਜਾਓ, ਕੱਢੀ ਚਲੋ ਗੇੜੇ, ਸੈਂਸਰ ਆ ਪੈਣਾ, ਸੈਂਸਰ ਆ ਪੈਣਾ। ਅਸੀਂ ਅਕਸਰ ਇਹ ਗੱਲਾਂ ਕਰਦੇ ਹਾਂ, ਦੀਪ ਨੂੰ ਚੇਤੇ ਕਰਦੇ ਹਾਂ, ਕਿਉਂਕਿ ਦੀਪ ਪਹਿਲਾ ਇਨਸਾਨ ਸੀ ਜਿਹਨੇ, ਸਾਡੀ ਕੌਮ ਦਾ ਵੀਰ, ਜਿਹਨੇ ਨਿਊ ਵਰਲਡ ਆਰਡਰ ਦੀ ਗੱਲ ਕੀਤੀ। ਜਿਹੜਾ ਇਹ ਟਰੱਕ ਏ, ਜਿਹੜਾ ਇਹ ਨਵੇਂ ਟਰੱਕਾਂ ਵਾਲਾ ਸਿਸਟਮ ਆ ਸੈਂਸਰਾਂ ਵਾਲਾ, ਇਹ ਉਸੇ ਦਾ ਹੀ ਇੱਕ ਪਾਰਟ ਹੈ। ਯੈਸ। ਅਖੀਰ ਦੇ ਵਿੱਚ ਕੋਈ ਗੱਲ ਹੋਰ ਸਮ ਅਪ ਕਰਨੀ ਹੋਵੇ ਇਨ ਜਨਰਲ, ਅੱਜ ਤੁਹਾਨੂੰ ਮੈਂ ਸੱਦਿਆ ਸੀ ਇਸ ਗੱਲ ਦੇ ਅੰਤਰੀਵ ਦੇਣ ਲਈ ਵੀ ਐਗਜੈਕਟਲੀ ਮਾਰਕੀਟ 'ਚ ਕੀ ਹੋ ਰਿਹਾ, ਕੁਛ ਹੋਰ ਗੱਲ? ਅਸੀਂ ਕਮਿਸ਼ਨਰ ਆਫਿਸ ਨਾਲ ਵੀ ਡਾਇਲੋਗ ਚੱਲ ਰਿਹਾ, ਠੀਕ, ਕੰਪਨੀ ਓਨਰਸ ਨਾਲ ਵੀ ਚੱਲ ਰਿਹਾ,
ਜਿਹੜੇ ਓਨਰ ਆਪਰੇਟਰ ਆ ਉਹਨਾਂ ਨਾਲ ਵੀ ਚੱਲ ਰਿਹਾ ਪਹਿਲਾਂ ਹੀ ਆਪਾਂ ਇੰਨਿਆਂ ਸਾਲਾਂ ਤੋਂ ਮੰਨ ਲਓ ਸਾਡੀ ਸੰਸਥਾ ਹੀ ਉਹਨਾਂ ਨੂੰ ਤੇ ਡਰਾਈਵਰਾਂ ਨਾਲ ਵੀ ਕਰਨਾ ਨਹੀਂ ਓਨਰ ਆਪਰੇਟਰ ਤੇ ਡਰਾਈਵਰ ਵੀ ਜੀ ਇੱਕ ਆ ਇੱਕ ਆ ਉਹ ਆਪਣੇ ਯੂਟੀਏ ਚ ਸਾਰੇ ਨੇ ਦੇਖੋ ਮੈਂ ਐਜ਼ ਏ ਇੰਡਸਟਰੀ ਦੇ ਵਿੱਚ ਮੈਂ ਕੋਈ ਓਨਰ ਆਪਰੇਟਰ ਨਹੀਂ ਨਾ ਨਾ ਡਰਾਈਵਰ ਕੰਪਨੀ ਟਰੱਕ ਕੰਪਨੀ ਡਰਾਈਵਰ ਕੀਤਾ ਹਾਂ ਤੇ ਤੁਸੀਂ ਇਹ ਦੇਖੋ ਵੀ ਇਹ ਸੰਸਥਾ ਨੇ ਇਸ ਗੱਲ 'ਤੇ ਮਾਣ ਵੀ ਦਿੱਤਾ ਜਿੱਦਣ ਅਸੀਂ ਯੂਟੀਏ ਰਜਿਸਟਰ ਕਰਾਈ ਆ ਤਿੰਨ ਡਾਇਰੈਕਟਰ ਅਸੀਂ ਕੰਪਨੀ ਡਰਾਈਵਰ ਸੀਗੇ ਵੈਰੀ ਗੁੱਡ ਉਹਦੇ 'ਚ ਕੋਈ ਫਰਕ ਨਹੀਂ ਰੱਖਿਆ ਪਰ ਉਹ ਸਿਰਫ ਗੱਲ ਕੀ ਕਈ ਵਾਰੀ ਨਾ ਕੁਛ ਕੁ ਰਾਜਨੀਤਿਕ ਕਾਰਨ ਹੁੰਦੇ ਆ ਜਿਹਦੇ ਥੱਲੇ ਇਹ ਦੱਸਿਆ ਜਾਂਦਾ ਵੀ ਨਹੀਂ ਉਹ ਤੁਹਾਨੂੰ ਰੀਪ੍ਰਜੈਂਟ ਨਹੀਂ ਕਰਦੇ ਪਰ ਜੇ ਦੇਖਿਆ ਜਾਵੇ ਸਾਲ ਦੇ ਵਿੱਚ ਤਕਰੀਬਨ ਜਿੰਨਾ ਖਰਚਾ ਸਾਡਾ ਸਟ੍ਰੈਟਜੀਸ 'ਤੇ ਵਕੀਲਾਂ 'ਤੇ ਹੋਰ ਸਾਰਾ ਕੁਛ ਹੁੰਦਾ ਆ ਸੱਚ ਜਾਣਿਓ ਵੀ ਜੇ ਇਹ ਕੁੰਡਾ ਨਾ ਹੁੰਦਾ ਨਾ ਅੱਜ ਤੇ ਅੱਜ ਨੂੰ ਇੱਥੇ ਵੱਡੀਆਂ ਕਾਰਪੋਰੇਸ਼ਨਸ ਦੀ ਝੰਡੀ ਹੋਣੀ ਸੀ ਖਾਤਾ ਖੂਤਾ ਯੂਟੀਏ ਦਾ ਠੀਕ ਆ ਕਿ ਬਰਾਬਰ ਹੀ ਚੱਲਦਾ ਬਸ ਪੂਰਾ ਪੂਰਾ ਜਾਣੀ ਗੁਰੂ ਨਾਨਕ ਪਾਤਸ਼ਾਹ ਦੀ ਕਿਰਪਾ ਨਾ ਕਦੇ ਖਾਲੀ ਹੋਇਆ ਤੇ ਨਾ ਕਦੇ ਇੰਨਾ ਭਰਿਆ ਤੇ ਕਦੇ ਕੋਈ ਲੜਾਈ ਹੋਵੇ ਇਸ ਚੀਜ਼ ਦੀ ਕਿੰਨੇ ਮੈਂਬਰ ਟੋਟਲ ਨੇ ਹੁਣ ਤਕਰੀਬਨ 300 ਦੇ ਨੇੜੇ ਆ ਜੀ ਜਿਹੜੇ 200 ਮੈਂਬਰ ਤਾਂ ਜਿਹੜੇ ਹਰ ਮਹੀਨੇ ਪੇ ਕਰਦੇ ਆ 200-250 ਉਹ ਵੀ ਆ ਜਿਹੜੇ ਵੀ ਕਿਤੇ ਕਿਤਾਈ ਹਾੜੀ ਸਾਉਣੀ ਵੀ ਕਰ ਜਾਂਦੇ ਆ ਪਰ ਅਸੀਂ ਕਦੀ ਅੱਜ ਤੱਕ ਜੇ ਨੇ ਜੇ ਕਿਸੇ ਨੇ ਕੋਈ ਪੁੱਛਦਾ ਵੀ ਤੁਸੀਂ ਕਿੰਨੇ ਮੈਂਬਰ ਹੋ ਤੇ ਅਸੀਂ ਆਲਵੇਜ਼ ਇਹਦਾ ਨੰਬਰ 1200 ਦਿੰਦੇ ਹਾਂ 1600 ਚੋਂ ਅਸੀਂ ਹਰੇਕ ਨੂੰ ਚਾਹੇ ਕੋਈ ਪੇ ਕਰਦਾ ਚਾਹੇ ਨਹੀਂ ਕਰਦਾ ਪਰ ਜਿਨ੍ਹਾਂ ਦੇ ਹੱਕਾਂ ਲਈ ਅਸੀਂ ਖੜ੍ਹਦੇ ਹਾਂ ਅਸੀਂ ਉਹ ਸਾਡੇ ਮੈਂਬਰ ਹੀ ਆ ਕਦੀ ਅਸੀਂ ਅੱਜ ਤੱਕ ਪੁੱਛਿਆ ਨਹੀਂ ਵੀ ਤੁਸੀਂ ਸਾਨੂੰ ਪੇ ਕਰਦੇ ਜਾਂ ਨਹੀਂ ਕਰਦੇ ਕਿਸੇ ਦਾ ਵੀ ਫੋਨ ਆ ਗਿਆ ਅਕਸੈਪਟੇਬਲ ਆ ਪਰ ਅਖੀਰ ਮੈਂ ਇਹ ਕਹੂੰਗਾ ਵੀ ਇਹ ਇੰਡਸਟਰੀ ਲਈ ਆਪਾਂ ਬੜਾ ਹੰਬੜਾ ਮਾਰਿਆ ਇੰਨਿਆਂ ਸਾਲਾਂ ਤੋਂ ਯੈਸ ਇਹਨੂੰ ਇੱਕ ਇਸ ਢੰਗ ਨਾਲ ਇੱਕ ਪਰਿਵਾਰਕ ਤੌਰ 'ਤੇ ਬਣਾਈਏ ਜਿਹੜੀ ਕੜੱਤਣ ਆ ਚਾਹੇ ਉਹ ਕਿਸੇ ਦੀ ਵੀ ਪਰ ਰਲ ਕੇ ਕੰਮ ਕਰੀਏ ਮੈਂ ਸੱਚ ਜਾਣਿਓ ਬਈ ਕਿਉਂਕਿ ਸਿਰਫ ਰਲ ਕੇ ਕਰਨ ਦੇ ਕੋਨਸੈਪਟ ਕਰਕੇ ਆਪਾਂ 'ਚ ਬੈਠੇ ਕੜੱਤਣ ਭੁਲਾ ਕੇ ਪਰ ਉਹ ਜਿਹੜੀ ਭੁਲਾਉਣੀ ਆ ਉਹ ਦੋਵੇਂ ਪਾਸਿਆਂ ਤੋਂ ਹੋਣੀ ਚਾਹੀਦੀ ਆ ਤੇ ਨਾਲ ਯਾਦ ਇਹ ਰੱਖਣਾ ਚਾਹੀਦਾ ਜਿੱਦਣ ਓਨਰ ਆਪਰੇਟਰ ਡਰਾਈਵਰ ਕਿਸੇ ਮਹਿਮ 'ਤੇ ਨੇ ਉਹਨਾਂ ਦਾ ਕੰਪਨੀਆਂ ਵੱਲੋਂ ਵੀ 100% ਮੋਢੇ ਨਾਲ ਮੋਢਾ ਲਾ ਕੇ ਖੜ੍ਹਨਾ ਚਾਹੀਦਾ ਵੀ ਸਾਡੇ ਭਾਈ ਖੜ੍ਹੇ ਨੇ ਅਸੀਂ ਵੀ ਨਾਲ ਖੜ੍ਹੇ ਬਿਲਕੁਲ ਇਹ ਜ਼ਰੂਰੀ ਆ ਐਂ ਨਾ ਹੋਵੇ ਵੀ ਤੁਹਾਡਾ ਕੁੱਤਾ ਕੁੱਤਾ ਸਾਡਾ ਕੁੱਤਾ ਟੌਮੀ ਉਸ ਸਮੇਂ ਇਹ ਨਾ ਹੋਵੇ ਦੇਖੋ ਅਸੀਂ ਵੀਰੀ ਇਹ ਇਹ ਔਨ ਰੈਕਰਡ ਆ ਵੀ ਜਿੱਦਣ ਕੰਪਨੀਆਂ ਨਿਕਲ ਗਈਆਂ ਸੀਗੀਆਂ ਸਾਡੇ ਕੋਲ ਆਪਸ਼ਨ ਸੀ ਉੱਦਣ ਵੀ ਅਸੀਂ ਕੋਈ ਹੀਲਾ ਕਰ ਸਕਦੇ ਸੀ ਪਰ ਅਸੀਂ ਕੀਤਾ ਨਹੀਂ ਅਸੀਂ ਇਹ ਕੀਤਾ ਵੀ ਜਿਹੜਾ ਜਰਵਾਣੇ ਦੇ ਖਿਲਾਫ ਖੜਨ ਦਾ ਸਿੱਖ ਦਾ ਕੋਨਸੈਪਟ ਆ ਉੱਥੇ ਹੀ ਖੜਨਾ ਅਸੀਂ ਉੱਥੇ ਹੀ ਖੜੇ ਹੋਏ ਬਿਲਕੁਲ ਠੀਕ ਹਾਂ ਉਹ ਜਰਵਾਣਾ ਜੇ ਬਦਲ ਜਾਂਦਾ ਆ ਮਤਲਬ ਅੱਜ ਕੋਈ ਹੋਰ ਆ ਕੱਲ ਨੂੰ ਕੋਈ ਹੋਰ ਆ ਉਹ ਸਾਡੇ ਲਈ ਵੀ ਕੋਈ ਇੱਦਾਂ ਦਾ ਫਰਕ ਨਹੀਂ ਗਾ ਅਸੀਂ ਵੀ ਬਦਲ ਸਕਦੇ ਹਾਂ ਪਰ ਮੋਰਓਵਰ ਜੇ ਦੇਖੀਏ ਬਹੁਤ ਵਧੀਆ ਇੰਡਸਟਰੀ ਆ ਇਹਨੂੰ ਹੋਰ ਅਗਲੇ ਮੀਲ ਪੱਥਰਾਂ 'ਤੇ ਲਿਜਾਣ ਦੇ ਲਈ ਸਾਨੂੰ ਸਾਰਿਆਂ ਦੀ ਲੋੜ ਆ ਪਰ ਜੇ ਮੋਰਓਵਰ ਕਹੀਏ ਸਾਨੂੰ ਅੱਜ ਪਛਾਣਨ ਦੀ ਲੋੜ ਆ ਵੀ ਜਿਹੜੇ ਅਸਲੀ ਪ੍ਰੋਬਲਮ ਕ੍ਰੀਏਟਰ ਕੌਣ ਆ ਕਈ ਵਾਰੀ ਇਹ ਹੁੰਦਾ ਜਿਹੜਾ ਬੰਦਾ ਤੁਹਾਡੇ ਨਾਲ ਆ ਕੇ ਬੈਠਾ ਹੁੰਦਾ ਨਾ ਉਹ ਸਾਰਿਆਂ ਤੋਂ ਵੱਡਾ ਪ੍ਰੋਬਲਮ ਕ੍ਰੀਏਟਰ ਹੁੰਦਾ ਖਿਆਲ ਰੱਖਣ ਦੀ ਲੋੜ ਇੰਨੀ ਕੁ ਜ਼ਿਆਦਾ ਲੋੜ ਹੁੰਦੀ ਆ ਵੀ ਉਹ ਜਦੋਂ ਤਾਂ ਕਿਉਂਕਿ ਇਸ ਇੰਡਸਟਰੀ 'ਚ ਮੈਂ ਇਹ ਬਹੁਤ ਇੱਕ ਕੌੜਾ ਸੱਚ ਆ ਵੀਰੇ ਜਦੋਂ ਤਾਂ ਕਿਸੇ ਨੂੰ ਲੋੜ ਹੁੰਦੀ ਆ
ਉਦੋਂ ਤੁਹਾਡੇ ਨਾਲ ਹਰ ਥਾਂ 'ਤੇ ਹਾਜ਼ਰ ਹੁੰਦੇ ਆ। ਮੈਂ ਇਹ ਦੇਖਿਆ ਵੱਡੀਆਂ ਵੱਡੀਆਂ ਕੰਪਨੀਆਂ ਦੇ ਮਾਲਕ ਵੀ ਜਦੋਂ ਮਤਲਬ ਨਿਕਲ ਜਾਂਦਾ ਫਿਰ ਉਹ ਮੁੜ ਕੇ ਤੁਹਾਡੇ ਵੱਲ ਝਾਕਦੇ ਵੀ ਨਹੀਂ। ਨਹੀਂ, ਇਕੱਠੇ ਰਹਿਣਾ ਚਾਹੀਦਾ। ਧੰਨਵਾਦ ਬਹੁਤ ਬਹੁਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ, ਵਾਹਿਗੁਰੂ ਜੀ ਕੀ ਫਤਿਹ। ਗਗਨ ਸਿੰਘ ਹੁਣੀ ਉਚੇਚਾ ਸੁਨੇਹਾ ਦੇਣ ਆਏ ਨੇ ਬਈ ਵੱਡੀਆਂ ਕੰਪਨੀਆਂ ਨੂੰ ਜੇ ਹੁਣ ਲਾਈਸੈਂਸ ਰਿਨਿਊਇੰਗ, ਕਿਉਂਕਿ ਉਹਨਾਂ ਦੀ ਇਨਵੈਸਟਮੈਂਟ ਬਹੁਤ ਹੈ, ਉਹ ਅਨਸਰਟਨਟੀ ਹੈ, ਉਹਦੇ ਲਈ ਯੂ ਟੀ ਏ ਉਹਨਾਂ ਦੇ ਨਾਲ ਖੜੀ ਹੈ, ਕਿਉਂਕਿ ਕੁਛ ਵੀ ਹੋਵੇ ਸਾਂਝਾ ਕੰਮ ਇਸ ਤਰ੍ਹਾਂ ਹੀ ਚੱਲਦਾ। ਸਿਟੀ ਆਫ ਸਰੀ ਦੇ ਵਿੱਚ ਪਹਿਲੀ ਵਾਰ ਸਾਡੇ ਚੁਣੇ ਗਏ ਦੋ ਕੌਂਸਲਰ ਹੈਰੀ ਬੈਂਸ ਅਤੇ ਨਾਲ ਪ੍ਰਦੀਪ ਕੁੰਦਰ, ਉਹਨਾਂ ਨੂੰ ਅੱਜ ਸਟੂਡੀਓ 'ਚ ਇਨਵਾਈਟ ਕੀਤਾ ਕਿ ਉਹਨਾਂ ਦਾ ਤਜ਼ਰਬਾ ਸਿਟੀ ਹਾਲ ਦੇ ਵਿੱਚ ਕਿਹੋ ਜਿਹਾ ਰਿਹਾ। ਦੋਨੇ ਪ੍ਰੋਫੈਸ਼ਨਲ ਨੇ, ਹੈਰੀ ਬੈਂਸ ਲੋਇਰ ਨੇ ਅਤੇ ਪ੍ਰਦੀਪ ਚਾਰਟਰਡ ਅਕਾਊਂਟੈਂਟ ਆ, ਦੋਨੇ ਆਪਣੀਆਂ ਜੋਬਸ ਕਰਦੇ ਨੇ, ਨਾਲ ਸਿਟੀ ਹਾਲ 'ਚ ਕੰਮ ਕਰਦੇ ਨੇ। ਕੌਂਸਲਰ ਦੀਆਂ ਜੋਬਸ, ਕੌਂਸਲਰ ਦੀਆਂ ਡਿਊਟੀਜ਼, ਕੰਮ ਬਹੁਤ ਹੈ, ਸ਼ਹਿਰ ਬਹੁਤ ਡਾਇਵਰਸ ਆ, ਬਹੁਤ ਵੱਡਾ। ਇਹ ਜਿੰਨੇ ਪੰਜਾਬੀ ਆਪਣੇ ਕੌਂਸਲਰ ਨੇ, ਕੌਂਸਲਰ ਨਾਗਰਾ ਪਹਿਲਾਂ ਸਨ, ਇੱਕ ਤਾਂ ਇਹ ਕੌਂਸਲਰ ਦਾ ਕੰਮ ਕਰਦੇ ਹੀ ਕਰਦੇ, ਨਾਲ ਪੰਜਾਬੀ ਕਮਿਊਨਿਟੀ ਨੂੰ ਕੇਟਰ ਕਰਨਾ, 3 ਲੱਖ ਦੇ ਕਰੀਬ ਸਾਰਿਆਂ ਨੂੰ ਵੀ ਆਹ ਨਹੀਂ ਹੋਇਆ, ਆਹ ਨਹੀਂ ਹੋਇਆ, ਬਹੁਤ ਕੰਮ ਹੈ। ਸੋ ਇਹਨਾਂ ਨਾਲ ਅੱਜ ਗੱਲਬਾਤ ਕਰਦੇ ਹਾਂ, ਤਜ਼ਰਬਾ ਪ੍ਰਦੀਪ ਨਾਲ ਸ਼ੁਰੂ ਕਰਦੇ ਹਾਂ। ਪ੍ਰਦੀਪ, ਤੁਹਾਡਾ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਥੈਂਕ ਯੂ ਫੋਰ ਹੈਵਿੰਗ ਮੀ। ਹਰੀ, ਤੁਹਾਡਾ ਵੀ ਧੰਨਵਾਦ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਥੈਂਕ ਯੂ ਫੋਰ ਹੈਵਿੰਗ ਅਸ। ਪ੍ਰਦੀਪ, ਤੁਹਾਡਾ ਤਜ਼ਰਬਾ 2 ਸਾਲ ਹੋ ਗਏ ਹੁਣ ਐਜ਼ ਏ ਕੌਂਸਲਰ, ਹਾਂਜੀ, ਐਕਸਪੀਰੀਅੰਸ ਕੀ ਆ ਅਤੇ ਤਜ਼ਰਬਾ ਕੀ ਹੋਇਆ ਹੁਣ ਤੱਕ? ਮੈਨੂੰ ਲੱਗਦਾ ਪਹਿਲਾਂ ਜਿਹੜੇ 6 ਮਹੀਨੇ ਸੀ ਇਸ ਲਰਨਿੰਗ ਦਾ ਜੋਬ, ਹਾਓ ਐਵਰੀਥਿੰਗ ਵਰਕਸ ਸਿਟੀ ਹਾਲ ਦੇ ਵਿੱਚ, ਵੈਰੀ ਡਿਫਰੈਂਟ ਗਵਰਨਮੈਂਟ ਦੈਨ ਬਿਜ਼ਨਸ ਵਟ ਆਮ ਯੂਸ ਟੂ, ਫਰ ਜੇ ਮੈਂ ਅਕਾਊਂਟਿੰਗ ਦਾ ਕੰਮ ਕਰਦੀ ਹਾਂ। ਪਰ ਉਹ 6 ਮਹੀਨੇ ਤੋਂ ਮਗਰੋਂ ਮੈਨੂੰ ਲੱਗਦਾ ਆਪਾਂ ਬਹੁਤ ਚੇਂਜਸ ਬਣਾਇਆ, ਵੀ ਆਰ ਲਰਨਿੰਗ ਅ ਲੋਟ ਐਂਡ ਵੀ ਆਰ ਮੇਕਿੰਗ ਮੋਰ ਐਂਡ ਮੋਰ ਚੇਂਜਸ, ਐਂਡ ਆਮ ਵੈਰੀ ਪ੍ਰਾਊਡ ਜਿਹੜਾ ਆਪਾਂ ਇੱਕ 1.5 ਈਅਰ ਦੇ ਵਿੱਚ ਕਿੰਨਾ ਆਪਾਂ ਅਕੋਂਪਲਿਸ਼ ਆਲਰੇਡੀ ਕੀਤਾ, ਐਂਡ ਮੈਨੂੰ ਪਤਾ ਆਪਾਂ ਬਹੁਤ ਹਜੇ ਕਰੂੰਗੇ ਕੰਮ। ਹੈਰੀ, ਇਲੈਕਸ਼ਨ ਵਿਨ ਕਰਨੀ ਇੱਕ ਗੱਲ ਹੈ, ਪਰ ਕੌਂਸਲਰ ਬਣ ਕੇ ਅੰਦਰ ਜਾ ਕੇ ਬਹਿਣਾ ਬਹੁਤ ਇੰਟਾਇਰਲੀ ਡਿਫਰੈਂਟ ਹੈ। ਤੁਸੀਂ ਲੋਇਰ ਹੋ, ਕਮਿਊਨਿਟੀ ਰਿਲੇਟਡ ਇਸ਼ੂਜ਼ ਤੁਹਾਡੇ ਕੋਲ ਆਲਰੇਡੀ ਆਉਂਦੇ ਸੀ, ਉਹੀ ਫਲੋ ਕਰਦੇ ਆ ਉੱਥੇ ਵੀ ਸੇਮ ਪ੍ਰੋਪਰਟੀ ਦਾ, ਓਬਵੀਅਸਲੀ ਉੱਥੇ ਫੈਮਿਲੀ ਜਾਂ ਕੋਈ ਹੋਰ ਇਸ਼ੂ ਨਹੀਂ ਹੁੰਦਾ, ਪਰ ਪ੍ਰੋਪਰਟੀ ਦੇ ਬਹੁਤ ਵੱਡੇ ਇਸ਼ੂ ਤੁਹਾਡੇ ਕੋਲ ਜਾਂਦੇ ਨੇ ਇਨਸਾਈਡ। ਸੋ ਕੌਂਸਲਰ ਬਣ ਕੇ ਉੱਥੇ ਸਰਵ ਕਰਨਾ ਕਿਹੋ ਜਿਹੀ ਜੋਬ ਹੈ? ਵਟ ਡਿਡ ਯੂ ਫਾਈਂਡ ਆਊਟ ਬੀਇੰਗ ਅ ਕਾਉਂਸਲਰ? ਇਟਸ ਇੰਟਰਸਟਿੰਗ, ਆਈ ਮੀਨ ਜਦੋਂ ਅਸੀਂ ਇਲੈਕਸ਼ਨ ਲੜਦੇ ਸੀਗੇ ਉਦੋਂ ਅਸੀਂ ਲੋਕਾਂ ਦੀਆਂ ਗੱਲਾਂ ਸੁਣਦੇ ਸੀਗੇ ਵੀ ਤੁਸੀਂ ਕੀ ਆਪਣੀ ਕਮਿਊਨਿਟੀ 'ਚ ਦੇਖਣਾ ਚਾਹੁੰਦੇ, ਕੀ ਕਿਹੜੇ ਇੰਪਰੂਵਮੈਂਟ ਦੇਖਣਾ ਮੰਗਦੇ ਵੱਡੇ ਜ਼ਿਆਦਾ। ਜਿਹੜਾ ਜਦੋਂ ਅਸੀਂ ਨਿਊਟਨ 'ਚ ਗੱਲ ਕਰਦੇ ਸੀਗੇ ਜ਼ਿਆਦਾ ਰੈਕਰੀਏਸ਼ਨ ਸੈਂਟਰ ਵੀ, ਸਾਡੇ ਕੋਲ ਜਿੰਮ ਨਹੀਂ ਹੈਗਾ, ਸਾਡੇ ਕੋਲ ਪੂਲ ਨਹੀਂ ਹੈਗਾ। ਸੋ ਜਿਹੜੀ ਕਾਉਂਸਲ ਦੀ ਜੋਬ ਹੈ ਅਤੇ ਲੋਇਰ ਦੀ ਜੋਬ, ਇਟਸ ਵੈਰੀ ਸਿਮਲਰ, ਕਰਕੇ ਕਲਾਇੰਟ ਸਾਡੇ ਕੋਲ ਆਉਂਦੇ ਉਹ ਦੱਸਦੇ ਵੀ ਆਹ ਸਾਡੀ ਪ੍ਰੋਬਲਮ, ਸਾਨੂੰ ਸਲਿਊਸ਼ਨ ਲੱਭੋ। ਅਤੇ ਜਦੋਂ ਅਸੀਂ ਲੋਕਾਂ ਦੀ ਗੱਲ ਸੁਣਦੇ ਸੀਗੇ ਇਲੈਕਸ਼ਨ ਟਾਈਮ, ਉਹ ਸਾਨੂੰ ਪ੍ਰੋਬਲਮਾਂ ਦੱਸਦੇ ਸੀਗੇ, ਸਾਨੂੰ ਟ੍ਰੈਫਿਕ ਦੀ ਪ੍ਰੋਬਲਮ ਹੈ, ਸਾਨੂੰ ਇਲੀਗਲ ਕੰਸਟਰਕਸ਼ਨ ਦੀ ਪ੍ਰੋਬਲਮ ਹੈ, ਸਾਨੂੰ ਹੁਣ ਸਿਟੀ ਹਾਲ 'ਚ ਗੱਲ ਨਹੀਂ ਹੁੰਦੀ ਕਰਕੇ ਉੱਥੇ ਕੋਈ ਮਲਟੀਲਿੰਗੁਅਲ ਸਪੋਰਟ ਨਹੀਂ ਹੈਗੀ, ਸਾਡੀ ਨਿਊਟਨ ਕਮਿਊਨਿਟੀ ਵਿੱਚ ਕੋਈ ਰੈਕਰੀਏਸ਼ਨ ਸੈਂਟਰ ਨਹੀਂ ਹੈਗਾ। ਸੋ ਜਿੰਨਾ ਚਿਰ ਤਾਂ ਅਸੀਂ ਇਲੈਕਟ ਨਹੀਂ ਹੋਏ ਸੀਗੇ ਉਦੋਂ ਤਾਂ ਅਸੀਂ ਗੱਲਾਂ ਸੁਣ ਨਹੀਂ ਸਕਦੇ ਸੀਗੇ, ਪਰ ਹੁਣ ਜਦੋਂ ਅਸੀਂ ਇਲੈਕਸ਼ਨ ਦੋਵੇਂ ਜਾਣੇ ਜਿੱਤ ਚੁੱਕੇ, ਹੁਣ ਉਹੀ ਜਿਹੜੀਆਂ ਗੱਲਾਂ ਵਾਧੇ ਅਸੀਂ ਉਦੋਂ ਕੀਤੇ ਸੀਗੇ, ਵੀ ਆਰ ਨਾਓ ਐਕਟਿੰਗ ਔਨ ਦੋਜ਼। ਹੁਣ ਅਸੀਂ ਨਿਊਟਨ ਕਮਿਊਨਿਟੀ 'ਚ ਦੇਖ ਲਓ, ਨਿਊਟਨ ਕਮਿਊਨਿਟੀ ਸੈਂਟਰ ਬਹੁਤ ਵੱਡੀ ਗੱਲ ਸੀਗੀ, ਅਤੇ ਹੁਣ ਪਹਿਲੇ 1.5 ਸਾਲ ਦੇ ਵਿੱਚ
ਜਿਹੜਾ ਪਹਿਲਾ ਕੌਂਸਲ ਦਾ ਪਲਾਨ ਸੀਗਾ ਉਹ ਕਹਿੰਦੇ ਸੀ ਅਸੀਂ 4 ਲੇਨ ਦਾ ਸਵਿਮਿੰਗ ਪੂਲ ਬਣਾਉਣਾ ਫੇਜ਼ 1, ਉਸ ਤੋਂ ਬਾਅਦ ਕਈ ਸਾਲ ਬਾਅਦ ਸ਼ਾਇਦ ਜਿਮ ਬਣ, ਲਾਇਬ੍ਰੇਰੀ ਬਣ, ਪਰ ਉਹ ਡਾਊਨ ਦਾ ਰੋਡ ਹੋਣੇ ਸੀਗੇ ਅਤੇ ਜਿਹੜੀ ਅਸੀਂ ਗੱਲਾਂ ਸੁਣੀਆਂ ਸੀਗੀਆਂ ਉਸ ਟਾਈਮ 'ਤੇ ਉਹ ਕਹਿੰਦੇ ਨੇ ਅਸੀਂ ਹੁਣੇ ਹੀ ਮੰਗਦੇ, ਸਾਨੂੰ ਲੋੜ ਅੱਜ ਹੈ ਨਾ ਕਿ 5 ਸਾਲਾਂ 'ਚ। ਸੋ ਅਸੀਂ ਉਹ ਗੱਲਾਂ ਸੁਣ ਕੇ ਜਦੋਂ ਕੌਂਸਲ 'ਚ ਆਏ ਹਾਂ ਦੈਟਸ ਵਨ ਸਲਿਊਸ਼ਨ ਵੀ ਬ੍ਰੌਟ। ਸੋ ਅਸੀਂ ਹੁਣ ਰਾਦਰ ਦੈਨ ਜਿੱਥੇ 4 ਲੇਨ ਦੇ ਸਵਿਮਿੰਗ ਪੂਲ ਬਣਨੇ ਸੀਗੇ, ਹੁਣ ਅਸੀਂ ਸਭ ਤੋਂ ਵੱਡਾ, ਸਭ ਤੋਂ ਲਾਰਜੈਸਟ ਇਨਵੈਸਟਮੈਂਟ ਨਿਊਟਨ ਦੀ ਹਿਸਟਰੀ ਦੇ ਵਿੱਚ ਅਸੀਂ ਲਿਆਉਣ ਲੱਗੇ, $311 million ਕਮਿਊਨਿਟੀ ਸੈਂਟਰ। ਤੋ ਇਹਦੇ ਵਿੱਚ 4 Olympic ਸਾਈਜ਼ ਸਵਿਮਿੰਗ ਲਾਈਨਸ, 2 full-size gymnasiums, mat rooms, brand new fitness center, child care, and a $85 million, 45,000 square feet, state-of-the-art, brand new library. So the jobs are similar. Jithe problems aur ke solution dena, ohi vakalat cha, ohi city council cha. So usse jagah te jehdi land adapt kiti hai utthe ban ja reha. So jehdi previous plan se gaya Ronda Ali site this King George Highway there, asi kya jehdi aj Newton Wave Pool hai oh to leke city library jehdi pichle passe hai ਤਕਰੀਬਨ 25 acres ਹੈ ਜਿਹੜੀ ਸਾਰੀ ਲੈਂਡ, ਸਾਰੀ ਸਿਟੀ ਦੀ ਲੈਂਡ ਆ, ਅਤੇ ਉਹ ਸਾਡੇ ਲਈ ਨਿਊਟਨ ਦੇ ਵਿੱਚ ਬਹੁਤ ਯੂਨੀਕ ਓਪਰਚੁਨਿਟੀ ਆ ਵੀ ਸਾਡੇ ਸਾਰੇ ਸਿਵਿਕ ਫੈਸਿਲਿਟੀ ਜਿਹੜੇ ਸਿਟੀ 'ਤੇ ਬਿਲਡਿੰਗ ਆਇਆ ਉਹ ਇੱਕ ਪ੍ਰੋਪਰਟੀ ਦੇ ਹੋਣ, ਵੀ ਜਦੋਂ ਕੋਈ ਆਵੇ ਉਹ ਸਾਰੇ ਐਕਸੈਸ ਸੇਮ ਟਾਈਮ 'ਤੇ ਹੋਵੇ, ਨਾ ਕਿ ਕਿੰਗ ਜੋਰਜ 'ਤੇ ਦੂਜੇ ਪਾਸੇ ਜਾ ਕੇ ਤੁਰਨਾ ਪਵੇ। ਸੋ ਫੋਰ ਅਸ ਇਟ ਵਾਜ਼ ਇੰਪੋਰਟੈਂਟ ਵੀ ਅਸੀਂ ਇੱਕ ਤਾਂ ਸਾਰਾ ਕੁਛ ਬਣਾਈਏ, ਐਂਡ ਨਾਓ ਜਿਹੜੀ ਸਾਡੀ ਅਸੀਂ ਆਲਸੋ ਪਹਿਲੇ ਸਾਲ 'ਚ ਮੁੜ ਕੇ ਸਰੀ ਸਿਟੀ ਡਿਵੈਲਪਮੈਂਟ ਕਾਰਪੋਰੇਸ਼ਨ ਬਣਾ ਤੀ SCDC, ਉਹ ਵੀ ਨਿਊਟਨ ਟਾਊਨ ਸੈਂਟਰ ਦਾ ਮਾਸਟਰ ਪਲਾਨ ਕਰਦੇ ਆ ਇਹੀ ਵਿਜ਼ਨ ਨਾਲ, ਵੀ ਸਾਡੇ ਉਹ 25 acres ਸਿਵਿਕ ਫੈਸਿਲਿਟੀਜ਼ ਇੱਥੇ ਜਾਣ ਅਤੇ ਆਲੇ ਦੁਆਲੇ ਸਾਡੇ ਸਪੋਰਟਿਵ ਹਾਊਸਿੰਗ, ਹਾਊਸਿੰਗ ਕਮਰਸ਼ਲ, ਬਾਕੀ ਜੋ ਬਣਨਾ ਉਹ ਆਲੇ ਦੁਆਲੇ ਬਣੇ। ਰੋਨਾ ਵਾਲੀ ਲੈਂਡ ਦਾ ਕੀ ਕਰਾਂਗੇ, ਕਿੰਨੀ ਮਨੀ ਸਪੈਂਡ ਹੋਈ ਸੀ ਉਹਦੇ ਤੇ? ਮਨੀ ਆਈ ਥਿੰਕ ਇਟ ਵਾਸ ਪ੍ਰਦੀਪ, ਆਈ ਥਿੰਕ ਇਟ ਵਾਸ 65 ਮਿਲੀਅਨ ਟੋਟਲ, ਪਰ ਆਪਾਂ ਜੀ ਉਹ ਲੈਂਡ ਸਿਟੀ ਦੀ ਆ ਐਂਡ ਵੀ ਇੰਟੈਂਡ ਟੂ ਯੂਜ਼ ਇਟ ਫਾਰ ਸਿਟੀ ਪਰਪਸਸ, ਬਟ ਸਟਿਲ ਯੂ ਹੈਵ 100% ਆਪਾਂ ਛੱਡਣੀ ਨਹੀਂ ਗੀ। ਓਕੇ, ਉਹ ਸਾਡੀ ਹੈ ਤੇ ਬਹੁਤ ਵੈਲਿਊਏਬਲ ਲੈਂਡ ਹੈ ਉਹ, ਸੋ ਅਸੀਂ ਵੇਚਣ ਨੂੰ ਤਿਆਰ ਨਹੀਂ। ਸੋ ਟੈਂਟੇਟਿਵਲੀ ਕਿੰਨਾ ਪਲਾਨ ਹੈ ਇਸ ਰੈਕ ਸੈਂਟਰ ਦਾ, ਵੈਨ ਇਜ਼ ਗੋਇੰਗ ਟੂ ਸਟਾਰਟ? ਸੋ ਰਾਈਟ ਨਾਓ ਅੱਜ ਜੇ ਅਸੀਂ ਉੱਥੇ ਦੇਖੀਏ ਹਜੇ ਤਾਂ ਸ਼ੁਰੂ ਨਹੀਂ ਹੋਇਆ, ਪਰ ਕੁਆਰਟਰ ਬੇਸਿਕਲੀ ਸਮਰ ਤੋਂ ਬਾਅਦ ਉਹਨਾਂ ਨੇ ਸਾਰੀ ਜ਼ਮੀਨ ਕਲੀਅਰ ਕਰਨ ਲੱਗ ਪੈਣੀ। ਓਕੇ, ਅਤੇ ਸਾਡਾ ਪਲਾਨ ਹੈ ਵੀ 2025 ਦੇ ਵਿੱਚ ਕੰਸਟਰਕਸ਼ਨ ਸ਼ੁਰੂ ਹੋ ਜਾਣੀ, ਹੁਣ ਡਿਜ਼ਾਈਨ ਚੱਲਦਾ ਹੈ, ਡਿਜ਼ਾਈਨ ਪ੍ਰੋਸੈਸ 2025 ਦੇ ਵਿੱਚ ਅਸੀਂ ਮਿੱਟੀ ਪੱਟਣ ਲੱਗ ਪੈਣੀ, ਅਤੇ 3 ਸਾਲ ਲੱਗੂਗੀ, ਸੋ 2028 ਤੱਕ ਸਾਡੀ ਐਮ ਹੈ ਵੀ ਉਹ ਸਾਰਾ ਨਿਊਟਨ ਕਮਿਊਨਿਟੀ ਸੈਂਟਰ ਚੱਲੇ ਅਤੇ ਸਾਰੀ ਕਮਿਊਨਿਟੀ ਉੱਥੇ ਆ ਕੇ ਵਰਤ। ਹੁਣ ਤੁਸੀਂ ਉਹਦੇ ਡਿਜ਼ਾਈਨਿੰਗ ਦੇ ਵਿੱਚ ਦੀ ਜਾਣਾ ਤੁਸੀਂ ਦੋਨੇ ਹੀ, ਇੱਕ ਤੁਹਾਨੂੰ ਮੈਂ ਸੁਨੇਹਾ ਦੇਣਾ ਚਾਹੁੰਦਾ, ਸਾਡੇ ਜਿਹੜੀ ਐਮਚਿਓਰ ਸਪੋਰਟਸ ਨੇ, ਵੇਟ ਲਿਫਟਿੰਗ ਆ, ਪਾਵਰ ਲਿਫਟਿੰਗ ਆ, ਰੈਸਲਿੰਗ ਰੈਸਲਿੰਗ ਆ, ਉਹਦੇ ਲਈ ਸਾਨੂੰ ਉੱਥੇ ਸਹੂਲਤ ਚਾਹੀਦੀ। ਯੈਸ, ਸੋ ਪਾਰਟ ਆਫ ਦ ਪਲਾਨ ਜਿਹੜਾ ਅਸੀਂ ਪਲਾਨ ਕਰਦੇ ਉਹਦੇ ਵਿੱਚ ਮੇਰੇ ਖਿਆਲ 2 mat room ਆਲਰੇਡੀ ਬਿਲਡ ਕੀਤੇ ਹੋਏ ਉੱਥੇ, ਮੈਂ ਦੇਖੇ ਜਿਹੜੇ ਅੱਜ ਨਿਊਟਨ ਰੈਕਰੀਏਸ਼ਨ ਸੈਂਟਰ ਦੇ ਵਿੱਚ ਕਾਰਨਰ ਦੇ ਵਿੱਚ ਉੱਪਰ ਜਾ ਕੇ ਅਤੇ ਬਹੁਤ ਬੱਚੇ ਆਉਂਦੇ ਉੱਥੇ, ਅਤੇ ਇਹ ਗਾਹਾਂ ਵਧਾ ਵੀ ਸਕਦੇ ਜੇ ਜ਼ਿਆਦਾ ਜਗ੍ਹਾ ਹੋਵੇ। ਵੈਰੀ ਗੁੱਡ, ਅਸੀਂ ਦੇਖ ਕੇ ਉਹੀ ਸੋਲੂਸ਼ਨ ਅਸੀਂ ਨਿਊਟਨ ਕਮਿਊਨਿਟੀ ਸੈਂਟਰ 'ਚ ਪਾਉਂਦੇ। ਆਪਾਂ ਜਾ ਕੇ ਟੂਰ ਵੀ ਕੀਤਾ ਸੀਗਾ, ਹੁਣ ਕੀ ਹੈਗਾ, ਕੀ ਪ੍ਰੋਬਲਮਸ ਹੈਗੇ ਆ, ਟੂ ਮੇਕ ਸ਼ੋਰ, ਆਪਾਂ ਦੱਸਿਆ ਸੀਗਾ ਸਟਾਫ ਨੂੰ ਇਹ ਚੀਜ਼ਾਂ ਤੁਸੀਂ ਮੇਕ ਸ਼ੋਰ ਕਰੋ ਰਿਜ਼ੋਲਵ ਹੋਈਆਂ ਜਦੋਂ ਆਪਾਂ ਨਵਾਂ ਥਾਂ ਬਣਾਇਆ। ਅਤੇ ਪ੍ਰਦੀਪ, ਜ਼ਿਆਦਾ ਫੋਨ ਕਾਲ ਜਿਹੜੇ ਆਉਂਦੇ ਨੇ ਕਮਿਊਨਿਟੀ 'ਚੋਂ, ਕਿਹੜੇ ਮਸਲਿਆਂ ਲਈ ਆਉਂਦੇ ਨੇ, ਕੀ ਇਸ਼ੂਜ਼ ਨੇ ਲੋਕਾਂ ਦੇ? I think the biggest issues that I most people mere ko unde ni ke complain karnu, I'm lucky in that sense, but jadon it's just a general help that they need,
there's minor issues jire unna to solve nahi hunde, and I'm very happy to help anybody who's got these minor issues as much as I can help. Obviously jire kisne rule break kite hai, we have to go through the proper process, but if there's anything that I can think of, like for example jike kisne board of variance nu mai suggest kar sakni hai, eh thoda problem I solve ho sakda, it's all legal, it's all up to code, then I'm happy to do that. I'm happy to sit with anybody. ਜਿਹਨੇ ਮੈਨੂੰ ਕੋਈ ਕੁਐਸਚਨ ਪੁੱਛਣਾ ਮੰਗਦੇ ਆ ਕਿ ਸਿਟੀ 'ਚ ਹੁੰਦਾ ਤੂੰ ਕੀ ਕੰਮ ਕਰਦੀ ਆ, ਕੁਛ ਵੀ ਹੈਗਾ, ਆਈ ਐਮ ਆਲਵੇਜ਼ ਵਿਲਿੰਗ ਟੂ ਟਾਕ ਟੂ ਐਨੀਬਡੀ। ਹਰੀ, ਇਹ ਇੱਕ ਬਹੁਤ ਵੱਡਾ ਇਸ਼ੂ ਆ ਕਮਿਊਨਿਟੀ ਦਾ, ਬਿਲਡਰਸ, ਕਿਉਂਕਿ ਸਾਡਾ ਬਹੁਤ ਵੱਡਾ ਭਾਈਚਾਰਾ ਕੰਸਟਰਕਸ਼ਨ 'ਚ ਕੰਮ ਕਰਦਾ, ਤੁਸੀਂ ਲੋਇਰ ਦੇ ਤੌਰ 'ਤੇ ਜਾਣਦੇ ਹੋ, ਸਾਡੀ ਬੈਕਬੋਨ ਆ ਉਹਦੇ 'ਤੇ, ਫਿਰ 50-50 ਦੇ ਕਰੀਬ 50 ਦੇ ਕਰੀਬ ਟ੍ਰੇਡਸਮੈਨ ਇੱਕ ਬਿਲਡਿੰਗ 'ਤੇ ਜਾਂਦੇ ਨੇ, ਸੋ ਅਸੀਂ ਇੰਟਰਕਨੈਕਟਡ ਆ। ਸਭ ਤੋਂ ਵੱਡਾ, ਸਿੰਸ ਆਈ ਐਮ ਇਨ ਬ੍ਰੋਡਕਾਸਟਿੰਗ ਫਰੋਮ ਲਾਸਟ 15 ਈਅਰਸ, ਇਹ ਕੰਟੀਨਿਊ ਵੇਟ ਟਾਈਮ ਇੰਜੀਨੀਅਰਿੰਗ ਅਤੇ ਪਲੈਨਿੰਗ 'ਚ ਸਾਨੂੰ ਸਰਵਿਸਿਜ਼ ਨਹੀਂ ਮਿਲਦੀਆਂ, ਸਾਨੂੰ ਕੋਈ ਪੁੱਛਦਾ ਨਹੀਂ, ਇੰਸਪੈਕਟਰਸ ਟਾਈਮ ਫਰੇਮ ਨਹੀਂ ਦਿੰਦੇ, ਆਫਟਰਨੂਨ ਆ ਬਿਫੋਰਨੂਨ, ਅਤੇ ਸਾਰਾ ਦਿਨ ਉੱਥੇ ਵੇਟਿੰਗ 'ਚ ਬਹਿਣਾ ਪੈਂਦਾ, ਪਲੈਨ ਨੂੰ ਬਹੁਤ ਸਮਾਂ ਲੱਗਦਾ, ਈਅਰਸ ਐਂਡ ਈਅਰਸ ਟੂ ਗੈਟ ਦ ਬਿਲਡਿੰਗ, ਟੂ ਗੈਟ ਅਪਰੂਵਲ ਟੂ ਸਬ ਡਿਵਾਈਡਡ। ਵਾਈ ਇਟ ਇਜ਼ ਲਾਈਕ ਦੈਟ? ਇਜ਼ ਅੰਡਰਸਟਾਫਡ? It is to some degrees understaffed. I think in the last 4 years, we had 4 planning general managers, acting planning general managers. They do the koi manager na hove, the process improve nahi hunda. But you're right, it is a big problem. Jada time lag the building permit le ja lockdown le, some solutions jada is solution on as a city we're bringing in, so that agge hunda sake bhi lot subdivision hove 10 lot time or jinne bhi 10 lot time, ਉਹ ਪਹਿਲਾਂ ਸਬ ਡਿਵਾਈਡ ਹੋਣ, ਫਿਰ ਬਿਲਡਿੰਗ ਪਰਮਿਟ ਦੀ ਐਪਲੀਕੇਸ਼ਨ ਕਰ ਸਕਦੇ। ਅਸੀਂ ਹੁਣ ਚੇਂਜ ਕਰਨ ਲੱਗੇ ਵੀ ਜਿਹੜੀ ਉਹ ਲੋਟ ਹੈ ਸਬ ਡਿਵੀਜ਼ਨ ਤੋਂ ਪਹਿਲਾਂ ਹੀ ਤੁਸੀਂ ਆਪਣੀ ਬਿਲਡਿੰਗ ਪਰਮਿਟ ਐਪਲੀਕੇਸ਼ਨ ਕੰਕਰੈਂਟਲੀ ਕਰ ਸਕਦੇ। 7 ਮਹੀਨੇ ਅਸੀਂ ਰਾਈਟ ਅਵੇ ਕੱਟ ਦਿੱਤੇ ਪ੍ਰੋਸੈਸ ਦੇ ਵਿੱਚੋਂ। ਇਹ ਕੋਈ ਵੱਡਾ ਸਲੂਸ਼ਨ ਨਹੀਂ ਹੋਣਾ ਵੀ ਇੱਕ ਚੀਜ਼ ਅਸੀਂ ਕਰ ਦਈਏ ਅਤੇ ਸਾਰੇ ਪ੍ਰੋਬਲਮ ਗਏ, ਨਿੱਕੇ ਨਿੱਕੇ ਸਲੂਸ਼ਨ ਹੋਣੇ ਜਿੱਥੇ ਅਸੀਂ ਪ੍ਰੋਬਲਮ ਦੇਖਦੇ ਵੀ ਉਹਨੂੰ ਠੀਕ ਕਰੀਏ। ਦੀ ਅਦਰ ਥਿੰਗ ਇਜ਼, ਐਜ਼ ਅ ਸਿਟੀ ਹੁਣ ਮੇਰੇ ਖਿਆਲ ਸਾਨੂੰ $95 million ਮਿਲੇ ਸੀਗੇ ਫੈਡਰਲ ਗਵਰਨਮੈਂਟ ਤੋਂ ਹਾਊਸਿੰਗ ਐਕਸੈਲਰੇਟਰ ਫੰਡ ਲਈ। ਅੱਛਾ। ਉਹਦੇ ਵਿੱਚੋਂ ਅਪਰੋਕਸੀਮੇਟਲੀ $20 million ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਇਨਵੈਸਟ ਕਰਨਾ ਹੈ, ਅਤੇ ਉਹ ਹੈਗਾ ਵੀ ਜੇ ਹੁਣ ਕਿਸੇ ਨੇ ਬਿਲਡਿੰਗ ਪਰਮਿਟ ਐਪਲੀਕੇਸ਼ਨ ਕਰਨੀ ਆ, ਹੁਣ ਸ਼ਾਇਦ ਡਿਫਿਸ਼ੀਐਂਟ ਹੋਵੇ, ਸ਼ਾਇਦ ਬੰਦਾ ਨਾ ਜਾਣਦਾ ਹੋਵੇ, ਪਤਾ ਨਾ ਹੋਵੇ, ਸੋ ਜਿੰਨਾ ਉਹਨਾਂ ਨੂੰ ਪਤਾ ਉਹਨਾਂ ਨੇ ਸਬਮਿਟ ਕਰ ਦਿੱਤਾ, ਫਿਰ 2 ਮਹੀਨੇ ਬਾਅਦ ਉਹਨੂੰ ਚਿੱਠੀ ਆਉਂਦੀ ਪਈ ਆਹ 5 ਚੀਜ਼ਾਂ ਤੁਸੀਂ ਭੁੱਲ ਗਏ। ਯੈਸ। ਸੋ ਵਰ ਟਰਾਇੰਗ ਵੀ ਜਿਹੜਾ ਪ੍ਰੋਸੈਸ ਹੋਵੇ ਜਦੋਂ ਕਿਸੇ ਨੇ ਐਪਲੀਕੇਸ਼ਨ ਅਪਲੋਡ ਕੀਤੀ ਆ, ਮਿੰਟਾਂ ਦੇ ਵਿੱਚ ਤੁਹਾਨੂੰ ਰਿਪੋਰਟ ਆ ਜਾਵੇ ਵੀ ਆਹ ਤੁਹਾਡੀ ਡਿਫਿਸ਼ੀਐਂਸੀ, ਤੁਸੀਂ ਪਹਿਲਾਂ ਆਪਣੀ ਐਪਲੀਕੇਸ਼ਨ ਪੂਰੀ ਕਰੋ। ਯੈਸ। ਬੰਦਾ ਜਾ ਕੇ ਕੰਮ ਤਾਂ ਕਰ ਸਕਦਾ, ਉਹ ਇਨਫੋਰਮੇਸ਼ਨ ਲੈ ਕੇ ਕਰ ਸਕਦਾ, ਫਿਰ ਜਦੋਂ ਉਹ ਪ੍ਰੋਸੈਸ, ਜਦੋਂ ਐਪਲੀਕੇਸ਼ਨ ਪੂਰੀ ਹੋ ਗਈ, ਫਿਰ ਸਿਟੀ ਸਟਾਫ ਆ ਕੇ ਦੇਖੋਗੇ, ਅਤੇ ਸ਼ਾਇਦ ਉਹ ਤੋਂ ਵੱਧ ਵੀ ਆਰਟੀਫਿਸ਼ਲ ਇੰਟੈਲੀਜੈਂਸ ਇਨਵੋਲਵ ਕਰੀਏ ਵੀ ਉਹਨੇ ਸਾਰੀ ਇਨੀਸ਼ਲ ਅਸੈਸਮੈਂਟ ਕਰਕੇ ਉਹ ਜਿਹੜਾ ਪਲਾਨਰ ਆ ਉਹਨਾਂ ਨੂੰ ਰਿਪੋਰਟ ਪ੍ਰਿੰਟ ਆਊਟ ਕਰ ਦੇਣੀ ਵੀ ਆਹ ਦੇਖੋ ਆਹ ਪ੍ਰੋਪਰਟੀ ਆ, ਇਹਨੂੰ ਵੇਰੀਅੰਸ ਚਾਹੀਦੇ ਆ, ਆਹ ਇਹਦੀ ਪ੍ਰੋਬਲਮ ਹੈ, ਆਹ ਕਰ ਸਕਦੇ ਆ। ਇਟ ਹੈਲਪਸ ਦ ਪ੍ਰੋਸੈਸ, ਵੀ ਕੈਨ ਕਟ ਮੰਥਸ ਆਫ ਦਿਸ ਪ੍ਰੋਸੈਸ। ਅਤੇ ਜਿਹੜੇ ਵੀ ਡਿਵੈਲਪਰ ਨਾਲ ਮੈਂ ਗੱਲ ਕਰਦਾ, ਭਾਵੇਂ ਇੱਕ ਘਰ ਬਣਾਉਣਾ ਹੋਵੇ, ਭਾਵੇਂ ਵੱਡੀ ਹਾਈ ਰਾਈਜ਼ ਬਣਾਉਣੀ ਹੋਣ, ਇਹ ਸਭ ਤੋਂ ਵੱਡਾ ਕੰਸਰਨ ਹੈ। ਸਾਨੂੰ ਇਹੀ ਕਹਿੰਦੇ ਵੀ ਜਿਹੜੇ ਡੀ ਸੀ ਸੀਜ਼ ਆ, ਜਿੰਨੇ ਪੈਸੇ ਲੈਣੇ ਲੈ ਲਓ, ਪਰ ਸਾਡੇ ਵਿਆਜ ਦਾ ਖਰਚ ਘਟਾਓ, ਕਰਕੇ ਅਸੀਂ ਜਿੰਨਾ ਬੈਂਕਾਂ ਨੂੰ ਦਿੰਦੇ ਹਾਂ ਉੰਨਾ ਅਸੀਂ ਰਾਦਰ ਆਪਣੀ ਕਮਿਊਨਿਟੀ 'ਚ ਪਾਉਣ ਨੂੰ ਤਿਆਰ ਹਾਂ ਵੀ ਤੁਸੀਂ ਬੱਚਿਆਂ ਲਈ ਫੀਲਡ ਬਣਾਓ ਜਾਂ ਪ੍ਰੋਗਰਾਮ ਹੋਰ ਇਨਵੈਸਟ ਕਰੋ। ਡਿਵੈਲਪਰ ਤਾਂ ਸਾਡੇ ਨਾਲ ਹੀ ਆ ਵੀ ਸਲਿਊਸ਼ਨ ਇਹਦੀ ਇਹਨੂੰ ਲੱਭੋ ਅਤੇ ਅਸੀਂ ਪੈਸੇ ਦੇਣ ਨੂੰ ਤਿਆਰ ਹਾਂ ਵੀ ਸਿਟੀ ਚੱਜ ਦੀ ਬਣਾਓ। 5 ਮਿਲੀਅਨ ਦਾ ਇੱਕ ਏਕੜ ਹੈ, ਇੱਕ ਸਾਲ ਦਾ ਉਹਦਾ ਵਿਆਜ 400,000।
Well, in 2 years, it is $6 million. That money going on where? On buyer's shoulders, community yeah. shoulders. How many things have we red tape produced? We got rid of the ADP process. If you tower, fair to do it. That saves about 3 months on every development. Jimmy Harry mentioned that you subdivide your property, your building application passed. ਉਹ ਵੀ ਚੇਂਜ ਕੀਤਾ ਆਪਾਂ ਕਮਰਸ਼ੀਅਲ ਟੈਨੈਂਟ ਇੰਪਰੂਵਮੈਂਟ ਤਾਂ ਹੁਣ ਕਰਦੇ ਹਾਂ ਸੋ ਦੈਟ ਬਾਈ ਦੀ ਐਂਡ ਆਫ ਸਪਟੈਂਬਰ ਨਵੇਂ ਪ੍ਰੋਸੈਸ ਹੋ ਗਏ ਸੋ ਦੈਟ ਵਿਲ ਰਿਡਿਊਸ ਇਟ ਫਰੋਮ ਮੰਥਸ ਟੂ ਵੀਕਸ ਵੀ ਆਲਸੋ ਲੁਕਿੰਗ ਐਟ ਐਡਿੰਗ ਯੂਨਿਟਸ ਇਨ ਟੂ ਟਾਊਨ ਹੋਮਸ ਜਿਹੜੇ ਪੀਪਲ ਰੈਂਟ ਕਰਦੇ ਆ ਅਫੋਰਡੇਬਿਲਿਟੀ ਦਾ ਥੋੜ੍ਹਾ ਜਿਹਾ ਸੌਖਾ ਹੋ ਜੂਗਾ ਜੇ ਯੂਨਿਟ ਰੈਂਟ ਕਰ ਸਕਦੇ ਆ ਔਰ ਪੇਰੈਂਟਸ ਨਾਲ ਰਹਿ ਸਕਦੇ ਆ ਫਿਰ ਸੋ ਵੀ ਟ੍ਰਾਇੰਗ ਟੂ ਡੂ ਥਿੰਗਸ ਇਨ ਦ ਸਿਟੀ ਟੂ ਮੇਕ ਥਿੰਗਸ ਫਾਸਟਰ ਐਂਡ ਕੁਇਕਰ ਬਟ ਇਟਸ ਵਿਚ ਇਜ਼ ਪੀਲਿੰਗ ਬੈਕ ਆਲ ਦ ਰੈਡ ਟੇਪ That's already been there. But ek hor cheez kiti hai jehde setback te hai gaya. So now you can build more on your land. So you can probably get, depending on what you're doing, you could get an extra unit of another townhome on your land. So we're trying to make as much as we can happen through the what we can do by doing the motions that we've been doing. I think we've put, our team alone has put 15 motions forward in the past year and a half. And about 7 of them have already been completed. And we're working, by the end of the year, the other ones will be completed as well. Infrastructure. Evening, ਤੁਸੀਂ ਵੀ ਹੁਣ ਸ਼ਹਿਰ 'ਚ ਰਹਿੰਦੇ ਹੋ, ਈਸਟ, ਵੈਸਟ, ਨੌਰਥ, ਸਾਊਥ, ਜਿੱਧਰ ਨੂੰ ਵੀ ਜਾਣਾ, ਟੋਟਲੀ ਸੜਕਾਂ ਆਪਣੀਆਂ ਕਲੋਕ ਨੇ, ਗ੍ਰਿਡ ਲੋਕ ਹੈ. ਤੁਸੀਂ ਹੁਣ ਸਟਾਰਟ ਕੀਤਾ, ਇਸ ਪੂਰ ਪਲੈਨਿੰਗ ਲਾ ਲਓ, ਜਾਂ ਸ਼ਹਿਰ ਡਿਵੈਲਪ ਹੋ ਰਿਹਾ ਸੀ, ਵੱਡੀਆਂ ਸੜਕਾਂ ਨਹੀਂ ਬਣਾਈਆਂ, ਐਂਟੀਸਪੇਟਡ ਨਹੀਂ ਕੀਤਾ ਵੀ ਇੰਨੇ ਬੰਦੇ ਆਉਣਗੇ. ਹੁਣ 600-700,000 ਕਹੀ ਜਾਂਦੇ, ਵੀ ਆਰ ਲਿਵਿੰਗ ਅਬਾਊਟ 1.2 million, ਜੇ ਸਾਰਾ ਵਿਜ਼ਟਰ ਵੀਜ਼ਾ ਐਂਡ ਸਟੂਡੈਂਟਸ ਐਂਡ ਐਵਰੀ, ਦੈਟਸ ਵਾਟ ਆਈ ਐਮ ਥਿੰਕ. ਉਹਨਾਂ ਦਾ ਕੀ ਹੋ ਸਕਦਾ ਜਿਹੜੀ ਇਹ ਆਪਣੀ ਟ੍ਰੈਫਿਕ ਜੈਮਸ ਨੇ, ਅਲਟਰਨੇਟਿਵ ਕੀ ਹੈ ਤੁਹਾਡੇ ਦਿਮਾਗ 'ਚ? ਆਈ ਥਿੰਕ ਆਪਾਂ ਨੂੰ ਬਿਲਡ ਕਰਨੇ ਪੈਣੇ ਰੋਡਸ, ਵੀ ਹੈਵ ਟੂ, ਦੈਟਸ ਵਾਈ ਵੀਵ ਅਪਰੂਵਡ 72 ਐਵਨਿਊ. ਆਪਾਂ ਨੂੰ ਡਬਲ ਅਪ ਕਰਨੇ ਪੈਣੇ ਆ ਜਿਹੜੇ ਆਪਣੇ ਕੋਲ ਰੋਡਸ ਹੈਗੇ ਆ, ਨਾਲੇ ਆਪਾਂ ਨੂੰ ਫਾਈਟ ਕਰਨਾ ਪੈਣਾ ਟ੍ਰਾਂਸਲਿਕ ਵਾਸਤੇ ਮੋਰ ਸਰਵਿਸਿਸ. ਹੁਣ ਜੇ ਤੁਸੀਂ ਦੇਖਿਆ ਆਪਾਂ ਸਾਈਜ਼ ਸੇਮ ਆਲਮੋਸਟ ਵੈਨਕੂਵਰ ਦੇ, ਉੱਥੇ ਦੇਖੋ ਕਿੰਨੇ ਸਰਵਿਸਿਸ ਹੈਗੇ ਆ ਟੂ ਗੈਟ ਅਰਾਊਂਡ ਦ ਸਿਟੀ. ਸਰੀ ਹੈਜ਼ ਬੀਨ ਨੈਗਲੈਕਟਿਡ ਫੋਰ ਟੂ ਲੌਂਗ ਐਂਡ ਵੀ ਹੈਵ ਬੀਨ ਫਾਈਟਿੰਗ ਫੋਰ ਦਿਸ ਈਅਰ ਐਂਡ ਅ ਹਾਫ ਟੂ ਗੈਟ ਮੋਰ ਫੰਡਿੰਗ ਫੋਰ ਇਨ ਆਰ ਸਿਟੀ. ਅ ਪ੍ਰੋਬਲਮ ਇਜ਼ ਵੀ ਨੀਡ ਦ ਫੈਡਰਲ ਗਵਰਨਮੈਂਟ ਐਂਡ ਦ ਪ੍ਰੋਵਿੰਸ਼ੀਅਲ ਗਵਰਨਮੈਂਟ ਟੂ ਆਲਸੋ ਰਿਅਲਾਈਜ਼ ਦੈਟ ਵੀ ਡੋਂਟ ਹੈਵ ਅਨਫ ਇਨ ਆਰ ਸਿਟੀ. And so we fought, and so we're going to be the first city to get the BRT along King George. And that's going to go all the way down to Semi-Amo Mall from City Hall. Okay. And so that will help move a lot. Light rail? It's almost like light rail, but it's on wheels, so it's okay. Buses. So it's going to take the center. It's going to be like a sky train. You tap in, and it's every 6 minutes, there'll be a bus. Both ways. So that will help move a lot of people through our city as a lot quicker than they are now. And that's why in conjunction to that, we're also doubling up 132 Avenue. So 132 Street, And when we do 72 Avenue, we're also going to double up 168th. So we know we have to move people. And we're one of the only cities in the lower mainland, other than township, that are building new roads in our city. So we're doing 16th Avenue. We're fighting for an exchange for the highway at 24th Avenue. There's things that we're advocating for loudly,
and hopefully people listen to us and we can get the things that our city needs. Harry, ek simple kai var engineering point of view, now the one way streets possible ho sakdi hai city ch? It is possible. ਅਸੀਂ ਪ੍ਰਦੀਪ ਅਤੇ ਮੈਂ ਦੋਵੇਂ ਜਾਣੇ ਅਸੀਂ ਫੋਕਸ ਨਿਊਟਨ ਟਾਸਕ ਫੋਰਸ ਦੇ ਸੀਗੇ ਅਤੇ ਐਜ਼ ਪਾਰਟ ਆਫ ਦੀ ਫੋਕਸ ਨਿਊਟਨ ਟਾਸਕ ਫੋਰਸ ਸਾਡੀ ਮੈਂਡੇਟ ਇਹ ਸੀ ਕਿ ਤੁਸੀਂ ਟ੍ਰੈਫਿਕ ਏਰੀਆ 'ਚ ਕਿੱਦਾਂ ਇੰਪਰੂਵ ਕਰ ਸਕਦੇ ਹਾਂ ਅਤੇ ਉਸ ਟਾਈਮ 'ਤੇ ਅਸੀਂ ਇੰਜੀਨੀਅਰਿੰਗ ਡਿਪਾਰਟਮੈਂਟ ਨਾਲ ਬੈਠੇ ਸੀਗੇ ਵੀ ਤੁਸੀਂ ਦੱਸੋ ਵੀ ਜਿਹੜੇ ਉਹ ਪਾਇਲ ਬਿਜ਼ਨਸ ਪਲਾਜ਼ਾ ਏਰੀਆ 'ਚ 128, 124, 132 ਵੀ ਇਸ ਏਰੀਆ 'ਚ ਅਸੀਂ ਕਿੱਦਾਂ ਟ੍ਰੈਫਿਕ ਕਰਦੇ ਅਸੀਂ 128 ਵਨ ਵੇ ਨੌਰਥ ਕਰ ਦਈਏ ਅਤੇ 132 ਸਾਊਥ ਕਰ ਉਹਨਾਂ ਨੇ ਫੁੱਲ ਅਸੈਸਮੈਂਟ ਕੀਤੀ ਅਤੇ ਉਹ ਸਾਡੇ ਕੋਲ ਸਿਟੀ ਕੋਲ ਮਾਡਲਿੰਗ ਸੋਫਟਵੇਅਰ ਵੀ ਹੁੰਦਾ ਵੀ ਸਾਰੀ ਇਨਫੋਰਮੇਸ਼ਨ ਵਿੱਚ ਪਾ ਕੇ ਉਹ ਮਾਡਲਿੰਗ ਕਰ ਦਿੰਦੀ ਵੀ ਕੀ ਬਣੂਗਾ ਜੇ ਅਸੀਂ ਕੀਤੀ ਹੈ ਦੇਰ ਵਾਜ਼ ਨੋ ਦੇਰ ਇਜ਼ ਨੋਟ ਮੱਚ ਆਫ ਐਨ ਇੰਪਰੂਵਮੈਂਟ ਹੋ ਨਹੀਂ ਸਕਦਾ ਨੋ ਦ ਵਨ ਵੇ ਵਾਜ਼ ਲੁਕਡ ਐਟ ਇਟ ਵਾਜ਼ਨਟ ਮੱਚ ਆਫ ਐਨ ਇੰਪਰੂਵਮੈਂਟ ਬਟ ਯੂ ਨੋ ਥੀਸ ਆਰ ਦ ਟਾਈਪਸ ਆਫ ਥਿੰਗਸ ਐਜ਼ ਐਜ਼ ਕਾਉਂਸਲਰਸ ਐਂਡ ਐਜ਼ ਅ ਸਿਟੀ ਆਈ ਐਮ ਪ੍ਰਾਊਡ ਦੈਟ ਵੀ ਆਰ ਡੂਇੰਗ ਬੇਸੀ ਇਦਾਂ ਦੇ ਕੁਐਸਚਨ ਪੁੱਛਦੇ ਆ ਨੋ ਬੀਸ ਆਸਕਡ ਦਮ ਬਿਫੋਰ ਕਿੰਨੇ ਸਾਲ ਦੀ ਪ੍ਰੋਬਲਮ ਆ ਕਿਸੇ ਨੇ ਕੁਐਸਚਨ ਕੀਤਾ ਕੁਐਸਚਨ ਵੀ ਨਹੀਂ ਪੁੱਛਿਆ ਸੋ ਐਜ਼ ਅ ਕਾਉਂਸਲ ਵੀ ਆਰ ਐਕਚੁਅਲੀ ਆਸਕਿੰਗ ਥੀਸ ਡਿਫਿਕਲਟ ਕੁਐਸਚਨਸ ਆਈ ਮੀਨ ਪ੍ਰਦੀਪ ਨੇ ਦੱਸਿਆ ਨਹੀਂ ਪਰ ਜਿਹੜੇ ਇਹ ਤੁਸੀਂ ਡਿਵੈਲਪਮੈਂਟ ਦੀ ਗੱਲ ਕਰਦੇ ਸੀਗੇ ਵੀ ਸਿੰਪਲ ਥਿੰਗਸ ਕਿਸਨ ਕੋਈ ਐਕਟ ਥੋੜ੍ਹਾ ਨਹੀਂ ਹੋਣਾ ਜਿੰਨਾ ਅਸੀਂ ਸਾਰਾ ਕੁਛ ਫਿਕਸ ਕਰ ਕਿੰਨੇ ਕਿ ਪ੍ਰੋਬਲਮ ਹੋਣੀ ਅਤੇ ਪ੍ਰੋਬਲਮ 20 ਸਾਲ ਹੋ ਗਏ ਪਰ ਅੱਜ ਤੱਕ ਕਿਸੇ ਨੇ ਕੀਤਾ ਨਹੀਂ ਕੁਛ ਸੋ ਪ੍ਰਦੀਪ ਨੇ ਇੱਕ ਮੋਸ਼ਨ ਲਿਆਉਂਦਾ ਸੀਗਾ ਵੀ ਜਿਹੜੀ ਬੇਸਮੈਂਟ ਆ ਸਾਡੀ ਜਿੱਥੇ ਬੇਸਮੈਂਟ ਨਹੀਂ ਬਣ ਸਕਦੀ ਕਰਕੇ ਪਾਣੀ ਆ ਜਾਂ ਬਲੋ ਗ੍ਰੇਡ ਆ ਬਾਕੀ ਸਾਰੀ ਸਿਟੀਆਂ ਕਹਿੰਦੇ ਵੀ ਤੁਸੀਂ ਸੰਪ ਪੰਪ ਵਰਤ ਲਓ ਯੈਸ ਸਰੀ ਚ ਕਦੇ ਨਹੀਂ ਇਹਨਾਂ ਲਿਆਉਂਦਾ ਪ੍ਰਦੀਪ ਨੇ ਮੋਸ਼ਨ ਕੀਤਾ ਅਤੇ ਹੁਣ ਮਨਦੀਪ ਨਾਗਰਾ ਸੀਗਾ ਤੇ ਸਾਡੀ ਕਾਉਂਸਲ ਨੇ ਫੁੱਲੀ ਸਪੋਰਟ ਕੀਤੀ ਸੀਗੀ ਵੈਰੀ ਗੁੱਡ ਇਟਸ ਅ ਗੁੱਡ ਪਲਾਨ ਰਾਈਟ ਵੀ ਗੈਟ ਦ ਬਿਲਡਿੰਗ ਔਨ ਸਲੈਬ ਸੋ ਜੇ ਤੁਸੀਂ ਪੰਪ ਲੋਨਾ ਨਹੀਂ ਮੰਗਦੇ ਤਾਂ ਉੱਚਾ ਕਰ ਲਓ ਉੱਚਾ ਤੁਸੀਂ ਕਰ ਸਕਦੇ ਹੋ ਘਰ ਪਰ ਉੱਪਰੋਂ ਟੌਪ ਫਿਰ ਜਿਹੜੀ ਉਹਦੀ ਹਾਈਟ ਹੈ ਅਲਾਉ ਅ ਵੇਰੀਐਂਸ ਟੂ ਇਨਕਰੀਸ ਦ ਹਾਈਟ ਔਰ ਗੋ ਟੂ ਫਲੈਟ ਰੂਫ You could go to flat roof too, but that's if you want. We're in discussions right now with the city. We're asking for a report back. Jay, we should add another floor to every house. Okay. To make there on 4 unit pone kar de vich. Is it feasible to get 4 units in? I think we are already clogged. I think it is feasible, but we need to give more floor area ratio. Okay. So that's what we're looking at. How do we give more floor area ratio to make livable spaces for people? And I think it's, I know we don't want to box houses either. Mang de ni apne city da para lagoga jado the chalone people abaro hunde ya. Par apnu option dekhni pani hai. Ap ki kar sakne floor area ratio increase karnu without increasing the lot coverage. Harry, in downtown Surrey jithe tusi behne ho ਉੱਥੇ ਔਰ ਥਾਊਜ਼ੈਂਡ ਔਰ ਥਾਊਜ਼ੈਂਡਸ ਕੌਂਡੋਜ਼ ਆਰ ਕਮਿੰਗ ਪ੍ਰੀ ਸੈਲ ਹੋ ਗਈ ਪੀਪਲ ਆਰ ਸਟੱਕ ਇਨ ਦਿਸ ਮਾਰਕੀਟ ਅਬਾਊਟ 100,000-200,000 ਇਜ਼ ਗੋਇੰਗ ਪਰ ਉਹ ਜਾ ਨਹੀਂ ਸਕਦਾ ਬੀਇੰਗ ਅ ਲੋਇਰ ਡਿਵੈਲਪਰ ਸਟਿਲ ਕੈਨ ਕਮ ਆਫਟਰ ਯੂ ਵੀ ਤੁਸੀਂ ਵਾਕ ਵੇ ਨਹੀਂ ਹੋ ਸਕਦੇ ਸਟਿਲ ਯੂ ਸਾਈਨਡ ਵਿਦ ਦੈਮ ਸਰੀ ਦੇ ਡਾਊਨ ਟਾਊਨ ਦਾ ਕੀ ਵਿਜ਼ਨ ਹੈ ਬੀਇੰਗ ਏ ਯੰਗ ਫਸਟ ਟਾਈਮ ਕੌਂਸਲਰ ਯੂ ਹੈਵ ਏ ਯੂ ਨੋ ਵਿਜ਼ਨ ਐਜ਼ ਅ ਲੋਅਰ ਐਂਡ ਸ਼ੀ ਹੈਵ ਵਿਜ਼ਨ ਐਜ਼ ਏ ਅਕਾਊਂਟੈਂਟ ਆਈ ਵਾਂਟਡ ਟੂ ਗੈਟ your prospect on that which because still is 800,000-900,000 per square feet in Surrey downtown in Yale town we are getting $3,000 per square foot so which direction we are heading to a accomplish good downtown banunga absolutely jehdi sadi council di vision hai downtown li it's not as a lawyer it's not as an accountant it's as a resident assi sare jane itthe rehnde te eh sadi sada sheher hai assi chahunde pe eh jinna prosperous jinna economically viable hove sare nu fayda hai jinni jobba ho gaya
ਸਾਰੇ ਸਰੀ ਦੇ ਸ਼ਹਿਰ ਨੂੰ ਫਾਇਦਾ ਆ, ਭਾਵੇਂ ਸਾਊਥ ਸਰੀ ਹੋਵੇ ਜਾਂ ਡਾਊਨ ਟਾਊਨ ਹੋਵੇ, ਉਹ ਸਾਰਿਆਂ ਦਾ ਫਾਇਦਾ ਆ, ਜੋਬਾਂ ਹੋਣ ਸਾਡੀ ਸਿਟੀ 'ਚ। ਸੋ ਸਾਡੀ ਵਿਜ਼ਨ ਆ ਵੀ ਜਿਹੜੀ ਸਾਡੀ ਡਾਊਨ ਟਾਊਨ ਖੋਰ ਆ, ਇੱਕ ਤਾਂ ਜੋਬਾਂ ਹੋਣ, ਐਂਡ ਦੈਟਸ ਸਮਥਿੰਗ ਦੈਟ ਵੀ ਆਰ ਵਰਕਿੰਗ ਹਾਰਡ ਵਿਦ ਇਨਵੈਸਟ ਸਰੀ। ਅਸੀਂ ਹੁਣ ਸਰੀ ਦੀ ਇਨਵੈਸਟਮੈਂਟ ਹੋਣ, ਮੈਂ ਅਸੀਂ ਸਰੀ 'ਚ ਨਹੀਂ ਬੈਠੇ, ਜਦੋਂ ਕੋਈ ਬੋਸਟਨ ਕਾਨਫਰੰਸ ਹੋਵੇ ਜਾਂ ਕਿਤੇ ਟੋਰਾਂਟੋ ਹੋਵੇ ਜਾਂ ਐਨੀਵੇਅਰ ਅਰਾਊਂਡ ਦ ਵਰਲਡ, ਸਾਡੀ ਸਿਟੀ ਜਾਂਦੀ ਪਈ, ਤੁਸੀਂ ਸਾਡਾ ਸ਼ਹਿਰ ਆ ਕੇ ਦੇਖੋ, ਤੁਸੀਂ ਨਵਾਂ ਆਫਿਸ ਖੋਲ੍ਹੋ ਨਾ ਸਾਡੇ ਸ਼ਹਿਰ 'ਚ ਖੋਲ੍ਹੋ, ਸਾਡੇ ਡਾਊਨ ਟਾਊਨ ਖੋਲ੍ਹ, ਤੁਸੀਂ ਦੇਖੋ ਵੀ ਕਿੱਦਾਂ ਬਣਦਾ, ਸਾਡੀ ਪਾਪੂਲੇਸ਼ਨ ਦੇਖੋ ਕੀ ਆ। 30% ਆਫ ਆਰ ਸਿਟੀ ਇਜ਼ 20 ਈਅਰਸ ਓਲਡ ਔਰ ਯੰਗਰ, ਜਿਹੜਾ ਫਿਊਚਰ ਵਰਕ ਪਾਪੂਲਰ ਵਰਕਰ ਬੇਸ ਹੋਣਾ ਉਹ ਸਰੀ 'ਚ ਹੋਣਾ, ਨਾ ਕਿ ਬਾਕੀ ਸ਼ਹਿਰਾਂ 'ਚੋਂ। ਦਿਸ ਇਜ਼ ਵੇਅਰ ਦ ਫਿਊਚਰ ਇਜ਼। ਸੋ ਵੀ ਸੀ ਅ ਡਾਊਨ ਟਾਊਨ ਵਿਦ a commercial district, financial district, entertainment districts. We want to see places for the youth to go. We want to see restaurants. We want to see vibrancy. We want to see a downtown core that rivals any other one in the Lower Mainland. We see the future of the Lower Mainland as the city of Surrey, not any other city. And that's a vision that every council has to have in Surrey. Pradeep, jab tusi ghare baithe ho, I know family, big family, and gal chaldi hai yaar Surrey ch ki ho raha hai, goli chal rahi hai, gaddiyan nu aag la rahi hai, crime, you know, the rumors are there. ਕ੍ਰਾਈਮ ਦੇ ਬਾਰੇ ਤੂੰ ਵਧੀਆ ਕਮਿਊਨਿਟੀ ਕਿਵੇਂ ਹੋ ਸਕਦੀ ਹੈ, ਕ੍ਰਾਈਮ ਪ੍ਰੀਵੈਂਸ਼ਨ ਲਈ ਕੀ ਤੁਹਾਡੇ ਮਨ 'ਚ? ਆਈ ਥਿੰਕ ਆਪਾਂ ਨੂੰ ਦੇਖਣਾ ਪੈਣਾ, ਸੋ ਮੈਂ ਪਬਲਿਕ ਸੇਫਟੀ ਕਮੇਟੀ 'ਤੇ ਵੀ ਬੈਠੀ ਹਾਂ। ਅੱਛਾ। ਐਂਡ ਮੈਂ ਲਿਵਬਿਲਿਟੀ ਨਾਲ ਸੋਸ਼ਲ ਐਕੁਇਟੀ ਕਮੇਟੀ 'ਤੇ ਵੀ ਦੇਖਦੀ ਹਾਂ। ਸੋ ਆਈ ਥਿੰਕ ਦ ਪ੍ਰੋਬਲਮ ਇਜ਼ ਆਪਣੇ ਕੋਲ ਇਨਫ ਰਿਸੋਰਸਿਸ ਨਹੀਂ ਹੈਗੇ ਟੂ ਹੈਲਪ ਐਵਰੀਬਡੀ, ਬਟ ਦ ਸਿਟੀ ਇਜ਼ ਫੋਰ ਸ਼ੋਰ ਡੂਇੰਗ ਆਰ ਪਾਰਟ। ਸੋ ਆਪਣੇ ਕੋਲ ਪਹਿਲਾਂ ਫੈਡਰਲ ਫੰਡਿੰਗ ਹੁੰਦੀ ਸੀਗੀ, $1.5 million ਟੂ ਰਨ ਦ ਸੇਫ ਪ੍ਰੋਗਰਾਮ, ਦ ਐਂਟੀ ਗੈਂਗ ਵਨ ਥਰੂ ਦ ਸਕੂਲਸ ਹੇਅਰ ਇਨ ਨਿਊਟਨ ਸਪੈਸ਼ਲੀ ਦੇਅਰ ਦ ਹਾਰਡੈਸਟ ਹਿੱਟ। ਉਹ ਜਦੋਂ ਫੰਡਿੰਗ ਮੁੱਕ ਗਈ, ਆਪਾਂ ਸਿਟੀ ਨੇ ਕਿਹਾ ਆਪਾਂ ਪੈਸੇ ਦੇਵਾਂਗੇ, ਦਿਸ ਇਜ਼ ਅ ਗੁੱਡ ਪ੍ਰੋਗਰਾਮ, ਵੀ ਟ੍ਰਾਇੰਗ ਟੂ ਗੈਟ ਐਸ ਮੈਨੀ ਯੂਸ ਆਊਟ ਆਫ ਗੈਟਿੰਗ ਇਨ ਟੂ ਦੈਟ ਥਿੰਗ, ਇਨ ਗੋਇੰਗ ਇਨ ਟੂ ਡਰੱਗਸ ਐਂਡ ਗੈਂਗਸ। ਸੋ ਜਦੋਂ ਮੈਂ ਪੁਲਿਸ ਨਾਲ ਗੱਲ ਕੀਤੀ ਆ, ਕਮਿਸ਼ਨਰ ਆਉਂਦਾ ਹੁੰਦਾ ਆਪਣੀ ਪਬਲਿਕ ਸੇਫਟੀ ਵਾਲੀ ਮੀਟਿੰਗ ਨੂੰ, ਮੈਂ ਪੁੱਛਿਆ ਵਟ ਇਜ਼ ਹੈਪਨਿੰਗ ਟੂ ਆਰ ਯੂਥ ਇਨ ਆਰ ਕਮਿਊਨਿਟੀ। ਉਹਨੇ ਕਿਹਾ ਜਦੋਂ ਸਕੂਲ 'ਚ ਆਪਾਂ ਸਾਂਭ ਸਕਦੇ ਹਾਂ, ਪਰ ਜਦੋਂ ਸਕੂਲ ਤੋਂ ਮਗਰੋਂ ਆ ਉਦੋਂ ਆਪਾਂ ਲੂਜ਼ ਕਰਦੇ ਹਾਂ ਜਵਾਕਾਂ ਨੂੰ। ਸੋ ਨਾਓ ਵੀ ਹੈਵ ਟੂ ਸਿਟ ਡਾਊਨ ਐਂਡ ਟ੍ਰਾਈ ਟੂ ਫਿਗਰ ਆਊਟ ਵਟ ਡੂ ਵੀ ਡੂ। ਜਦੋਂ ਹਾਈ ਸਕੂਲ ਇਹਨਾਂ ਨੇ ਫਿਨਿਸ਼ ਕਰ ਲਈ, ਵੀ ਨੀਡ ਟੂ ਹੈਵ ਓਪਰਚੁਨਿਟੀਜ਼ ਫੋਰ ਦ ਕਿਡਸ ਇਨ ਆਰ ਸਿਟੀਜ਼, ਐਂਡ ਜਸਟ ਲਾਈਕ ਹਾਓ ਹੈਰੀ ਵਾਸ ਸੇਇੰਗ, ਵੀ ਨੀਡ ਵਾਈਬ੍ਰੈਂਸੀ, ਵੀ ਨੀਡ ਟੂ ਹੈਵ ਇਨਫਰਾਸਟ੍ਰਕਚਰ, ਵੀ ਨੀਡ ਟੂ ਹੈਵ ਆਲ ਦ ਸਪੋਰਟਸ ਦੈਟ ਅ ਲਾਰਜ ਸਿਟੀ ਹੈਜ਼। ਫੋਰ ਐਗਜ਼ਾਮਪਲ ਜਦੋਂ ਹੁਣ ਫੰਡਿੰਗ ਤੁਸੀਂ ਦੇਖਦੇ ਹਾਂ ਵੈਨਕੂਵਰ ਨੂੰ ਕੀ ਮਰਦਾ ਸੋਸ਼ਲ ਹਾਊਸਿੰਗ ਵਾਸਤੇ, they've gotten 15 times more funding than Surrey does. So we have to, as a Surrey, be prepared to put some money into it first to get the same resources that other cities have. And we've been actively doing that for the past year. We've got some major announcements coming towards the end of the year. We're doing as much as we can, as fast as we can, to help the people feel safe in our city. Hari, jo jehdi money flow honi hai, jehdi ta in-house hogi, property tax hogi, aur other taxes, levies, whatever you're getting from the resident. But basically, money comes from federal and provincial. ਉਹ ਮਨੀ ਲਿਆਉਣ ਦੇ ਲਈ ਵੀ ਹੈਵ ਪੋਲੀਟੀਸ਼ੀਅਨਸ, ਵੀ ਹੈਵ ਰੀਪ੍ਰਜੈਂਟੇਟਿਵ ਫਰੋਮ ਸਰੀ ਇਨ ਵਿਕਟੋਰੀਆ ਐਂਡ ਇਨ ਆਟਵਾ। ਇਹ ਕੀ ਗੱਲ ਮੁੜ ਮੁੜ ਕੇ ਹੋ ਰਹੀ ਹੈ ਵੀ ਸਾਨੂੰ ਫੰਡਸ ਨਹੀਂ ਆ ਰਹੇ? ਰੀਜ਼ਨ ਕੀ ਆ? ਕਿਤੇ ਨਾ ਕਿਤੇ ਇਹ ਚੇਨ ਜਿਹੜੀ ਹੈ ਇਹ ਬਰੋਕਨ ਆ, ਜਾਂ ਸਿਟੀ ਵੱਲੋਂ ਉਹਨਾਂ ਨੂੰ ਕਿਹਾ ਨਹੀਂ ਜਾਂਦਾ, ਜਾਂ ਉਹ ਕੰਮ ਨਹੀਂ ਕਰਦੇ, ਕਿੱਥੇ ਮਿਸ ਕੀ ਹੈ ਉਹਦੇ ਵਿੱਚ? ਆਈ ਥਿੰਕ ਇਨ ਦ ਪਾਸਟ
ਜਿਹੜੇ ਵੀ ਪੋਲੀਟੀਸ਼ੀਅਨ ਫੈਡਰਲ ਜਿਹੜੇ ਫੈਡਰਲ ਗਵਰਨਮੈਂਟ ਫੈਡਰਲ ਸਰਕਾਰ ਆ ਜਾਂ ਪ੍ਰੋਵਿੰਸ਼ੀਅਲ ਸਰਕਾਰ ਆ ਜਦੋਂ ਆਹ ਏਰੀਆ ਦੇਖਦੇ ਆ ਉਹ ਵੈਨਕੂਵਰ ਕਹਿੰਦੇ ਆ ਅਤੇ ਅਸੀਂ ਜਾਂਦੇ ਇਲੈਕਟ ਹੋਏ ਸੀ ਸਰੀ ਲਈ ਕਿੰਨਾ ਰੌਲਾ ਪਾਇਆ ਪ੍ਰੋਵਿੰਸ਼ੀਅਲ ਗਵਰਨਮੈਂਟ ਨੂੰ ਕਿਹਾ ਵੀ ਤੁਸੀਂ ਸਰੀ ਨੂੰ ਇੱਦਾਂ ਧੱਕ ਨਹੀਂ ਸਕਦੇ ਫੈਡਰਲ ਗਵਰਨਮੈਂਟ ਨੂੰ ਕਿਹਾ ਤੁਸੀਂ ਸਰੀ ਨੂੰ ਇੱਦਾਂ ਧੱਕ ਨਹੀਂ ਸਕਦੇ ਇਨ ਦਾ ਪਾਸਟ ਆਈ ਫੀਲ ਦੇਰ ਇਜ਼ ਬਿਨ ਅ ਲੈਕ ਆਫ ਐਡਵੋਕੇਸੀ ਔਨ ਬਿਹਾਫ ਆਫ ਦ ਸਿਟੀ ਆਫ ਸਰੀ ਜਿਹੜੇ ਹੁਣ ਅਸੀਂ ਕਾਉਂਸਲਰ ਅਸੀਂ ਫੈਡਰਲ ਫੰਡਿੰਗ ਬਾਰੇ ਕੁਛ ਨਹੀਂ ਕਰ ਸਕਦੇ ਬਿਲਕੁਲ ਅਸੀਂ ਤਾਂ ਸਿਰਫ ਗੱਲਾਂ ਕਰ ਸਕਦੇ ਅਸੀਂ ਐਡਵੋਕੇਸੀ ਕਰ ਸਕਦੇ ਪ੍ਰੋਵਿੰਸ਼ੀਅਲ ਗਵਰਨਮੈਂਟ ਨਾਲ ਅਸੀਂ ਉਹਨਾਂ ਦੀ ਜੇਬ 'ਚ ਖੋ ਨਹੀਂ ਸਕਦੇ ਅਸੀਂ ਤਾਂ ਐਡਵੋਕੇਸੀ ਕਰ ਸਕਦੇ ਅਸੀਂ ਮੰਗ ਸਕਦੇ ਅਸੀਂ ਉਹਨਾਂ ਨੂੰ ਰੀਜ਼ਨ ਦੇ ਸਕਦੇ ਵੀ ਸਾਨੂੰ ਕਾਹਤੇ ਦੇਣਾ ਪੈਣਾ ਤੁਸੀਂ ਦੇਖੋ ਹੁਣ ਜਦ ਅਸੀਂ ਕਾਉਂਸਲ 'ਚ ਖੜ੍ਹੇ ਹਾਂ ਅਸੀਂ ਪ੍ਰੋਵਿੰਸ਼ੀਅਲ ਫੰਡਿੰਗ ਸਕੂਲਾਂ ਲਈ ਤਾਂ ਹੋਸਪਿਟਲ ਲਈ ਕਿੰਨਾ ਲੜੇ ਹਾਂ ਵੀਵ ਹੈਲਡ ਮਲਟੀਪਲ ਮੀਟਿੰਗਸ ਵਿਦ ਦ ਸਕੂਲ ਬੋਰਡ ਅਤੇ ਅਸੀਂ ਤਾਂ ਸਕੂਲ ਬੋਰਡ ਇੱਕ ਓਪੀਨੀਅਨ ਹੈ ਸਾਡਾ ਵੀ ਸਾਨੂੰ ਪ੍ਰੋਵਿੰਸ਼ੀਅਲ ਫੰਡਿੰਗ ਚਾਹੀਦੀ ਹੈ ਅਸੀਂ ਇਕੱਠੇ ਹੋ ਕੇ ਐਡਵੋਕੇਸੀ ਪ੍ਰੋਵਿੰਸ ਨੂੰ ਕਹਿੰਦੇ ਵੀ ਤੁਸੀਂ ਸਾਡੇ ਸਕੂਲ ਬਣਾਓ ਸਾਨੂੰ ਸਪੇਸ ਜ਼ਿਆਦਾ ਚਾਹੀਦਾ ਸਾਡੇ ਬੱਚਿਆਂ ਲਈ ਯਾਨੀ ਵੀ ਅਸੀਂ ਖੁਸ਼ ਹੈ ਪਏ ਪੋਰਟ ਬਾਂਚ ਪੜ੍ਹਦੇ ਹਾਂ ਲਈ ਸਕੂਲ ਬਣਾਓ ਦੂਜੀ ਗੱਲ ਜਿਹੜੇ ਸਾਡੇ ਹੋਸਪਿਟਲ ਆ ਅਸੀਂ ਹੋਸਪਿਟਲ ਦੇ ਨਾਲ ਖੜ੍ਹੇ ਜਦੋਂ ਡਾਕਟਰ ਸੀਗੇ ਪ੍ਰਦੀਪ ਵੀ ਸੀਗੇ ਉੱਥੇ ਮੈਂ ਵੀ ਉੱਥੇ ਸੀਗਾ ਹੈਲਥ ਰੈਲੀ ਸਿਟੀ ਹਾਲ ਦੇ ਸਾਹਮਣੇ ਬਿਲਕੁਲ ਅਸੀਂ ਨਾਲ ਖੜ੍ਹੇ ਪਏ ਸਾਡੇ ਸ਼ਹਿਰ 'ਚ ਹੋਸਪਿਟਲ ਬਣਾਓ ਸਾਡੇ ਸਾਨੂੰ ਠੀਕ ਹੈ ਕੋਵਿਡ ਹੈਲਥ ਹੋਸਪਿਟਲ ਬਣਦਾ ਆ ਬਟ ਇਟਸ ਟੂ ਸਮਾਲ ਵੀ ਨੀਡ ਬਿਗਰ ਐਂਡ ਵੀ ਨੀਡ ਇਟ ਯੈਸਟਰਡੇ ਵੀ ਡੋਂਟ ਨੀਡ ਇਟ ਟੁਡੇ ਵੀ ਨੀਡ ਇਟ ਯੈਸਟਰਡੇ ਸਟਾਰਟ ਬਿਲਡਿੰਗ ਦੀਸ ਥਿੰਗਸ ਸੋ ਜਦੋਂ ਅਸੀਂ ਡਾਕਟਰ ਦੇ ਨਾਲ ਖੜ੍ਹਦੇ ਜਦੋਂ ਅਸੀਂ ਕਮਿਊਨਿਟੀ ਨਾਲ ਖੜ੍ਹਦੇ ਅਸੀਂ ਟੀਚਰ ਨਾਲ ਖੜ੍ਹਦੇ ਹਾਂ That's how we get that provincial and federal funding. That's where our council is different. Just to show how bad the problem is, up a $5.4 billion behind in school infrastructure. $5.4 billion. Yes. And for hospital beds, we are 2,000 beds behind where Vancouver is. So that's how bad Pretty the much problem same is. Population. Exactly. That's what we're fighting for. That's what we're saying too. So we've been raising a ruckus basically since the moment we got to council. We've been saying we want equity. We want fairness. Give us our portion of the money that we've been... It's our tax dollars that are going to the province, that are going to the federal government. And if it wasn't for our advocacy, we wouldn't have gotten that $90 million for the Housing Accelerator Fund. That directly came to the federal from the federal government to Surrey. Not a lot of cities got that. It's because we fought for it. Why is lagging behind? Still, why is Surrey lagging behind? Yeah. I think it's just going to take time. I think you've got a responsible professional council that's in today. We understand the process. We understand what the things that we have to do to get where we want to be. We have a great relationship with our MPs. I mean, we speak to them regularly. I mean, we have a decent relationship with our MLAs as well. And you know, we might have disagreements on one or two issues, but we have good that's relationship. That's part of life. It's part of life. But we generally have a great relationship. But we can talk to these people. All we can do and what we're doing is we're advocating. Now, if we started that process 10 years ago or 6 years ago, maybe we'd be further along today. Would have been sitting we nicely. We had to start it a year and a half ago. Mm. And we've advocated on every front. We've advocated on transit. We've advocated on federal infrastructure. We've advocated to get Hydro, BC Hydro, to improve its lines in our city. We've advocated for schools. We've advocated for hospitals. As a councillor or as the mayor, ਹੁਣ ਲੋਕ ਦੇਖਦੇ ਪਏ ਜਿਹੜੀ ਮਿਊਨਿਸਪਲ ਪੋਲੀਟਿਕਸ ਆ ਅਸੀਂ ਚੱਲ ਠੀਕ ਰੋਡ ਦੇਖਦੇ ਹਾਂ ਅਸੀਂ ਇਨਫਰਾਸਟਰਕਚਰ ਦੇਖਦੇ ਹਾਂ ਪਰ ਐਜ਼ ਇਲੈਕਟਿਡ ਅਫੀਸ਼ਲਸ ਜਿਹੜੀ ਸਾਡੇ ਸ਼ਹਿਰ ਨੇ ਸਾਨੂੰ ਇਲੈਕਟ ਕੀਤਾ ਵੀ ਤੁਸੀਂ ਸਾਡੇ ਨੌਜਵਾਨ ਹੈ ਤੁਸੀਂ ਸਾਡੇ ਲਈ ਤੁਸੀਂ ਸਾਡੇ ਚੈਂਪੀਅਨ ਆ ਸਾਨੂੰ ਉਹ ਰੋਲ ਬਹੁਤ ਸੀਰੀਅਸਲੀ ਲੈਣੀ ਪੈਣੀ ਅਤੇ ਜਿੱਥੇ ਸਾਡੇ ਇੰਡੀਵਿਜੁਅਲ ਰੈਜ਼ੀਡੈਂਟ ਕੋਲ ਜਾ ਕੇ ਫੈਡਰਲ ਗਵਰਨਮੈਂਟ ਨਾਲ ਜਾਂ ਪ੍ਰੋਵਿੰਸ਼ੀਅਲ ਗਵਰਨਮੈਂਟ ਨਾਲ ਇਕੱਲਾ ਇਕੱਲਾ ਕਿੱਥੇ ਜਾ ਕੇ ਗੱਲ ਕਰੇ ਦੈਟਸ ਆਵਰ ਜੋਬ ਇਟਸ ਆਵਰ ਜੋਬ ਟੂ ਗੋ ਐਂਡ ਐਡਵੋਕੇਟ ਐਂਡ ਦੈਟਸ ਵਾਟ ਵੀਵ ਡਨ ਵੈਰੀ ਵੈਲ ਫਾਰ ਦ ਲਾਸਟ ਈਅਰ ਐਂਡ ਹਾਫ ਬਹੁਤ ਵਰਸਟਾਈਲ ਇਸ਼ੂਜ਼ ਨੇ ਵੀ ਹੈਵ ਟੂ ਸਿਟ ਅਗੇਨ ਵੀ ਆਰ ਰਨਿੰਗ ਆਊਟ ਆਫ ਟਾਈਮ ਯੂ ਆਰ ਵੈਰੀ ਐਨਰਜੈਟਿਕ ਵਾਈਬ੍ਰੈਂਟ ਐਂਡ ਦ ਫਸਟ ਟਾਈਮ ਯੂ ਗੋਟ ਇਨ ਦ ਕੌਂਸਲ ਐਂਡ ਵਰਕਿੰਗ ਹਾਰਡ ਐਜ ਯੂਅਰ ਪਾਰਟ ਐਵਰੀ ਵਨ ਟਰਾਇੰਗ ਟੂ ਡੂ
his or her best. Baki community nu aave how they take it. Par jehda to fight for own rights itthon hi start hundi aa. Charity starts from home. ਇਹੀ ਇੱਕ ਚੀਜ਼ ਆ ਜਿਹੜੀ ਰਾਈਟਸ ਲਈ ਲੜਨਾ। ਤੁਸੀਂ ਦੋਨੇ ਬਹੁਤ ਵਧੀਆ ਕਰ ਰਹੇ ਹੋ, ਬੈਸਟ ਵਿਸ਼ਸ। ਅਤੇ ਕਲੋਜ਼ਿੰਗ 'ਚ ਕੋਈ ਪ੍ਰਦੀਪ ਕਹਿਣਾ ਚਾਹੋ? I just want to let people know we're doing the best that we can. We are not perfect, but I think in another year and a half people will see the results of the last year and a half that we've been working hard towards. Harry? It's been a great experience. I mean, jadon main council li khada siga, I didn't know what the job entailed. I didn't know what it was going to involve. But you know, hon jadon job main karda hai, lokan nal gallan baatan karda, lokan nu milda hai, mainu pata lagda pe inade karan ch ki problem hai. Mainu pata lagda saadi community chote chote khunjach ch pe ki problem hai. So sanu saryan nu bahut great honor hai pe assi community seva kariya, assi naal sun ke te lokan di jinna assi kar sakde ਅਸੀਂ ਲੋਕਾਂ ਦੀ ਸੇਵਾ ਕਰੀਏ, ਅਸੀਂ ਪ੍ਰੋਬਲਮ ਫਿਕਸ ਕਰੀਏ ਕਰਕੇ, ਭਾਵੇਂ ਪੋਲੀਟਿਕਲੀ ਅਸੀਂ ਸਾਰੇ ਨਾਲ ਲੜ ਸਕਦੇ, ਜੋ ਵੀ ਕਰ ਸਕਦੇ, ਪਰ ਜਦੋਂ ਪੋਲੀਟਿਕਸ ਮੁੱਕ ਗਈ ਉਦੋਂ ਵੀ ਮੈਂ ਇੱਥੇ ਹੀ ਰਹਿਣਾ, ਇੱਥੇ ਮੇਰੇ ਬੱਚਿਆਂ ਨੇ ਰਹਿਣਾ, ਇਹੀ ਸ਼ਹਿਰ, ਇਹੀ ਸਾਡਾ ਸ਼ਹਿਰ ਆ, ਸਾਰਿਆਂ ਨੇ ਇਕੱਠਿਆਂ ਨੇ ਰਹਿਣਾ. ਸੋ ਇਟਸ ਸੋ ਇੰਪੋਰਟੈਂਟ ਵੀ ਜੋ ਵੀ ਅਸੀਂ ਕਰੀਏ, ਅਸੀਂ ਠੀਕ ਹੈ ਅੱਜ ਸ਼ਾਇਦ ਦੁੱਖ ਲੱਗੇ, ਪੰਜਾਂ ਸਾਲਾਂ 'ਚ, ਦਸਾਂ ਸਾਲਾਂ 'ਚ ਲੋਕ ਕਹਿਣ ਵੀ ਠੀਕ ਹੈ, ਜਿਹੜਾ ਇਹਨਾਂ ਨੇ ਉਦੋਂ ਕੀਤਾ ਸੀਗਾ ਉਦੋਂ ਔਖਾ ਲੱਗਦਾ ਸੀਗਾ, ਪਰ ਅੱਜ ਸਾਡੇ ਸ਼ਹਿਰ ਨੂੰ ਦੇਖੋ ਕਿੰਨਾ ਫਾਇਦਾ ਆ. ਬਹੁਤ ਚੰਗਾ ਲੱਗਿਆ ਗੱਲ ਕਰਕੇ, ਪੰਜਾਬੀ ਅੰਗਰੇਜ਼ੀ ਬਹੁਤ ਵਧੀਆ ਬੋਲਦੇ ਹੋ ਤੁਸੀਂ ਪ੍ਰਦੀਪ, ਇਟਸ ਵੈਰੀ ਗੁੱਡ. ਹੈਰੀ, ਥੈਂਕ ਯੂ. ਥੈਂਕ ਯੂ ਜੀ, ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ. ਸੋ ਸੂਨ ਵੀ ਵਿਲ ਡੂ ਅਨਦਰ ਸ਼ੋ, ਹਲੇ ਬਹੁਤ ਇਸ਼ੂਜ਼ ਰਹਿ ਗਏ ਜਿਹੜੇ ਮੈਂ ਡਿਸਕਸ ਕਰਨੇ ਸੀ. ਬੈਸਟ ਵਿਸ਼ਸ. ਆਫ ਕੋਰਸ, ਐਨੀ ਟਾਈਮ. ਥੈਂਕ ਯੂ ਸੋ ਮਚ. ਥੈਂਕ ਯੂ. ਕੈਂਡੀਡੇਟ ਇਸ ਵਾਰ ਪ੍ਰੋਵਿੰਸ਼ੀਅਲ ਇਲੈਕਸ਼ਨ 'ਚ ਆ ਰਹੇ ਨੇ ਅਮਨਾ ਸ਼ਾਹ. ਕੈਂਡੀਡੇਟ ਇਸ ਵਾਰ ਪ੍ਰੋਵਿੰਸ਼ੀਅਲ ਇਲੈਕਸ਼ਨ 'ਚ ਆ ਰਹੇ ਨੇ ਅਮਨਾ ਸ਼ਾਹ, ਜਿਹੜੇ ਨੇ ਉਹ ਬਰੂਸ ਰਾਲਸਨ ਦੀ ਜਗ੍ਹਾ ਲੈ ਰਹੇ ਨੇ. ਹਰੂਨ ਗਫਾਰ ਵੀ ਚੋਣ ਲੜ ਰਹੇ ਨੇ ਸਰੀ ਸਾਊਥ ਤੋਂ, ਮੈਨੂੰ ਪਤਾ ਲੱਗਿਆ ਸ਼ਾਇਦ, ਜਿਹੜੇ ਉਹਨਾਂ ਦੇ ਮੀਡੀਆ ਦੇ ਵਿੱਚ ਕੰਮ ਕਰਦੇ ਸੀ ਬੀ ਸੀ ਐੱਨ ਡੀ ਪੀ 'ਚ. ਸੋ ਇਹ ਨਵੀਂ ਸ਼ੁਰੂਆਤ ਹੈ, ਬਹੁਤ ਵਧੀਆ ਗੱਲ ਆ. ਰੀਪ੍ਰਜੈਂਟੇਸ਼ਨ ਚਾਹੀਦੀ ਆ ਕਮਿਊਨਿਟੀ ਦੀ, ਬਹੁਤ ਵੱਡੀ ਕਮਿਊਨਿਟੀ ਹੈ. ਬਹੁਤ ਚਿਰ ਹੋ ਗਿਆ ਜਿਹੜੇ ਨੇ ਅਫਜ਼ਲ ਮਲਕ ਵਰਗੇ, ਜਿਨ੍ਹਾਂ ਨੇ ਗ੍ਰਾਸ ਰੂਟਸ 'ਤੇ ਬਹੁਤ ਚਿਰਾਂ ਦਾ ਕੰਮ ਕੀਤਾ, ਅਤੇ ਐੱਨ ਡੀ ਪੀ ਦੇ ਵਿੱਚ ਬਹੁਤ ਵਰ੍ਹੇ ਉਹਨਾਂ ਨੇ ਕੰਮ ਕੀਤਾ. ਅਤੇ ਸੋ ਇਹ ਖੁਸ਼ੀ ਦੀ ਖਬਰ ਆ. ਬਾਕੀ ਸ਼ੋਕਰ ਹੋਣੀ ਆਪਣੇ ਲਿਸਨਰ ਨੇ, ਉਹ ਕਹਿੰਦੇ ਵੀ ਕਮਿਊਨਿਟੀ ਦੇ ਮਸਲੇ ਜਿਹੜੇ ਨੇ ਇੱਥੇ ਹੋਵੇ ਪੰਜਾਬ ਹੋਵੇ ਬਹੁਤ ਨੇ. ਧਰਨੇ ਮਜ਼ਾਰੇ ਕਿਸਾਨਾਂ ਦਾ ਕਨੇਡਾ 'ਚ, ਪੰਜਾਬ 'ਚ ਸਟੂਡੈਂਟ, ਕਦੇ ਟਰੱਕਰ, ਕਹਿੰਦੇ ਸਿਰ ਜੋੜ ਕੇ ਬਹਿੰਦੇ ਨਹੀਂ ਅਸੀਂ, ਹੱਲ ਨਿਕਲਦਾ ਨਹੀਂ, ਕੌਮ ਖੱਜਲ ਹੁੰਦੀ ਹੈ ਜਾਂ ਰੱਜੇ ਹੁੰਦੇ ਹਾਂ, ਕਿਸੇ ਦੀ ਸੁਣਦੇ ਨਹੀਂ, ਫਿਰ ਕਾਰ ਦਿਖਾਉਂਦੇ ਹਾਂ ਚੀਕਾਂ ਮਾਰ ਕੇ, ਜਦ ਘਰੇ ਦਾਣੇ ਹੁੰਦੇ ਨੇ ਸਾਨੂੰ ਕੋਈ ਪੁੱਛਦਾ ਨਹੀਂ. ਬਹੁਤ ਵੱਡੀ ਗੱਲ ਕਹੀ ਹੈ. ਲੌਂਗ ਵੇ ਟੂ ਗੋ. ਅਕਾਊਂਟੇਬਿਲਟੀ ਸ਼ੁਰੂ ਕਰੋ. ਬਸ ਜਿਨ੍ਹਾਂ ਨੂੰ ਚੁਣਦੇ ਉਹਨਾਂ ਨੂੰ ਖੜਾ ਕੇ ਕਹੋ ਵੀ ਮਿੱਤਰਾ ਤੇਰੇ ਅਸੀਂ ਚੰਮ ਨੂੰ ਨਹੀਂ ਕੰਮ ਨੂੰ ਲੋੜ ਹੈ, ਮੈਂ ਤੁਹਾਡਾ, ਮੈਂ ਤੁਹਾਡੀ ਹਾਂ. ਮੀਨਸ ਇਹ ਡਾਇਲੋਗ ਖਤਮ. ਮੈਂ ਸਰੀ 'ਚ ਰਹਿਣਾ, ਮੈਂ ਨਿਊਟਨ 'ਚ ਰਹਿਣਾ, ਮੈਂ 30 ਸਾਲ ਹੋ ਗਏ ਜਵਾਕ ਇੱਥੇ ਜੰਮੇ ਪਾਲੇ ਨੇ, ਇਹ ਗੱਲਾਂ ਦਾ ਕੋਈ ਮਤਲਬ ਨਹੀਂ. ਕੀਤਾ ਕੀ ਆ ਸ਼ਹਿਰ ਲਈ, ਇਹ ਸਵਾਲ ਪੁੱਛੋ, ਚਾਹੇ ਪ੍ਰੋਵਿੰਸ਼ੀਅਲ ਆ, ਚਾਹੇ ਫੈਡਰਲ ਆ, ਚਾਹੇ ਸ਼ਹਿਰ ਦੇ ਕੌਂਸਲਰ ਨੇ ਜਿਹੜੇ ਚੁਣੇ ਹੋਏ ਨੇ. ਮੈਂ ਖੜ ਕੇ ਦੱਸ ਸਾਡੇ ਲਈ ਕੀ ਕੀਤਾ. ਇਹ ਇੱਥੇ ਆ ਕੇ ਖੜਨੀ ਆ ਗੱਲ. ਕੱਲ੍ਹ ਨੂੰ ਮਿਲਦੇ ਹਾਂ.